मासिक प्रोग्राम विच तुहाडा सारिआं दा स्वागत है। हर महीने दे तीसरे शुक्रवार भाई वीर सिंह साहित सदन वल्लों असीं किसी एक पुस्तक दे उत्ते गोष्ठी करदे हां। इह पुस्तक दा क्राइटेरिया असीं रख्या होया कि इहदा संबंध पंजाब पंजाबी जां पंजाबीयत नाल किसे तरह भी होवे, भावें इह पुस्तक किसी भी भाषा विच छपी होवे, किसी भी देश विच छपी होवे। असीं इस इहो महत्वपूर्ण किताब हर महीने लभण की कोशिश करते हैं, तो कोशिश करते हैं कि उस पुस्तक नूं पंजाबी पाठकां विच इंट्रोड्यूस करिए। सो भाई वीर सिंह साहित सदन के बारे जिहड़े एक भुलेखे सी कि भाई वीर सिंह साहित सदन सिर्फ भाई वीर सिंह दीआं रचनावां उत्ते ही गोष्ठियां करदा है जां उहदे बारे ही प्रोग्राम करदा है, उहनूं असीं थोड़ा बदलण की कोशिश कीती है, क्योंकि जदों तों डॉक्टर मनमोहन सिंह होरी साबका प्राइम मिनिस्टर ऑफ इंडिया दे चेयरमैन बने हैं, उन्होंने आदेश मुताबक असीं इहनूं साहित दा सेंटर बनाउण दी कोशिश कीती है। सिर्फ भाई वीर सिंह होरां दे नां नूं असीं दे उत्ते भावें सदन बनिया होया, पर भाई वीर सिंह दे उत्ते असीं दो वड्डे फंक्शन हर साल करदे हाँ, पर जिहड़ा हर महीने दे फंक्शन तीन जिहड़े हुंदे आ उह लिटरेचर दे नाल संबंधित जां पंजाबी पंजाबीयत नाल संबंधित असीं करदे हाँ। सो अज दा जिहड़ा इह समागम है ਇਹ ਸਾਡੇ ਸਿਰਮੌਰ ਲੇਖਕ ਕਹਾਣੀਕਾਰ ਤੇ ਸਾਡੇ ਆਪਣੇ ਦੋਸਤ ਗੁਰਬਚਨ ਭੁੱਲਰ ਹੋਣਾ ਦੀ ਪੁਸਤਕ ਦੇ ਉੱਤੇ ਜਿਹੜੀ ਉਹਦੀ ਨਵੀਂ ਪੁਸਤਕ ਅਜ਼ਮਤ ਆਈ ਉਹਦੇ ਉੱਤੇ ਅਸੀਂ ਅੱਜ ਦਾ ਇਹ ਫੰਕਸ਼ਨ ਕਰ ਰਹੇ ਹਾਂ, ਇਹ ਸੈਮੀਨਾਰ ਵੈਬਿਨਾਰ। ਔਰ ਸਾਨੂੰ ਖੁਸ਼ੀ ਆ ਕਿ ਇਸ ਸੈਮੀਨਾਰ ਵਿੱਚ ਪੰਜਾਬੀ ਦੇ ਦੋ ਬਹੁਤ ਹੀ ਜਿਹੜੇ ਮੰਨੇ ਪ੍ਰਮੰਨੇ ਜਿਹੜੇ ਕਥਾਕਾਰ ਸਾਡੇ ਵਿੱਚ ਸ਼ਾਮਿਲ ਹੋਏ ਨੇ। ਬਲਦੇਵ ਸੜਕਰਾਮਾ ਹੁਣੀ ਅੱਜ ਇਸ ਪੁਸਤਕ ਦੇ ਬਾਰੇ ਬੋਲਣਗੇ। ਬਲਦੇਵ ਹੋਰਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ, ਸਾਹਿਤ ਅਕੈਡਮੀ ਅਵਾਰਡ ਵਿਨਰ, ਨੋਵਲਿਸਟ ਔਰ ਸੜਕਨਾਮਾ ਦੇ ਨਾਲ ਨਾਲ ਜਾਣੇ ਜਾਂਦੇ ਆ। ਹੁਣ ਤੱਕ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਔਰ ਸਰਗਰਮ ਸਾਹਿਤਕ ਕਾਰ ਸਰਦਾਰ ਅਤੇ ਸਿੰਘ ਹੁਰੀ ਸਾਡੇ ਨਾਲ ਜੁੜ ਗਏ ਆ। ਅਤੇ ਸਿੰਘ ਹੁਰੀ ਵੀ ਕਹਾਣੀਕਾਰ ਨੇ, ਨਾਟਕਕਾਰ ਨੇ, ਕ੍ਰਿਟਿਕ ਨੇ, ਅਭਿਨੈਕਾਰ ਨੇ, ਨਿਰਦੇਸ਼ਕ ਨੇ, ਫਿਲਮਕਾਰ ਨੇ। ਸੋ ਇਹ ਬਹੁਤ ਅੱਜ ਦਾ ਜਿਹੜਾ ਫੁਲਵਾੜੀ ਸਾਡੇ ਸਪੀਕਰਸ ਦੀ ਉਹ ਬਹੁਤ ਕਮਾਲ ਦੀ ਹੈ। ਉਸ ਤੋਂ ਬਾਅਦ ਭੁੱਲਰ ਸਾਹਿਬ ਵੀ ਆਪਣੀ ਪੁਸਤਕ ਦੇ ਬਾਰੇ ਕੁਛ ਗੱਲਾਂ ਕਰਨਗੇ। ਮੈਂ ਹੁਣ ਆਪਣੇ ਇਸ ਪ੍ਰੋਗਰਾਮ ਦੇ ਜੋ ਮੋਡਰੇਟਰ ਨੇ ਮਨੀਸ਼, ਡਾਕਟਰ ਮਨੀਸ਼ ਨੂੰ ਬੇਨਤੀ ਕਰ ਰਿਹਾ ਕਿ ਉਹ ਵਿਧੀਵਤ ਇੰਟਰੋਡਕਸ਼ਨ ਵੀ ਦੇਣ ਔਰ ਇਸ ਪ੍ਰੋਗਰਾਮ ਦਾ ਸੰਚਾਲਨ ਵੀ ਕਰਨ। ਡਾਕਟਰ ਮਨੀਸ਼ ਕੁਮਾਰ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ ਉਹਨਾਂ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਤੇ ਹਰ ਮਹੀਨੇ ਦੇ ਤੀਸਰੇ ਸ਼ੁੱਕਰਵਾਰ ਜਿਸ ਤਰ੍ਹਾਂ ਅਸੀਂ ਪੁਸਤਕ ਦੀ ਚੋਣ ਕਰਦੇ ਹਾਂ ਔਰ ਪੁਸਤਕ ਦੀ ਚੋਣ ਕਰਨ ਦਾ ਕੀ ਤਰੀਕਾ ਹੈ ਸਾਡਾ, ਔਰ ਇਸ ਪੁਸਤਕ ਦੇ ਨਾਲ ਅੱਜ ਅਸੀਂ ਇਸੇ ਸੰਵਾਦ ਲੜੀ ਨੂੰ ਅਗਾਂਹ ਤੋਰਾਂਗੇ। ਪੰਜਾਬੀ ਦੇ ਬੇਹੱਦ ਪ੍ਰਤਿਭਾਸ਼ਾਲੀ ਕਹਾਣੀਕਾਰ ਗੁਰਬਚਨ ਭੁੱਲਰ ਕਿਸੇ ਨਾਂ ਦੇ ਮੁਹਤਾਜ ਨਹੀਂ ਹੈ। 2005 ਦੇ ਵਿੱਚ ਹੀ ਇਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਪੁਰਸਕਾਰ ਅਗਨੀਕਲਸ਼ ਨੂੰ ਮਿਲ ਚੁੱਕਿਆ ਹੈ ਔਰ ਹੋਰ ਵੀ ਕਈ ਕਹਾਣੀ ਸੰਗ੍ਰਹਿ ਇਹਨਾਂ ਦੇ ਉਰਦੂ ਜਾਂ ਬਾਲ ਸਾਹਿਤ ਬਾਰੇ ਵੀ ਇਹਨਾਂ ਦੀ ਆਪਣੀ ਕਲਮਕਾਰੀ ਖੂਬ ਚਲਾਈ ਹੈ। ਔਰ ਗੁਰਭਜਨ ਸਿੰਘ ਜੀ ਦੀ ਇਸ ਪੁਸਤਕ ਦੇ ਹਵਾਲੇ ਨਾਲ ਇੱਕ ਨਵੀਂ ਕਿਸਮ ਦਾ ਜਿਹੜਾ ਸੰਵਾਦ ਪੰਜਾਬੀ ਜਗਤ 'ਚ ਤੁਰਿਆ ਹੈ ਜਾਂ ਤੁਰੇਗਾ ਉਹ ਵੀ ਬੇਮਿਸਾਲ ਹੋਏਗਾ। ਇਸ ਪੁਸਤਕ ਦੀ ਭੂਮਿਕਾ ਦੇ ਵਿੱਚ ਹੀ ਜਿਹੜੀ ਇੱਕ ਨਵੀਂ ਗੱਲ ਸਾਹਮਣੇ ਆਈ ਕਿ ਆਪਣੀ ਭੂਮਿਕਾ ਦੇ ਵਿੱਚ ਉਹਨਾਂ ਨੇ ਦੋ ਚੀਜ਼ਾਂ ਨੂੰ ਅੱਡ ਕੀਤਾ, ਸੰਵਾਦ ਤੇ ਪ੍ਰਵਚਨ। ਔਰ ਉਹਨਾਂ ਨੇ ਸੰਵਾਦ ਨੂੰ ਜ਼ਿਆਦਾ ਆਪਣੇ ਵੱਲੋਂ ਤਰਜੀਹ ਦਿੱਤੀ ਹੈਗੀ ਆ ਔਰ ਜਿਹੜੀ ਆਪਣੇ ਆਪ ਦੇ ਵਿੱਚ ਹੀ ਇੱਕ ਦੋ ਪੁਆਇੰਟ ਘੱਟ ਕਰਦੇ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਸਲਾਹਣਯੋਗ ਗੱਲ ਹੈ ਕਿ ਕੋਈ ਵੀ ਟੈਕਸਟ ਸਾਹਿਤਕਾਰੀ ਦੇ ਲਿਹਾਜ਼ ਨਾਲ ਸਾਹਿਤਕ ਪ੍ਰਵਚਨ ਦਾ ਰੂਪ ਉਦੋਂ ਲੈਂਦੇ ਆ, ਉਹ ਪ੍ਰਵਚਨ ਦਾ ਰੂਪ ਉਦੋਂ ਲਊਗੀ ਜਦੋਂ ਉਹ ਸੰਵਾਦ ਦੇ ਨਾਲ ਜੁੜੂਗੀ, ਕਿਉਂਕਿ ਸੰਵਾਦ ਤੇ ਅਵਚੇਤਨ ਦੇ ਵਿੱਚ ਜਿਹੜੀ ਅਰਥ ਵਿਸਥਾਰ ਦੀ ਜਿਹੜੀ ਭਾਵਨਾ ਪਈ ਹੁੰਦੀ ਹੈ ਉਹਦਾ ਆਪਣੇ ਆਪ ਹੀ ਰਾਹ ਮੋਕਲਾ ਹੋ ਜਾਂਦਾ ਹੈਗਾ ਔਰ ਲਿਖਤ ਜਿਹੜੀ ਹੈਗੀ ਹੈ ਚਿਰਕਾਲੀ ਬਣ ਜਾਂਦੀ ਹੈਗੀ ਹੈ। ਤੋ ਇਸ ਨਵੀਂ ਪੁਸਤਕ ਦੇ ਲਈ ਮੈਂ ਗੁਰਭਜਨ ਸਿੰਘ ਭੁੱਲਰ ਜੀ ਹੋਣਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ। ਲੰਬੀਆਂ ਮੁਲਾਕਾਤਾਂ ਔਰ ਲੰਬੇ ਸਵਾਲ ਸਿਰਫ ਸਾਹਿਤਕਾਰੀ ਤੱਕ ਹੀ ਸੀਮਤ ਨਹੀਂ, ਸਿਰਜਣਾ ਦੇ ਅਵਚੇਤਨ ਦੇ ਵਿੱਚ ਕੀ ਸਮੋਇਆ ਹੋਇਆ ਹੈ ਉਹਦੇ ਬਾਰੇ ਵੀ ਲੇਖਕ ਨੇ ਬਖੂਬੀ ਜਾਣਕਾਰੀ ਹਾਸਲ ਕੀਤੀ ਹੈ ਜਿਹੜੀ ਪਾਠਕਾਂ ਦੀ ਬੋਲ ਲਈ ਬਹੁਤ ਲਾਹੇਵੰਦ ਹੋਏਗੀ। ਔਰ ਅੱਜ ਇਸ ਪੁਸਤਕ ਦੇ ਨਾਲ ਸੰਵਾਦ ਰਚਾਉਂਦਿਆਂ ਹੋਇਆਂ
ਸਾਡੇ ਜਿਹੜੇ ਪਹਿਲੇ ਬੁਲਾਰੇ ਸਾਹਿਤ ਅਕੈਡਮੀ ਬਾਡੀ ਢਾਵਾਂ ਦਿੱਲੀ ਦੇ ਕਿੰਗਰੇ ਲਾਲ ਬੱਤੀ ਸੜਕਨਾਮਾ ਕਈ ਨਾਵਾਂ ਨਾਲ ਜਾਣੇ ਜਾਂਦੇ ਸਾਡੇ ਸਿਰੜੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਜੀ ਜੋ ਇਸ ਪੁਸਤਕ ਦੇ ਬਾਰੇ ਆਪਣੇ ਵਿਚਾਰ ਸਾਡੇ ਸਾਰੇ ਸਾਂਝੇ ਕਰਨਗੇ ਔਰ ਉਸੇ ਤਰ੍ਹਾਂ ਹੀ ਸਾਡੀ ਦੂਸਰੀ ਨਾਮਵਰ ਸ਼ਖਸੀਅਤ ਜਿਹਨਾਂ ਦਾ ਜ਼ਿਕਰ ਡਾਕਟਰ ਰਵੇਲ ਸਰ ਹੋਣਾ ਨੇ ਕੀਤਾ ਹੈ ਕਿ ਨਾਟਕ ਵਾਰਤਕ ਆਲੋਚਨਾ ਫਿਲਮ ਨਿਰਦੇਸ਼ਨ ਸਕ੍ਰਿਪਟ ਰਾਈਟਿੰਗ ਦੇ ਨਾਲ ਜੁੜੇ ਹੋਏ ਸਾਡੇ ਅਤੇ ਸਿੰਘ ਜੀ ਉਹ ਵੀ ਇਸ ਪੁਸਤਕ ਦੇ ਨਾਲ ਆਪਣਾ ਵਿਚਾਰ ਸਾਡੇ ਨਾਲ ਸਾਂਝੇ ਜ਼ਰੂਰ ਕਰਨਗੇ ਸੋ ਜ਼ਿਆਦਾ ਵਕਤ ਨਾ ਲੈਂਦਾ ਹੋਇਆ ਮੈਂ ਬਲਦੇਵ ਸਿੰਘ ਸੜਕਨਾਮਾ ਜੀ ਹੁਣਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਮੁੱਲਵਾਨ ਵਿਚਾਰ ਇਸ ਨਾ ਪ੍ਰਕਾਸ਼ਿਤ ਪੁਸਤਕ ਦੇ ਬਾਰੇ ਸਾਂਝੇ ਕਰਨ ਬਲਦੇਵ ਸਿੰਘ ਸੜਕਨਾਮਾ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੈਂ ਭਾਈ ਵੀਰ ਸਿੰਘ ਸਦਨ ਦਾ ਇਸ ਗੱਲ ਨੂੰ ਧੰਨਵਾਦ ਕਰਦਾ ਵੀ ਮਜਲਿਸ ਪੁਸਤਕ ਬਾਰੇ ਅੱਜ ਦੀ ਮਜਲਿਸ ਵਿੱਚ ਮੈਨੂੰ ਸ਼ਾਮਿਲ ਕੀਤਾ ਗਿਆ ਇਸ ਲਈ ਬਹੁਤ ਮਿਹਰਬਾਨੀ ਇੱਕ ਮੈਨੂੰ ਇਹ ਦੱਸ ਦਿਓ ਵੀ ਗੱਲ ਕਰਨ ਦੀ ਸਮਾਂ ਸੀਮਾ ਕਿੰਨੀ ਕੁ ਹੈਗੀ ਹੈ ਜਦੋਂ ਸਾਡੇ ਬਹੁਤ ਹੀ ਮਾਣਯੋਗ ਲੇਖਕ ਨੇ ਗੁਰਬਚਨ ਸਿੰਘ ਭੁੱਲਰ ਜੀ ਹਮੇਸ਼ਾ ਮੈਂ ਉਹਨਾਂ ਨੂੰ ਵੱਡੇ ਭਰਾ ਦਾ ਦਰਜਾ ਦਿੰਦਾ ਹੁੰਦਾ ਤੇ ਮਾਣ ਵੀ ਮਹਿਸੂਸ ਕਰਦਾ ਵੀ ਉਹਨਾਂ ਨਾਲ ਬਹੁਤ ਨੇੜਤਾ ਹੈ ਪੁਸਤਕ ਦਾ ਮੈਂ ਟਾਈਟਲ ਦੇਖ ਰਿਹਾ ਸੀ ਜਦੋਂ ਮੇਰੇ ਕੋਲ ਆਈ ਇਹ ਮੈਂ ਸਮਝਦਾ ਵੀ ਇਹ ਸਬੱਬ ਸੀ ਜਾਂ ਬਹੁਤ ਸੋਚ ਸਮਝ ਕੇ ਇਹ ਟਾਈਟਲ ਚੁਣਿਆ ਗਿਆ ਹੈ ਇਹਦੇ ਅੰਦਰ ਜਿਹੜੇ ਚਿੱਤਰ ਨੇ ਕਦੇ ਹੰਸ ਦੇ ਤੋਤਿਆਂ ਦੇ ਨਰ ਨਾਰੀ ਦੇ ਜਿੱਥੇ ਵੀ ਹੈ ਔਰ ਕਮਾਲ ਦੀ ਗੱਲ ਇਹ ਦੇਖੋ ਵੀ ਇੱਕ ਤਾਂ ਚਾਰ ਤੋਤੇ ਬੈਠੇ ਨੇ ਦੋ ਤਾਂ ਆਪਸ ਵਿੱਚ ਮੂੰਹ ਨਾਲ ਮੂੰਹ ਵੱਲ ਇੱਕ ਦੂਜੇ ਵੱਲ ਕੀਤਾ ਹੋਇਆ ਤੀਜੇ ਤੋਤਾ ਪਿੱਛੇ ਜੇ ਕੰਨ ਕਰਕੇ ਜਿਵੇਂ ਉਹ ਚੁਗਲੀ ਸੁਣਦਾ ਹੁੰਦਾ ਉਹਨਾਂ ਦੀ ਉਸ ਤਰ੍ਹਾਂ ਤੇ ਇੱਕ ਤੋਤਾ ਮੂੰਹ ਘੁਮਾਈ ਬੈਠਾ ਵੀ ਜਿਵੇਂ ਨਾਰਾਜ਼ ਹੁੰਦਾ ਇਹ ਤੋਤਿਆਂ ਦੀ ਮਜਲਿਸ ਮੈਂ ਸਮਝਦਾ ਕਿ ਬਹੁਤ ਵੱਡਾ ਮੈਟਾਫਰ ਹੈ ਸਾਡੇ ਪੰਜਾਬੀ ਲੇਖਕਾਂ ਲਈ ਤੇ ਇੱਕ ਦੋ ਤੋਤੇ ਉੱਪਰ ਬੈਠੇ ਉਹਨਾਂ ਨੂੰ ਵਾਚ ਰਹੇ ਨੇ ਇਹ ਨਾ ਸਬੱਬ ਹੈ ਜਾਂ ਇਸ ਤਰ੍ਹਾਂ ਦੀ ਚੋਣ ਕੀਤੀ ਗਈ ਇਸ ਚਿੱਤਰ ਦੀ ਇਹ ਮੈਂ ਸਮਝਦਾ ਵੀ ਇਸ ਪੁਸਤਕ ਲਈ ਬਹੁਤ ਮਹੱਤਵਪੂਰਨ ਇਹ ਟਾਈਟਲ ਹੈਗਾ ਇੱਥੋਂ ਸ਼ੁਰੂ ਹੋ ਜਾਂਦੀ ਹੈ ਟਾਈਟਲ ਤੋਂ ਹੀ ਮਜਲਿਸ ਦਾ ਤੇ ਫਿਰ ਜਿਸ ਤਰ੍ਹਾਂ ਚੋਣ ਕੀਤੀ ਹੈ ਲੇਖਕਾਂ ਦੀ ਵੱਡੇ ਲੇਖਕ ਭੁੱਲਰ ਸਾਹਿਬ ਦੇ ਹਾਣ ਦੇ ਲੇਖਕ ਭੁੱਲਰ ਸਾਹਿਬ ਤੋਂ ਛੋਟੀ ਉਮਰ ਦੇ ਲੇਖਕ ਅਕਸਰ ਇਸ ਤਰ੍ਹਾਂ ਮੈਂ ਮੁਲਾਕਾਤਾਂ ਪੜ੍ਹਦਾ ਹੈਗਾ ਕਿ ਜਿਸ ਤਰ੍ਹਾਂ ਇੱਕ ਵੱਡਾ ਲੇਖਕ ਵੱਡੇ ਲੇਖਕ ਦੀ ਮੁਲਾਕਾਤ ਕਰ ਰਿਹਾ ਤੇ ਉਹਨਾਂ ਦਾ ਅੰਦਾਜ਼ ਵੱਖਰਾ ਹੋਏਗਾ ਇੱਕ ਵੱਡਾ ਲੇਖਕ ਕਿਸੇ ਛੋਟੇ ਲੇਖਕ ਦੀ ਮੁਲਾਕਾਤ ਕਰ ਰਿਹਾ ਤਾਂ ਉਸਦਾ ਅੰਦਾਜ਼ ਬਿਲਕੁਲ ਵੱਖਰਾ ਹੋਵੇਗਾ ਕੋਈ ਛੋਟਾ ਲੇਖਕ ਕਿਸੇ ਵੱਡੇ ਲੇਖਕ ਨਾਲ ਮੁਲਾਕਾਤ ਕਰਨ ਜਾਂਦਾ ਹੈ ਤਾਂ ਉਹਦੇ 'ਚ ਕੋਈ ਝਿਜਕ ਉਹਦੇ 'ਚ ਕੋਈ ਸਹਿਜਤਾ ਦੀ ਘਾਟ ਰੜਕਦੀ ਹੁੰਦੀ ਹੈ ਤਾਂ ਇਸ ਤਰ੍ਹਾਂ ਦਾ ਮੇਰਾ ਅਨੁਭਵ ਹੈ ਜਦੋਂ ਮੈਂ ਮੁਲਾਕਾਤਾਂ ਪੜ੍ਹਦਾ ਹੈਗਾ ਤੇ ਪਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਦੇ ਸਵਾਲ ਕੀਤੇ ਨੇ ਭੁੱਲਰ ਸਾਹਿਬ ਨੇ ਲੇਖਕਾਂ ਨੂੰ ਮੈਂ ਮਹਿਸੂਸ ਕੀਤਾ ਵੀ ਇਹਨਾਂ ਵਿੱਚ ਇੰਨੀ ਸਹਿਜਤਾ ਹੈ ਸੋਝ ਹੈ ਸਿਆਣਪ ਹੈ ਸੁਹਿਰਤਾ ਇੰਨੀ ਹੈ ਵੀ ਚਾਹੇ ਉਹ ਵੱਡੇ ਲੇਖਕ ਨਾਲ ਮੁਲਾਕਾਤ ਹੈ ਕਰਤਾਰ ਸਿੰਘ ਦੁੱਗਲ ਵਰਗੇ ਨਾਲ ਜਾਂ ਆਪਣੇ ਹਾਣੀ ਪ੍ਰਗਟ ਸਿੰਘ ਸਿੱਧੂ ਨਾਲ ਉੱਥੇ ਵੀ ਉਹੀ ਗੰਭੀਰਤਾ ਬਣੀ ਹੋਈ ਹੈ ਜੇ ਛੋਟਿਆਂ ਮੇਰੇ ਵਰਗਿਆਂ ਨਾਲ ਮੁਲਾਕਾਤ ਹੋਈ ਹੈ ਉੱਥੇ ਵੀ ਉਹੀ ਗੰਭੀਰਤਾ ਬਣੀ ਹੋਈ ਹੈ ਇਹ ਬਹੁਤ ਘੱਟ ਮੁਲਾਕਾਤਾਂ ਵਿੱਚ ਅਕਸਰ ਇਹ ਦੇਖਣ ਨੂੰ ਮਿਲਦਾ ਹੈਗਾ ਤੇ ਕਈ ਸਵਾਲ ਇਸ ਤਰ੍ਹਾਂ ਦੇ ਨੇ ਜਿਹੜੇ ਰਵਾਇਤੀ ਨੀਗੇ ਉਹ ਅਸੀਂ ਮੁਲਾਕਾਤਾਂ ਪੜ੍ਹਦੇ ਰਹੇ ਹਾਂ ਸਾਰੇ ਪੜ੍ਹਦੇ ਨੇ ਲੇਖਕ ਜਿਹੜੇ ਜੁੜੇ ਹੋਏ ਸਾਹਿਤ ਨਾਲ ਕਈ ਵਾਰੀ ਦੂਰਦਰਸ਼ਨ ਤੇ ਜਾਂ ਹੋਰ ਇਸ ਤਰ੍ਹਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਵੀ ਅਸੀਂ ਮੁਲਾਕਾਤਾਂ ਸੁਣਦੇ ਹਾਂ ਕਈ ਵਾਰੀ ਇਹੋ ਜਿਹੇ ਸਵਾਲ ਹੁੰਦੇ ਆ ਵੀ ਤੁਸੀਂ ਅੰਬ ਖਾਂਦੇ ਹੋ ਤੁਸੀਂ ਚੂਪ ਕੇ ਖਾਂਦੇ ਹੋ ਕਿ ਕੱਟ ਕੇ ਖਾਂਦੇ ਹੋ ਦਾਤਣ ਕਰਦੇ ਹੋ ਕੋਈ ਟੁੱਥਪੇਸਟ ਵਰਤਦੇ ਹੋ ਇਹੋ ਜਿਹੇ ਸਵਾਲਾਂ ਨਾਲ ਵੀ ਮੁਲਾਕਾਤਾਂ ਜਿਹੜੀਆਂ ਉਹ ਸਿਰੇ ਲਾਈਆਂ ਜਾਂਦੀਆਂ ਨੇ ਤਾਂ ਇਹ ਵੀ ਇੱਕ ਸਾਡੇ ਇੱਕ ਰਵਾਇਤ ਬਣੀ ਹੋਈ ਹੈ ਪਰ ਭੁੱਲਰ ਸਾਹਿਬ ਦੇ ਜਿਹੜੇ ਸਵਾਲ ਹੁੰਦੇ ਨੇ ਕਿਸੇ ਨੂੰ ਹੁਣ ਦੇਖੋ ਇੱਕ ਮੈਂ ਵੰਨਗੀ ਦੇਣੀ ਚਾਹਾਂ ਤਾਂ ਮੈਂ ਦੁੱਗਲ ਸਾਹਿਬ ਨੂੰ ਜਿਹੜਾ ਇਹਨਾਂ ਨੇ ਪਹਿਲਾਂ ਹੀ ਸਵਾਲ ਕੀਤਾ ਹੈ ਜੇ ਸਮਾਂ ਤਾਂ ਮੈਂ ਉਹ ਸਵਾਲ ਤੁਹਾਨੂੰ ਪੜ੍ਹ ਕੇ ਵੀ ਸੁਣਾ ਸਕਦਾ ਵੀ ਉਹਦੇ ਵਿੱਚ ਕੀ ਜਿਹੜੇ ਆ ਪਰਤਾਂ ਉਹਦੇ ਸਵਾਲ ਦੀਆਂ ਉਗੜਦੀਆਂ ਨੇ ਔਰ ਕਿਸ ਤਰ੍ਹਾਂ ਦਾ ਉਹਦੇ 'ਚ ਉਹਨਾਂ ਨੂੰ ਕਿਸ ਪੋ ਖੋਲੋ ਗੰਠੜੀ ਬਾਰੇ ਉਹ ਕਹਿੰਦੇ ਨੇ ਵੀ ਮੈਂ ਤਾਂ ਸਮਝਿਆ ਸੀ ਸਾਰੀਆਂ ਕਹਾਣੀਆਂ ਇਕੱਠੀਆਂ ਕਰ ਲਈਆਂ ਜਾਂ ਤੁਸੀਂ ਇੰਨਾ ਜਾਂ ਇਹ ਉਮਰ ਦੇ ਜਿਹੜੇ ਉਹ ਆਖਰੀ ਪੜਾਅ ਹੁੰਦਾ ਜਦੋਂ ਉਹ
ਗ੍ਰੰਥ ਸਾਹਿਬ ਦੇ ਉਹ ਪੜ੍ਹਦੇ ਹੁੰਦੇ ਨੇ ਗੁਰੂ ਤੇਗ ਬਹਾਦਰ ਦੇ ਸ਼ਲੋਕ, ਉਹ ਕਹਿੰਦੇ ਮੈਂ ਤਾਂ ਸੋਚਿਆ ਸੀ ਵੀ ਤੁਸੀਂ ਹੁਣ ਆਖਰੀ ਪੜਾ ਦੇ ਉੱਤੇ ਕਰ ਲਿਆ, ਪਰ ਤੁਹਾਡੇ ਵਿੱਚ ਤਾਂ ਸਾਰਾ ਕੁਛ ਹੀ ਜਵਾਨੀ ਵਾਲਾ। ਇਹਦੇ ਵਿੱਚ ਬੜਾ ਕੁਝ ਲੁਕਿਆ ਹੋਇਆ, ਇਸੇ ਸਵਾਲ ਦਾ ਜਵਾਬ ਸਾਰੀ ਕਿਤਾਬ ਵਿੱਚ ਵੀ ਦਿੱਤਾ ਜਾ ਸਕਦਾ, ਇੰਨਾ ਕੁਝ ਹੈਗਾ। ਇਵੇਂ ਪ੍ਰਗਟ ਸਿੱਧੂ ਨੂੰ ਸਵਾਲ ਕਰਦੇ ਨੇ ਵੀ ਮੈਨੂੰ ਵੈਸੇ ਭੁਲੇਖਾ ਪੈਂਦਾ ਹੈ ਕਿ ਤੁਸੀਂ ਕੋਈ ਸਰਮਾ ਸਰਮਾ ਵੀ ਅੱਖਾਂ 'ਚ ਪਾਉਂਦੇ ਹੁੰਦੇ ਹੋ, ਤੇ ਇਹ ਇੱਕ ਬੜਾ ਕੁਝ ਉਹਦੇ ਵਿਵਹਾਰ ਬਾਰੇ, ਉਹਦੇ ਨਿੱਤ ਦੇ ਸੁਭਾਅ ਬਾਰੇ, ਉਹਦੀਆਂ ਗੱਲਾਂ ਬਾਰੇ ਇਹ ਸਵਾਲ ਜਿਹੜੇ ਨੇ, ਇਹ ਇਸ ਤਰ੍ਹਾਂ ਦੇ ਕੋਈ ਜਿਹੜੀ ਗੁਰਬਚਨ ਭੁੱਲਰ ਹੀ ਆਪਣੇ ਹਾਣ ਦੇ ਲੇਖਕਾਂ ਨੂੰ ਜਾਂ ਆਪਣੇ ਵੱਡੇ ਲੇਖਕਾਂ ਨੂੰ ਇਸ ਤਰ੍ਹਾਂ ਦੇ ਸਵਾਲ ਕੀਤੇ ਜਾ ਸਕਦੇ ਨੇ। ਹੁਣ ਇੱਕ ਥਾਂ ਉਹ ਪੁੱਛਦੇ ਨੇ ਵੀ ਸਾਡੀ ਕਹਾਣੀ ਸਾਡੀ ਕਹਾਣੀ ਵਿੱਚ ਇੱਕ ਆਮ ਹੋ ਗਿਆ ਸੀ ਵੀ ਅੱਧਾ ਆਕਾਸ਼ ਕਿਸੇ ਹੋਰ ਨੇ ਮੱਲਿਆ ਹੋਇਆ, ਅੱਧਾ ਆਕਾਸ਼ ਕਿਸੇ ਹੋਰ ਨੇ ਮੱਲਿਆ ਹੋਇਆ, ਤੇ ਉੱਥੇ ਵੀ ਜ਼ਰੂਰ ਉਸ ਸਵਾਲ ਦੇ ਵਿੱਚ ਹੀ ਬੜਾ ਕੁਝ ਹੈ ਵੀ ਜਿਹੜਾ ਬਾਕੀ ਦਾ ਜਿਹੜਾ ਆਕਾਸ਼ ਬਚਿਆ ਹੋਇਆ, ਜਿਹੜੇ ਹੋਰ ਛੋਟੇ ਛੋਟੇ ਸਤਾਰੇ ਹੈ, ਉਹਨਾਂ ਦੇ ਬਿਨਾਂ ਵੀ ਜਿਹੜਾ ਆਕਾਸ਼ ਹੈ ਉਹ ਇੰਨਾ ਮਹੱਤਵਪੂਰਨ ਨਹੀਂ ਰਹਿਣਾ, ਉਹਨਾਂ ਦੀ ਵੀ ਲੋੜ ਹੈਗੀ ਹੈ ਸਾਨੂੰ। ਸੋ ਇਸ ਤਰ੍ਹਾਂ ਜਿੰਨੀਆਂ ਵੀ ਮੁਲਾਕਾਤਾਂ ਨੇ ਉਹ ਬੜੀਆਂ ਅਰਥ ਭਰਪੂਰ ਨੇ, ਔਰ ਬਾਕੀ ਜਿਸ ਤਰ੍ਹਾਂ ਦੂਸਰੀਆਂ ਮੁਲਾਕਾਤਾਂ ਆਮ ਛਪਦੀਆਂ ਨੇ ਉਹਨਾਂ ਨੂੰ ਹਟਵੀਆਂ ਨੇ। ਪੁਸਤਕ ਦੇ ਅਖੀਰ ਵਿੱਚ ਜਿਹੜੀ ਮੈਂ ਉਸ ਗਵਾਹ ਉਸ ਗੋਸ਼ਟੀ ਦਾ, ਡਲਹੌਜ਼ੀ ਜਿਹੜੀ ਗੋਸ਼ਟੀ ਹੋਈ ਸੀ, ਬੜੀ ਲੰਮੀ ਗੋਸ਼ਟੀ ਹੋਈ ਸੀ, ਔਰ ਉਸ ਗੋਸ਼ਟੀ ਦੇ ਵਿੱਚ ਬਹੁਤ ਵੱਡਾ ਹਾਦਸਾ ਵੀ ਵਾਪਰਿਆ ਸੀ, ਉਹਦਾ ਜ਼ਿਕਰ ਵੀ ਹੈਗਾ, ਔਰ ਮੈਨੂੰ ਫਿਰ ਯਾਦ ਆ ਗਈਆਂ ਉਹ ਗੱਲਾਂ ਸਾਰੀਆਂ, ਤੇ ਉਹ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਨਿੱਠ ਕੇ ਪੜਾ ਦਰ ਪੜਾ ਉੱਥੇ ਡਲਹੌਜ਼ੀ ਵਰਗੇ ਹਿੱਲ ਸਟੇਸ਼ਨ ਦੇ ਉੱਤੇ ਪੰਜਾਬੀ ਕਹਾਣੀ ਦਾ ਆਰੰਭ, ਪੰਜਾਬੀ ਕਹਾਣੀ ਦਾ ਮੂੰਹ ਮੱਥਾ, ਪੰਜਾਬੀ ਕਹਾਣੀ ਦਾ ਭਵਿੱਖ ਕਿਸ ਤਰ੍ਹਾਂ ਵਿਚਾਰਿਆ ਗਿਆ ਔਰ ਕਿਸ ਤਰ੍ਹਾਂ ਉਹ ਸਾਂਭਿਆ ਗਿਆ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ। ਮੈਂ ਅਜੇ ਇੰਨੀਆਂ ਕੀ ਗੱਲਾਂ ਕਰਦਾ, ਬਾਕੀ ਜਿਵੇਂ ਦੂਸਰੀ ਰਾਊਂਡ ਦੇ ਉੱਤੇ ਜਿਵੇਂ ਮੈਨੂੰ ਕਿਹਾ ਗਿਆ ਫਿਰ ਮੈਂ ਤੁਹਾਡੇ ਨਾਲ ਜੁੜੂੰਗਾ। ਬਹੁਤ ਬਹੁਤ ਮਿਹਰਬਾਨੀ। ਜ਼ਰੂਰ ਬਲਦੇਵ ਸਰ, ਅਸੀਂ ਦੁਬਾਰਾ ਤੁਹਾਨੂੰ ਰਾਬਤਾ ਕਾਇਮ ਕਰਾਂਗੇ, ਕਿਉਂਕਿ ਗੋਸ਼ਟੀ ਅਜੇ ਲੰਬੀ ਹੈ, ਔਰ ਬਖੂਬੀ ਤੁਸੀਂ ਮਦਨ ਲਾਲ ਜੀ ਹੋਣਾਂ ਦੇ ਕਵਰ ਪੇਂਟਿੰਗ ਨੂੰ, ਉਹਨਾਂ ਦੇ ਚਿਹਰ ਨੂੰ ਜਿਸ ਬਖੂਬੀ ਢੰਗ ਨਾਲ ਤੁਸੀਂ ਉਹਦਾ ਡੀਕੰਸਟਰਕਸ਼ਨ ਕੀਤਾ ਹੈ, ਬਾ ਕਮਾਲ ਹੈ। ਔਰ ਸੱਚਮੁੱਚ ਇਸ ਪੁਸਤਕ ਨੂੰ ਪੜ੍ਹਦੇ ਹਾਂ ਮੈਨੂੰ ਨਵਤੇਜ ਭਾਰਤੀ ਹੋਣਾਂ ਦੀ ਕਾਵਿ ਸੰਗ੍ਰਹਿ ਲਾਲੀ ਦੇ ਵਿੱਚੋਂ ਕੁਝ ਸਤਰਾਂ ਯਾਦ ਆ ਗਈਆਂ। ਉਹ ਲਿਖਦੇ ਸੀਗੇ ਕਿ ਘਾਹ ਤੇ ਬੈਠੇ ਛੇ ਜਣੇ, ਇੱਕ ਥਾਂ ਖਾਲੀ ਹੈ, ਮੈਂ ਸੋਚਿਆ ਇੱਥੇ ਰੱਬ ਬੈਠਾ ਹੋਏਗਾ ਤੇ ਸਾਨੂੰ ਸੁਣਦਾ ਹੋਏਗਾ। ਤੇ ਇਹ ਜਿਹੜੀ ਕਿਤਾਬ ਹੈ, ਇਹ ਸਿਰਫ ਸੰਵਾਦ ਹੀ ਨਹੀਂ ਹੈਗਾ, ਬਲਕਿ ਸੰਵਾਦ ਦਰ ਸੰਵਾਦ ਇਹ ਇੱਕ ਅਜਿਹਾ ਕਾਰਨੀਵਾਲ ਬਣਦਾ ਜਾਂਦਾ ਹੈਗਾ ਜਿਹੜਾ ਇੱਕ ਆਨੰਦ ਪੈਦਾ ਕਰਦਾ। ਰੋਲਾ ਬਾਰ ਦੀ ਕਿਤਾਬ ਤੇ ਕਹਿੰਦਾ ਹੈਗਾ, ਕਹਿੰਦਾ ਪਾਠ ਉਹ ਜਿਹੜਾ ਪੜ੍ਹਨ ਤੋਂ ਬਾਅਦ ਕੁਝ ਲਿਖਣ ਲਈ ਪ੍ਰੇਰੇ, ਉਹ ਪਾਠ ਹਮੇਸ਼ਾ ਆਨੰਦ ਦਿੰਦਾ ਹੈਗਾ, ਜਿਸ ਨੂੰ ਪਲੇਜਰ ਆਫ ਟੈਕਸਟ ਕਹਿੰਦੇ ਹੈਗੇ ਆ। ਬਿਲਕੁਲ, ਤੇ ਬੜਾ ਕਮਾਲ ਕਿਤਾਬ। ਔਰ ਤੁਸੀਂ ਇਹਨਾਂ ਦੀ ਚਿਹਨਕਾਰੀ ਨੂੰ ਇਸ ਤਰ੍ਹਾਂ ਦੇ ਮੈਟਾਫਰ ਨੂੰ ਤੋਤਿਆਂ ਦੇ ਰਾਹੀਂ ਜਿਸ ਤਰ੍ਹਾਂ ਫੜਿਆ ਹੈ, ਬਾ ਕਮਾਲ। ਤੇ ਅਸੀਂ ਪਤਾ ਤੁਸੀਂ ਬਹੁਤ ਕੁਝ ਕਹਿਣਾ ਚਾਹੁੰਦੇ ਹੋ, ਕਿਉਂਕਿ ਅਵਚੇਤਨ ਦੀਆਂ ਸਮ੍ਰਿਤੀਆਂ ਜਦੋਂ ਜਾਗਣਗੀਆਂ ਤਾਂ ਓਬਵੀਅਸਲੀ ਤੁਸੀਂ ਕਿਤਾਬ ਦੇ ਹਵਾਲੇ ਨਾਲ ਹੋਰ ਵੀ ਚਰਚਾ ਕਰੋਗੇ ਸਾਡੇ ਨਾਲ। ਤੇ ਮੈਂ ਹੁਣ ਗੁਜ਼ਾਰਿਸ਼ ਕਰੂੰਗਾ ਸਾਡੇ ਇੱਕ ਹੋਰ ਨਾਮਵਰ ਸ਼ਖਸੀਅਤ, ਪ੍ਰਤਿਭਾਸ਼ਾਲੀ ਸ਼ਖਸੀਅਤ ਅਤੇ ਸਿੰਘ ਜੀ ਹੋਣਾਂ ਨੂੰ ਕਿ ਇਸ ਪੁਸਤਕ ਦੇ ਹਵਾਲੇ ਨਾਲ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ। ਅਤੇ ਸਿੰਘ ਜੀ ਸ਼ੁਕਰੀਆ। ਡਾਕਟਰ ਮਨੀਸ਼ ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਤ ਸਦਨ ਦਾ ਭਾਰਤੀ ਹੋਣੀ ਜਿਹੜੇ ਸਾਡੇ ਨਾਲ ਬਹੁਤ ਰਾਬਤਾ ਰੱਖਦੇ ਰਹੇ ਨੇ, ਜਿਹੜੇ ਇਸ ਕਿਤਾਬ ਦੇ ਲੇਖਕ ਗੁਰਭਜਨ ਸਿੰਘ ਭੁੱਲਰ ਹੋਣੀ ਬੈਠੇ ਹੋਏ ਨੇ, ਔਰ ਡਾਕਟਰ ਵੇਸ ਹੋਰਾਂ ਜਿਸ ਤਰ੍ਹਾਂ ਇਸ ਪ੍ਰੋਗਰਾਮ ਦੀ ਭੂਮਿਕਾ ਵਧੀ ਹੈ, ਤੇ ਉਸ ਸੰਦਰਭ ਦੇ ਵਿੱਚ ਜੇ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਮੈਂ ਉਸ ਹਿਸਾਬ ਨਾਲ ਗੱਲ ਕਰਾਂ। ਡਾਕਟਰ ਮਨੀਸ਼ ਜੀ ਜੀ ਹਾਂਜੀ, ਮੈਂ ਜੁੜਿਆ ਹੋਇਆ ਜੀ ਤੁਹਾਡੇ ਨਾਲ ਜੀ। ਬਿਲਕੁਲ ਸਰ, ਬਿਲਕੁਲ ਬਿਲਕੁਲ। ਹਾਂ ਓਕੇ, ਮੈਂ ਆਪਣੇ ਆਪ ਨੂੰ ਨਜ਼ਰ ਨਹੀਂ ਇਧਰ ਆ ਰਿਹਾ। ਓਕੇ ਠੀਕ ਹੈ ਜੀ, ਮੈਂ ਆਈ ਐਮ ਕੈਰੀਅਨ। ਸਾਨੂੰ ਦੇਖਦੇ ਹੋ? ਕੋਈ ਨਹੀਂ, ਸਾਨੂੰ ਦੇਖਦੇ ਹੋ? ਠੀਕ ਹੈ ਠੀਕ ਹੈ, ਤਾਂ ਜਿਸ ਤਰ੍ਹਾਂ ਤੁਸੀਂ ਸਾਨੂੰ ਦੇਖਦੇ ਸੀ ਉਸ ਤਰ੍ਹਾਂ ਮੈਂ ਤੁਹਾਨੂੂੰ ਦੱਸਦਾ ਹਾਂ। ਹਾਂਜੀ ਚਲੋ। ਮਨੀਸ਼ ਜੀ, ਇਸ ਤਰ੍ਹਾਂ ਕਿ ਗੁਰਭਜਨ ਸਿੰਘ ਭੁੱਲਰ ਇਸ ਵਕਤ ਮੇਰੀ ਨਿਗਾਹ ਦੇ ਵਿੱਚ, ਮਤਲਬ ਕਿ ਮੇਰੀ ਨਿਗਾਹ ਬਹੁਤ ਵੱਡੀ ਨਹੀਂ ਹੈਗੀ, ਜਿੰਨਾ ਕੁ ਮੈਂ ਹੈਗਾ, ਉਹ ਆਪਣੀ ਸਾਹਿਤਕਾਰੀ ਦੇ
ਜਿਹੜੀ ਉੱਪਰਲਾ ਬਨੇਰਾ ਉਸਨੂੰ ਉੱਥੇ ਜਾ ਕੇ ਬੈਠੇ ਨੇ, ਤੇ ਮੈਨੂੰ ਲੱਗਦਾ ਕਿ ਮੇਰੇ ਵਰਗੇ ਬੰਦੇ ਦਾ ਉੱਥੇ ਪਹੁੰਚਣਾ ਬੜਾ ਔਖਾ, ਤੇ ਉੱਚੇ ਥਾਂ ਤੇ ਪਹੁੰਚਣ ਲਈ ਕਈ ਵਾਰ ਪੌੜੀ ਦੀ ਲੋੜ ਪੈਂਦੀ ਹੈ, ਤੇ ਪੌੜੀ ਵੀ ਫਿਰ ਉਸ ਦੀ ਲੋੜ ਪੈਂਦੀ ਹੈ ਜਿਹੜੀ ਉਸ ਥਾਂ ਤੱਕ ਅੱਪੜਦੀ ਹੋਵੇ ਤੇ ਮਜ਼ਬੂਤ ਵੀ ਹੋਵੇ। ਤੇ ਮੈਂ ਗੁਸਤਾਖੀ ਚਾਹਾਂਗਾ ਡਾਕਟਰ ਮਨੀਸ਼ ਜੀ ਕਿ ਮੈਂ ਗੁਰਭਜਨ ਸਿੰਘ ਭੁੱਲਰ ਹੋਣਾ ਦੀ ਗੱਲ ਕਰਨ ਵਾਸਤੇ ਜਿਹੜੀ ਪੌੜੀ ਲੱਭੀ ਹੈ ਉਹ ਆਪਣੇ ਵੱਡੇ ਵੀਰ ਜਸਬੀਰ ਭੁੱਲਰ ਹੋਣਾ ਦੀ ਨੂੰ ਚੁਣਿਆ। ਇੱਕ ਇਸ ਕਰਕੇ ਕਿ ਅਸੀਂ ਗ੍ਰਾਹੀ ਹਾਂ, ਇੱਕੇ ਪਿੰਡਾਂ ਦੇ ਹਾਂ, ਤਰਨ ਤਾਰਨ ਗਏ ਹਾਂ, ਪਹਿਲਾਂ ਅੰਮ੍ਰਿਤਸਰ ਗਏ ਹੁੰਦੇ ਸਾਂ, ਮੋਹਨਪੁਰ ਦੇ ਲਾਗੇ ਉਹਨਾਂ ਦੇ ਨਾਨਕੇ ਮੇਰਾ ਪਿੰਡ ਸਰ। ਤਾਂ ਘਟਨਾ ਨਿੱਕੀ ਜਿਹੀ ਹੈਗੀ ਹੈ ਜਿੱਥੋਂ ਇਹ ਸਾਰੀ ਕਿਤਾਬ ਦੇ ਨਾਲ ਉਹ 2009-10 ਦੇ ਕਰੀਬ, ਜਿਸ ਤਰ੍ਹਾਂ ਤੁਸੀਂ ਡਾਕਟਰ ਸਾਹਿਬ ਵੀ ਜਾਣਦੇ ਹਾਂ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਉੱਥੇ ਦੂਰਦਰਸ਼ਨ ਦੇ ਕੰਪੀਅਰਿੰਗ ਵੀ ਕੀਤੀ ਹੈ ਅਧਿਆਪਨ ਦੇ ਨਾਲ ਨਾਲ, ਤਾਂ ਬਤੌਰ ਕੰਪੀਅਰ ਮੈਨੂੰ ਬੁਲਾਇਆ ਤੇ ਜਿਹਨਾਂ ਨੂੰ ਇੰਟਰਵਿਊ ਕਰਨਾ ਸੀ ਉਹ ਜਸਬੀਰ ਭੁੱਲਰ ਸੀ। ਤਾਂ ਮੈਂ ਜਿੰਨੀ ਕੁ ਤਿਆਰੀ ਕਰ ਸਕਦਾ ਸੀ ਇਹਨਾਂ ਦੇ ਵਾਸਤੇ ਉਹ ਸਾਰੀ ਕਰਕੇ ਤੇ ਮੈਂ ਉੱਥੇ ਤੁਸੀਂ ਹਾਜ਼ਰ ਹੋ ਗਏ ਪਹੁੰਚ ਕੇ। ਐਨ ਜਦੋਂ ਇੰਟਰਵਿਊ ਸ਼ੁਰੂ ਹੋਣ ਲੱਗੀ ਨਾ ਤੇ ਪਤਾ ਨੀ ਜਸਬੀਰ ਭੁੱਲਰ ਦੇ ਮਨ ਚ ਕੀ ਆਏ ਤੇ ਮੇਰੇ ਕੰਨ ਚ ਹੌਲੀ ਜਿਹੀ ਕਹਿੰਦੇ ਅਤੇ ਸਵਾਲ ਸੌਖੇ ਪੁੱਛੀ। ਮੈਂ ਮਾੜਾ ਜਿਹਾ ਮੁਸਕਰਾ ਪਿਆ। ਖੈਰ ਸਵਾਲ ਪੁੱਛੇ ਗਏ, ਹੋ ਗਏ ਸਾਰੀ ਗੱਲਬਾਤ ਉਹਨਾਂ ਨਾਲ। ਤਾਂ ਮੈਨੂੰ ਇੱਥੋਂ ਇੱਕ ਨੁਕਤਾ ਜਿਹੜਾ ਪਕੜ ਚ ਆਉਂਦਾ ਵਾ ਜਦੋਂ ਮੈਂ ਇਸ ਕਿਤਾਬ ਦੇ ਸੰਦਰਭ ਚ ਤੇ ਉਸ ਇੰਟਰਵਿਊ ਦੇ ਸੰਦਰਭ ਚ ਦੋਨੇ ਚੀਜ਼ਾਂ ਨੂੰ ਜੋੜ ਕੇ ਦੇਖਦਾ ਤੇ ਮੇਰਾ ਨਿੱਜੀ ਵਿਚਾਰ ਬਣਦਾ ਕਿ ਨਾ ਤਾਂ ਸਵਾਲ ਕਦੀ ਸੌਖੇ ਹੁੰਦੇ ਆ ਤੇ ਨਾ ਉਹਨਾਂ ਦੇ ਜਵਾਬ ਦੇਣੇ ਔਖੇ ਹੁੰਦੇ ਆ। ਇਹ ਦੋਹੇ ਕੰਮ ਜਿਹੜੇ ਆ ਨਾ ਉਹ ਥੋੜੇ ਨੀ ਬਹੁਤ ਜ਼ਿਆਦਾ ਔਖੇ ਹੈਗੇ। ਤੇ ਜਿੱਥੋਂ ਤੱਕ ਡਾਕਟਰ ਹੁਣੇ ਬਲਦੇਵ ਸਿੰਘ ਹੋਣਾ ਵੀ ਇਹ ਗੱਲ ਕੀਤੀ ਤੇ ਮਨੀਸ਼ ਹੋਰਾਂ ਵੀ ਇਸ ਗੱਲ ਵੱਲ ਜ਼ਿਕਰ ਕੀਤਾ, ਰਵੀਰ ਸਿੰਘ ਹੋਰਾਂ ਵੀ, ਤਾਂ ਉਹਦੇ ਵਿੱਚ ਜਿੱਥੋਂ ਬਲਦੇਵ ਸਿੰਘ ਹੋਣਾ ਗੱਲ ਸ਼ੁਰੂ ਕੀਤੀ ਬਹੁਤ ਪਿਆਰੀ ਚੀਜ਼ ਹੈ, ਪਰ ਉਹਦੇ ਵਿੱਚ ਮੈਂ ਇੱਕ ਚੀਜ਼ ਜੋੜਨੀ ਚਾਹਾਂਗਾ ਤੇ ਉਹ ਚੀਜ਼ ਇਹ ਹੈ ਕਿ ਜਿਹੜਾ ਕੰਮ ਭੁੱਲਰ ਹੋਰਾਂ ਕੀਤਾ ਵਾ ਇਸ ਕਿਤਾਬ ਦੀ ਸ਼ੁਰੂਆਤ ਵਿੱਚ ਘੱਟੋ ਘੱਟ ਮੇਰੀ ਨਿਗਾਹ 'ਚ ਇਸ ਤਰ੍ਹਾਂ ਦਾ ਕੰਮ ਅੱਜ ਤੱਕ ਨਹੀਂ ਆਇਆ। ਬਲਦੇਵ ਹੁਣ ਉਹਦੀ ਵਿਆਖਿਆ ਕਰਤੀ, ਮੈਂ ਵਿਆਖਿਆ ਨਹੀਂ ਕਰਾਂਗਾ, ਪਰ ਮੈਂ ਸੰਕੇਤ ਕਰਾਂਗਾ ਕਿ ਇਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਆ ਕਵਰ ਦਾ ਚਿਤੇਰਾ ਚਿੱਤਰਕਾਰ ਮਦਨ ਲਾਲ। ਅੱਗੇ ਉਹਦੀ ਵਿਆਖਿਆ ਉਹ ਬਲਦੇਵ ਹੋਰਾਂ ਕਰ ਦਿੱਤੀ ਹੈ, ਮੈਂ ਉਸ ਵੱਲ ਨਹੀਂ ਜਾਵਾਂਗਾ। ਪਰ ਸਾਡੇ ਸਤਿਕਾਰਤ ਭੁੱਲਰ ਹੋਣਾ ਜਿਹੜੇ ਵਿੱਚ ਕੁਝ ਸ਼ਬਦ ਕਹੇ ਨੇ ਉਹ ਬੜੇ ਕਮਾਲ ਦੇ ਆ ਕਿ ਮੇਰੇ ਪੁਸ਼ਾਕੇ ਉੱਤੇ ਫਿਰ ਮੇਰੀ ਦੇਹ ਧਾਰ ਰਹੀ ਪੁਸਤਕ। ਸੋ ਇਸ ਤਰ੍ਹਾਂ ਦੇ ਅਬੋਲਤਾ ਹੀ ਬੋਲਦੀ ਹੈ, ਸਮਥਿੰਗ ਇਸ ਤਰ੍ਹਾਂ ਦੇ ਲਫ਼ਜ਼ ਉਹ ਵਰਤ ਰਿਹਾ, ਉਹ ਬੜੇ ਪਿਆਰੀ ਚੀਜ਼ ਬਣਦੀ ਹੈ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਚਿੱਤਰਕਾਰ ਨੂੰ ਅਹਿਮੀਅਤ ਦਿੱਤੀ ਹੈ ਜਿਹਨਾਂ ਨੇ ਸਾਰੀ ਟੈਕਸਟ ਨੂੰ ਪੜ੍ਹ ਕੇ ਤੇ ਇੱਕ ਥਾਂ ਦੇ ਉੱਤੇ ਸਮੇਟਿਆ ਵਾ, ਨਾਲ ਹੀ ਅੱਖਰਕਾਰੀ ਦਾ ਜ਼ਿਕਰ ਕੀਤਾ। ਉਸ ਤੋਂ ਅੱਗੇ ਸਾਰੀ ਗੱਲ ਜਿੰਨਾ ਨਾ ਪਹਿਲਾਂ ਵੀ ਕਲੀਅਰ ਹੋਈ ਹੈ। ਔਰ ਮੈਨੂੰ ਲੱਗਦਾ ਵਾ ਕਿ ਇੱਕ ਚੀਜ਼ ਬੜਾ ਹੀ ਵੱਡਾ ਮਸਲਾ ਤੇ ਨਹੀਂ ਮੈਂ ਕਹਿ ਸਕਦਾ, ਇੱਕ ਸੱਚੀ ਮੁੱਚੀ ਇੱਕ ਨਵੀਂ ਡਿਬੇਟ ਦਾ ਆਧਾਰ ਬਣਦਾ ਕਿ ਅਸੀਂ ਇਸ ਪੁਸਤਕ ਦੀ ਵਿਧਾ ਨੂੰ ਕੀ ਨਾਂ ਦੇਣਾ। ਇੱਕ ਨਵਾਂ ਨਾਂ ਭਾਲਦੀ ਆ, ਲੋੜਦੀ ਆ, ਲੋਚਦੀ ਆ। ਕਿਉਂ? ਕਿਉਂਕਿ ਜਿਹੜੇ ਤਾਂ ਸਧਾਰਨ ਇੱਕ ਮੁਲਾਕਾਤ ਦੀ ਗੱਲ ਹੈਗੀ ਆ, ਬੜੀ ਦੇਰ ਤੋਂ ਪ੍ਰਸ਼ਨ ਉੱਤਰ ਚੱਲ ਰਿਹਾ। ਸਾਡੀ ਕਵਿਤਾ ਦੀ ਪੁਰਾਣੀ ਵਿਧਾ ਵੀ ਹੈਗੀ ਆ ਪ੍ਰਸ਼ਨੋਤਰੀ, ਜਿਹਦੇ ਵਿੱਚ ਆਪ ਹੀ ਕਰਤਾ ਸਵਾਲ ਪਾਉਂਦਾ ਵਾ ਤੇ ਆਪ ਹੀ ਉਹਦਾ ਜਵਾਬ ਦਿੰਦਾ। ਔਰ ਇਸੇ ਤਰ੍ਹਾਂ ਕਹਿ ਮੁਕਰਨੀ ਸਾਡੀਆਂ ਲੋਕ ਸਿਆਣਪਾਂ ਦੇ ਵਿੱਚ ਬੜੀ ਪਿਆਰੀ ਸਿਨਫਿਕ ਆਉਂਦੀ ਆ ਗੱਲ ਕਰਨ ਦਾ ਢੰਗ ਵਿਅੰਗ ਦਾ, ਵੀ ਗੱਲ ਕਹਿ ਵੀ ਜਾਣੀ ਆ ਤੇ ਉਹ ਚੁੰਮੜ ਕੇ ਗੱਲ ਲੱਭਣੀ ਆ। ਇਹ ਭੁੱਲਰ ਹੋਣਾ ਦਾ ਜਿਹੜਾ ਵੱਖਰਾ ਅੰਦਾਜ਼ ਇਸ ਮੁਲਾਕਾਤ ਦੀ ਪੁਸਤਕ ਦੇ ਵਿੱਚ ਆਇਆ, ਜਿਹਦਾ ਨਾਂ ਵੀ ਉਹਨਾਂ ਨੇ ਪਹਿਲੀਆਂ ਸਾਰੀਆਂ ਧਾਰਨਾਵਾਂ ਨੂੰ ਤੋੜ ਕੇ ਤੇ ਮਜਲਸ ਰੱਖ ਦਿੱਤਾ ਕਿ ਆਪ ਸਾਡੀ ਤੇ ਅਸੀਂ ਮਜਲਸ ਆ, ਮੈਂ ਕੋਈ ਇੰਟਰਵਿਊ ਜਾਂ ਇਸ ਤਰ੍ਹਾਂ ਸਵਾਲਾਂ ਜਵਾਬਾਂ ਦੀ ਗੱਲ ਨਹੀਂ ਕਰਦਾ। ਔਰ ਜੇ ਉਹਨਾਂ ਦੇ ਇੱਕ ਇੱਕ ਸਵਾਲ ਤੇ ਅੱਗੋਂ ਜਵਾਬ ਦੇਣ ਵਾਲਿਆਂ ਦੇ ਇੱਕ ਇੱਕ ਜਵਾਬ ਨੂੰ ਦੇਖੀਏ ਤਾਂ ਇੱਕ
तीसरी डायमेंशन जिहड़ी है तीसरी दिशा इहदे विच्चों निकलदी है वह बहुत कमाल दी। बेशक क्योंकि सवाल जवाब प्लैन किए हों वक्री गल है पर जिस अंदाज सॉरी मैं गल पूरी कर ला जिस अंदाज च भुल्लर होनी सवाल कर रहे हैं वह कोई सोचे समझे मिथे इंज सवाल नहीं लगते और जदों अगला जवाब दे रहा वा तो वह भी इंज लगता वा कि वह कोई मिथी गल नहीं कर रहा जिहड़ी उस तत्काल दे विच उन्हूं सवाल किया जा रहा है जां उन्हूं गल पुछी जा रही है वह उस तक ही सीमित रह के अपने गल का जवाब दिंदा ते उस तो अगला कमाल यह वापरदा वा कि जिहड़ा अगला सवाल भुल्लर होनी कढ़दे आ वह उहदे जवाब विचों कढ़दे आ ते इस तरह ही अगे सवाल चों जवाब जवाब चों सवाल यह एक जिहड़ी विधा इन्होंने सिरजी है इहदे विच उस नूं असीं किहड़ा नाम दे सकदे आ की कह सकदे आ यह मैं सिर्फ इहदा जवाब नहीं दे रहा सिर्फ मैं ते इक विशा रख रहा कि इस दे बारे असीं गलबात कर सकते हैं। बाकी डॉक्टर मनीष जी जिस तरह तुहाडा फॉर्मेट हैगा वा कि वारों वारी गल करनी है पांच पांच मिनट गल करनी है दस दस मिनट तुसीं प्लीज़ सानूं कितें भी रोक सकते हो तो मैं हुण चाहांगा कि बलदेव होरें फिर दोबारा गल नूं अगे तोरन क्योंकि बहुत वड्डे ने मेरे नालों तो गुरभजन सिंह हुणां दे अंदाज च बोल रहे अज ते पता नहीं इन्हां ने कितें मनीष ने पर मैं विचों ਟੁਕਰਿਆਂ ਕਿਉਂਕਿ ਆਪਾਂ ਪ੍ਰੋਗਰਾਮ ਜਿਹੜਾ ਹੈਗਾ ਏ ਇਹ ਅਸੀਂ ਸਿਰਫ ਇੰਨੀ ਨਹੀਂ ਆ ਕਿ ਕਿਤਾਬ ਬਾਰੇ ਜਿਹੜੀ ਹੈਗੀ ਆਪਾਂ ਸਧਾਰਨ ਜੀ ਗੱਲ ਕਰਕੇ ਇਹਨੂੰ ਹਟ ਜਾਈਏ ਮੈਨੂੰ ਸਾਡਾ ਆ ਕਿ ਇਸ ਕਿਤਾਬ ਨੂੰ ਲਿਖ ਪਾਠਕ ਕਿਉਂ ਪੜ੍ਹੇ ਹਨਾ ਆਪਾਂ ਆਪਾਂ ਇਸ ਕਿਤਾਬ ਨੂੰ ਇਸ ਤਰ੍ਹਾਂ ਇੰਟਰੋਡਿਊਸ ਕਰਨਾ ਹੈ ਕਿ ਇਹ ਕਿਤਾਬ ਲੋਕਾਂ ਤੱਕ ਪਹੁੰਚੇ ਲੋਕ ਇਸ ਕਿਤਾਬ ਨੂੰ ਲੱਭ ਕੇ ਪੜ੍ਹਨ ਜਿੱਦਾਂ ਕਿ ਮੈਂ ਹੁਣੇ ਮੈਂ ਅਜੇ ਤੱਕ ਇਹ ਕਿਤਾਬ ਪੜ੍ਹੀ ਰਹੀ ਹੈ ਮੇਰੇ ਤੱਕ ਕਿਤਾਬ ਪਹੁੰਚ ਨਹੀਂ ਪਾਈ ਚਲੋ ਪੈਂਡੈਮਿਕ ਦੀ ਵਜ੍ਹਾ ਨਾਲ ਮੈਂ ਸਦਨ ਜਾ ਨਹੀਂ ਪਾਇਆ ਮੇਰੇ ਕੋਲ ਕਿਤਾਬ ਪਹੁੰਚੀ ਨਹੀਂ ਇਸੇ ਵਾਸਤੇ ਮੈਂ ਉੱਪਰਲੀਆਂ ਗੱਲਾਂ ਕਰ ਲਿਆ ਕਿਤਾਬ ਦੇਖੀ ਵੀ ਨਹੀਂ ਅਜੇ ਮੈਂ ਪਰ ਜਿੰਨਾ ਕੁ ਮੈਂ ਭੁੱਲਰ ਸਾਹਿਬ ਨੂੰ ਪੜ੍ਹਿਆ ਇਹਨਾਂ ਦੇ ਕਾਲਮਾਂ ਦੇ ਵਿੱਚ ਪੜ੍ਹਿਆ ਜਾਂ ਕਹਾਣੀਆਂ ਤਾਂ ਪਹਿਲੇ ਪੜ੍ਹੀਆਂ ਹੀ ਆ ਪਰ ਹੁਣ ਕਾਲਮ ਨੂੰ ਵੀ ਸੀ ਜਿਹੜੀ ਇਹਨਾਂ ਦੀ ਆ ਉਹਦੇ ਵਿੱਚ ਜਦੋਂ ਇਹ ਕਿਸੇ ਸਾਹਿਤਕਾਰ ਦੀ ਗੱਲ ਕਰਦੇ ਆ ਤਾਂ ਉੱਥੋਂ ਮੈਂ ਇੱਕ ਅਨੁਮਾਨ ਲਾ ਸਕਦਾ ਇੱਕ ਅੰਦਾਜ਼ਾ ਲਗਾ ਸਕਦਾ ਕਿ ਮਜਲਿਸ ਦੇ ਵਿੱਚ ਜਿਹੜਾ ਕੰਟੈਂਟ ਆ ਉਹ ਕਿਹਾ ਜਾਊਗਾ ਖਾਸ ਕਰਕੇ ਕੰਟੈਂਪਰੇਰੀ ਲਿਟਰੇਰੀ ਸੀਨ ਜੇ ਦੁੱਗਲ ਦੀ ਗੱਲ ਕਰ ਰਹੇ ਆ ਤੇ ਦੁੱਗਲ ਦੇ ਨਾਲ ਦੁੱਗਲ ਦੇ ਵਿੱਚ ਦੁੱਗਲ ਦਾ ਕੰਟੈਂਪਰੇਰੀ ਲਿਟਰੇਰੀ ਸੀਨ ਦੇ ਬਾਰੇ ਵੀ ਉਹਦੇ ਵਿੱਚ ਗੱਲਾਂ ਹੋਣਗੀਆਂ ਜਾਂ ਦੁੱਗਲ ਦੀ ਕਹਾਣੀਕਾਰ ਐਜ਼ ਕਹਾਣੀਕਾਰ ਦੁੱਗਲ ਐਜ਼ ਜਿਹੜਾ ਹੈਗਾ ਆ ਵਰਤਕਾਰ ਦੁੱਗਲ ਜਾਂ ਐਜ਼ ਟਰਾਂਸਲੇਟਰ ਦੁੱਗਲ ਵੀ ਸ਼ਾਇਦ ਕਿਤੇ ਗੱਲ ਹੋਈ ਕਿਉਂਕਿ ਉਹਨਾਂ ਦੇ ਨਾਲ ਜੀ ਦੁੱਗਲ ਸਾਹਿਬ ਅੰਗਰੇਜ਼ੀ ਵਿੱਚ ਟਰਾਂਸਲੇਸ਼ਨ ਕਰ ਰਹੇ ਸੀਗੇ ਗੁਰੂ ਗ੍ਰੰਥ ਸਾਹਿਬ ਦੀਆਂ ਔਰ ਮੈਂ ਉਹਦਾ ਬਹੁਤ ਘੱਟਾਂ ਦਾ ਇੱਦਾਂ ਦਾ ਗਵਾਹ ਹੈਗਾ ਜਿੱਥੇ ਸਾਨੂੰ ਦੁੱਗਲ ਸਾਹਿਬ ਨਾਲ ਮੇਰਾ ਥੋੜਾ ਜਿਹਾ ਹੋਇਆ ਵੀ ਸੀ ਪਰ ਬੱਚੇ ਸੀ ਸਾਨੂੰ ਤਾਂ ਦਬਕਾ ਮਾਰ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਪਰ ਠੀਕ ਹੈ ਇਹੋ ਜਿਹੀਆਂ ਗੱਲਾਂ ਵੱਡੇ ਲੇਖਕ ਜਿਹੜੇ ਆ ਉਹਨਾਂ ਦਾ ਹੱਕ ਵੀ ਹੁੰਦੇ ਆ ਉਹ ਕਰਦੇ ਆ ਔਰ ਖਾਸ ਕਰਕੇ ਮੈਂ ਕਹਿੰਦਾ ਕਿ ਗੁਰਬਚਨ ਭੁੱਲਰ ਦੀ ਜਿਵੇਂ ਭੁੱਲਰ ਸਾਹਿਬ ਸਾਹਮਣੇ ਬੈਠੇ ਨੇ ਇਹਨਾਂ ਦੀ ਸਿਫਤ ਕਰਨੀ ਉੱਦਾਂ ਨਹੀਂ ਚੰਗੀ ਲੱਗਦੀ ਪਰ ਮੈਂ ਭੁੱਲਰ ਸਾਹਿਬ ਦਾ ਬਹੁਤ ਵੱਡਾ ਫੈਨ ਹੈ ਖਾਸ ਕਰਕੇ ਇਹਨਾਂ ਦੀ ਭਾਸ਼ਾ ਦਾ ਬਹੁਤ ਵੱਡਾ ਫੈਨ ਹੈ ਕਿ ਭੁੱਲਰ ਸਾਹਿਬ ਕੋਲ ਜਿਹੜਾ ਵਿਅੰਗ ਹੈ ਜਿਹੜੀ ਬਹੁਤ ਮਹੀਨ ਗੱਲ ਨੂੰ ਵੀ ਸਹਿਜ ਭਾਵ ਨਾਲ ਕਹਿਣ ਦਾ ਜਿਹੜਾ ਇਹਨਾਂ ਦਾ ਤਰੀਕਾ ਹੈ ਜਾਂ ਇਹਨਾਂ ਕੋਲ ਭਾਸ਼ਾ ਆ ਇਹਨਾਂ ਦੀ ਸ਼ੈਲੀ ਆ ਜਾਂ ਫਿਰ ਇਹ ਬਿਨਾਂ ਸਵਾਲ ਕੀਤਿਆਂ ਹੀ ਇੱਕ ਕਿਸੇ ਵੱਡੇ ਸਾਹਿਤਕਾਰ ਨੂੰ ਜਾਂ ਆਪਣੇ ਕੰਟੈਂਪਰੇਰੀ ਲੇਖਕ ਦਾ ਸਾਰਾ ਅੰਦਰਲਾ ਪਾਸਾ ਖੋਲ ਕੇ ਰੱਖ ਦਿੰਦੇ ਆ ਹਨਾ ਮੈਨੂੰ ਲੱਗਦਾ ਕਿ ਇੱਦਾਂ ਦੀਆਂ ਗੱਲਾਂ ਕੁਛ ਹੋਣਗੀਆਂ ਇਸ ਕਿਤਾਬ ਦੇ ਵਿੱਚ ਜਿਹੜੀਆਂ ਅਸੀਂ ਚਾਹਵਾਂਗੇ ਕਿ ਬਲਦੇਵ ਹੋਣੀ ਸਾਡਾ ਸਾਂਝੀਆਂ ਕਰਨ ਜਾਂ ਕੋਈ ਪਰਸਨਲ ਜਿਹੜੀ ਤੁਹਾਡੀ ਜਿਹੜੀ ਕਿਸੇ ਇਸ ਘਟਨਾ ਨਾਲ ਵੀ ਪਰਸਨਲ ਵੀ ਹੋਵੇ ਵੀ ਆਪਾਂ ਸਾਂਝੀ ਕਰ ਸਕਦੇ ਨਹੀਂ ਪਰਸਨਲ ਨਹੀਂ ਰਵੇਸ਼ ਸਿੰਘ ਜੀ ਪਹਿਲਾਂ ਤਾਂ ਜਦੋਂ ਤੁਸੀਂ ਕਿਹਾ ਨਾ ਮੈਂ ਕਿਤਾਬ ਨਹੀਂ ਪੜ੍ਹੀ ਹਾਂਜੀ ਮੈਨੂੰ ਉਹ ਗੱਲ ਯਾਦ ਆ ਗਈ ਬੱਚੇ ਗੱਲਾਂ ਕਰਦੇ ਸੀ ਦੋ ਆਪਣੀਆਂ ਮੰਮੀਆਂ ਬਾਰੇ ਮੇਰੀ ਮੰਮੀ ਫਲਾਣੇ ਵਿਸ਼ੇ ਤੇ ਅੱਧਾ ਘੰਟਾ ਬੋਲ ਸਕਦੀ ਹੈ ਉਹ ਦੂਜਾ ਕਹਿੰਦਾ ਮੇਰੀ ਮੰਮੀ ਕਿਸੇ ਪੌਣਾ ਘੰਟਾ ਬੋਲ ਸਕਦੀ ਹੈ ਤੀਜਾ ਸੁਣਦਾ ਸੀ ਕਹਿੰਦਾ ਮੇਰੀ ਮੰਮੀ ਬਿਨਾਂ ਕਿਸੇ ਵਿਸ਼ੇ ਤੋਂ ਘੰਟਾ ਬੋਲ ਸਕਦੀ ਹੈ ਮੈਂ ਬੰਦਾ ਬੰਦਾਲੀ ਮਿੰਟ ਬੋਲ ਜਾਂਦਾ ਸਾਨੂੰ ਪਤਾ ਹੁੰਦਾ
ਅਗਲੀ ਗੱਲ ਮਜਲਿਸ ਦੀ ਕਹੀ ਸੀ ਤਾਇਆ ਸਿੰਘ ਹੋਰਾਂ ਨੇ ਵੀ ਮੁਲਾਕਾਤਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਾਂ ਕਿਸ ਤਰ੍ਹਾਂ ਹੁੰਦੀਆਂ ਨੇ, ਸਵਾਲ ਜਵਾਬ ਵਿੱਚ ਵੀ ਸਵਾਲ ਪਏ ਹੁੰਦੇ ਨੇ। ਹੁਣ ਮਜਲਿਸ ਦਾ ਤਾਂ ਅਰਥ ਹੀ ਮੈਨੂੰ ਲੱਗਦਾ ਇਹ ਹੈ ਵੀ ਆਹਮਣੇ ਸਾਹਮਣੇ ਸਾਰੇ ਬੈਠ ਕੇ ਚਾਰ ਦਸ ਬੰਦੇ ਬੈਠੇ ਗੱਲਾਂ ਬਾਤਾਂ ਕਰ ਰਹੇ ਨੇ, ਜਾਂ ਉਹ ਬਾਬੇ ਨਾਨਕ ਦੀਆਂ ਮੈਨੂੰ ਗੋਸ਼ਟਾਂ ਯਾਦ ਆਉਂਦੀਆਂ ਨੇ ਵੀ ਕਿਵੇਂ ਉਹਨਾਂ ਨਾਲ ਜਦੋਂ ਕਿਤੇ ਜਿੱਥੇ ਜਾਂਦੇ ਸੀ ਉੱਥੇ ਗੋਸ਼ਟੀ ਹੁੰਦੀ ਸੀ, ਆਹਮਣੇ ਸਾਹਮਣੇ ਬੈਠੇ ਹੁੰਦੇ ਸੀ। ਪਰ ਜਿਹੜਾ ਅੱਜ ਦੇ ਵਰਤਮਾਨ ਸਮੇਂ ਵਿੱਚ ਜਿਹੜੀਆਂ ਮੁਲਾਕਾਤਾਂ ਦਾ ਰੁਝਾਨ ਚੱਲਿਆ ਹੋਇਆ, ਕਿਸੇ ਪਾਸੋਂ ਫੋਨ ਆਉਂਦਾ ਕਿਸੇ ਸ਼ਹਿਰ ਚੋਂ ਵੀ ਤੁਹਾਡੀ ਮੁਲਾਕਾਤ ਕਰਨੀ ਸੀ ਜੀ, ਮੈਂ ਤੁਹਾਨੂੰ ਸਵਾਲ ਭੇਜਣਾ ਤੁਸੀਂ ਜਵਾਬ ਭੇਜ ਦਿਓ, ਅਕਸਰ ਇਸ ਤਰ੍ਹਾਂ ਹੁੰਦਾ ਹੈ ਜ਼ਿਆਦਾ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਹੁੰਦੀਆਂ ਨੇ। ਤਾਂ ਉਹਦੇ 'ਚ ਇਹ ਹੁੰਦਾ ਵੀ ਜਿੱਥੇ ਤੁਸੀਂ ਫੋਕਸ ਹੋ ਜਾਂਦੇ ਆ, ਜਿਹੜਾ ਸਵਾਲ ਉਹਨਾਂ ਦੇ ਆ ਗਿਆ ਉਹਨਾਂ ਦਾ ਅਗਲਾ ਸਵਾਲ ਇੱਕ ਪਿਆ ਹੋਇਆ, ਤੁਸੀਂ ਉਸ ਨੂੰ ਉੱਥੇ ਸਟੋਪ ਕਰਕੇ ਜਾਂ ਉਸ ਨੂੰ ਖਤਮ ਕਰਕੇ ਜਾਂ ਅਗਲਾ ਸਵਾਲ ਬੇਸ਼ੱਕ ਉਹਦੇ ਨਾਲ ਸੰਬੰਧਿਤ ਹੈਗਾ ਕਿ ਨਹੀਂ ਹੈਗਾ ਉਹਦਾ ਵੀ ਉੱਤਰ ਦੇਣਾ ਪੈਂਦਾ ਤੁਹਾਨੂੰ। ਪਰ ਜਿਹੜੀ ਮਜਲਿਸ ਹੈ ਜਿਸ ਤਰ੍ਹਾਂ ਭੁੱਲਰ ਸਾਹਿਬ ਹੋਰਾਂ ਨੇ ਕੀਤੀਆਂ ਮਜਲਸਾਂ ਗੱਲਾਂ ਬਾਤਾਂ ਕੀਤੀਆਂ, ਉਹ ਜਿਵੇਂ ਅਤਾਇਆ ਸਿੰਘ ਨੇ ਕਿਹਾ ਵੀ ਉਹਨਾਂ ਦੇ ਜਵਾਬ ਵਿੱਚੋਂ ਫਿਰ ਸਵਾਲ ਬਣਦੇ ਨੇ, ਉਹਨਾਂ ਦੇ ਜਵਾਬ ਵਿੱਚੋਂ ਨਿਕਲਦੇ ਨੇ ਸਵਾਲ। ਫਿਰ ਉਹ ਇਹ ਹੈ ਅਸਲ ਜਿਹੜੀ ਗੱਲ ਕਰਨ ਦੀ ਜਿਹੜੀ ਵਿਧਾ ਹੈਗੀ ਹੈ, ਕਿਸੇ ਨਾਲ ਮੁਲਾਕਾਤ ਕਰਨੀ ਹੈ ਔਰ ਕਿਸੇ ਨੂੰ ਜਾਣਨਾ, ਕਿਸੇ ਨੂੰ ਸਮਝਣਾ, ਔਰ ਫਿਰ ਉਹਦੀ ਜਾਣਕਾਰੀ ਵਿੱਚੋਂ ਫਿਰ ਸਵਾਲ ਪੈਦਾ ਕਰਨੇ ਆ। ਇਹ ਢੰਗ ਜਿਹੜਾ ਇਹ ਅਪਣਾਇਆ ਗਿਆ ਮਜਲਿਸ ਕਿਤਾਬ ਦੇ ਵਿੱਚ। ਔਰ ਜਦੋਂ ਮੈਂ ਪੜ੍ਹਦਾ ਹਾਂ ਕਈ ਵਾਰੀ ਇਸ ਤਰ੍ਹਾਂ ਦੇ ਆ, ਜਿਵੇਂ ਜਦੋਂ ਕਈ ਕਈ ਜਵਾਬ ਇਸ ਤਰ੍ਹਾਂ ਦੇ ਹੁੰਦੇ ਨੇ, ਉਹ ਮੌਜੂਦਾ ਸਾਹਿਤਕ ਖੇਤਰ ਵਿੱਚ ਥੋੜ੍ਹੀ ਜਿਹੀ ਹਲਚਲ ਪੈਦਾ ਕਰਨ ਵਾਲੇ ਹੁੰਦੇ ਨੇ, ਥੋੜ੍ਹਾ ਵਾਦ ਵਿਵਾਦ ਵਾਲੇ ਵੀ ਹੁੰਦੇ ਨੇ। ਉਹ ਇਸ ਤਰ੍ਹਾਂ ਦੀ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਜਦੋਂ ਮੈਂ TR ਵਿਨੋਦ ਨਾਲ ਮੁਲਾਕਾਤ ਕਰ ਰਿਹਾ ਸੀ ਇੱਕ ਵਾਰੀ, ਤੇ ਉਹ ਗੱਲਾਂ ਬਾਤਾਂ ਚ TR ਵਿਨੋਦ ਨਾਲ ਗੱਲ ਇਹ ਹੋਈ ਵੀ ਤੁਸੀਂ ਆਪਣੀ ਨੌਕਰੀ ਕਿੱਥੇ ਸ਼ੁਰੂ ਕੀਤੀ ਨੌਕਰੀ। ਉਹ ਕਹਿੰਦੇ ਜੀ ਮੈਂ ਉੱਥੇ ਖੰਨੇ ਕੋਲੇ, ਸ਼ਾਇਦ ਮੈਨੂੰ ਹੁਣ ਯਾਦ ਨੀ ਵੀ ਉੱਥੇ ਕਾਲਜ ਸੀ, ਹਾਂਜੀ ਉੱਥੇ ਨਹੀਂ ਸੰਸਦ ਸਿੱਖੋਂ ਪ੍ਰਿੰਸੀਪਲ ਸੀ ਉੱਥੇ, ਇਹ ਪੰਜਾਬੀ ਜਾ ਕੇ ਉੱਥੇ ਪੜ੍ਹਾਉਣ ਲੱਗੇ ਸੀ TR ਵਿਨੋਦ ਹੋਰੀ। ਉਹਨਾਂ ਨੇ ਕਿਹਾ ਵੀ ਮੈਂ ਉੱਥੇ ਸਟੂਡੈਂਟਸ, ਮੈਨੂੰ ਹੁਣ ਕਾਲਜ ਨਹੀਂ ਯਾਦ ਆ ਰਿਹਾ ਪਾਰਟੀਕੁਲਰ, ਖੈਰ ਹੁਣ ਕਾਫੀ ਚਿਰ ਹੋ ਗਿਆ ਇੰਟਰਵਿਊ ਹੋਈ ਨੂੰ। ਉਹ ਕਹਿੰਦੇ ਵੀ ਮੈਂ ਉੱਥੇ ਸਟੂਡੈਂਟ 'ਚ ਡਿਸਟਰਬੈਂਸ ਹੋ ਗਈ ਤਾਂ ਸੇਖੋਂ ਸਾਹਿਬ ਨੇ ਕਿਹਾ ਮੈਨੂੰ ਵੀ ਮੇਰੇ ਹੱਕ ਵਿੱਚ ਤੂੰ ਸਟੂਡੈਂਟਾਂ ਦੀ ਸਟ੍ਰਾਈਕ ਕਰਵਾ। ਉਹ ਕਹਿੰਦੇ ਜੀ ਐਂ ਕਿਵੇਂ ਹੋ ਸਕਦਾ, ਉਹ ਮੈਨੂੰ ਤਾਂ ਮੈਨੇਜਮੈਂਟ ਕੱਢ ਦੂਗੀ, ਪ੍ਰਾਈਵੇਟ ਸੰਸਥਾ ਦਾ ਕਾਲਜ ਸੀ ਉਹ। ਉਹ ਕਹਿੰਦਾ ਜੀ ਨਹੀਂ ਤੁਹਾਨੂੰ, ਕਹਿੰਦਾ ਨੀ ਮੈਂ ਹੈਗਾ। ਉਹ ਕਹਿੰਦਾ ਜੀ ਮੈਨੂੰ ਕੱਢ ਤੂੰ, ਮੈਂ ਤਾਂ ਨੌਕਰੀ ਭਾਲਦਾ ਫਿਰਦਾ, ਮੈਨੂੰ ਤੁਹਾਡੇ ਵਰਗੇ ਕਿਸੇ ਹੋਰ ਕਮੀਨੇ ਦੀ ਮਿਹਨਤ ਕਰਨੀ ਪਊਗੀ। ਇਹ ਰਿਕਾਰਡਡ ਹੈ, ਮੇਰਾ ਰਿਕਾਰਡ ਰੱਖੇ ਹੋਏ ਨੇ, ਮੈਂ ਗਵਾਏ ਨੀ। ਉਹ ਕਿਤੇ ਕਿਤਾਬ ਵਿੱਚ ਹੀ ਉਵੇਂ ਛਪ ਗਿਆ, ਵਾਰਤਾਲਾਪ ਕਿਤਾਬ ਆ, ਉਹਦੇ ਵਿੱਚ ਹੀ ਉਵੇਂ ਛਪਿਆ ਹੋਇਆ, TR ਵਿਨੋਦ ਹੋਰਾਂ ਨੇ ਪੜ੍ਹ ਲਿਆ। ਇਹ ਹੁੰਦਾ ਮਜਲਿਸ ਦੀ ਗੱਲ ਜਿਹੜੀ ਨਿਕਲਦੀ ਗੱਲਾਂ ਚੋਂ। ਉਹ ਜਦੋਂ ਮੈਨੂੰ ਫੋਨ ਆ ਗਿਆ ਕਹਿੰਦੇ ਬਲਦੇਵ ਮੈਂ ਤਾਂ ਯਾਰ, ਮੇਰਾ ਤਾਂ ਉਹ ਗੁਰੂ ਹੈ ਤੇ ਮੈਂ ਤਾਂ ਇਹ ਸ਼ਬਦ ਵਰਤ ਵੀ ਨਹੀਂ ਸਕਦਾ। ਮੈਂ ਕਿਹਾ ਜੀ ਮੈਂ ਤਾਂ ਆਪਣੇ ਕੋਲੋਂ ਲਿਖ ਨਹੀਂ ਸਕਦਾ ਏਡੀ ਵੱਡੀ ਗੱਲ। ਉਹ ਕਹਿੰਦੇ ਵੀ ਨਹੀਂ ਇਹ ਨਹੀਂ ਹੋ ਸਕਦਾ। ਮੈਂ ਰਿਕਾਰਡ ਕੱਢਿਆ, ਰਿਕਾਰਡ ਕੱਢ ਕੇ ਮੈਂ ਫੋਨ ਬੁਲਾ ਲਿਆ। ਮੈਂ ਕਿਹਾ ਜੀ ਆਹ ਸੁਣਿਓ। ਕਹਿੰਦਾ ਫਿਰ ਕਹਿੰਦੇ ਬਲਦੇਵ ਇਹ ਤਾਂ ਕਿਹਾ ਗਿਆ। ਮੈਂ ਕਿਹਾ ਜੀ ਕਿਹਾ ਗਿਆ? ਕਹਿੰਦੇ ਹੁਣ ਮੈਂ ਅਖਬਾਰ 'ਚ ਮਾਫ਼ੀ ਮੰਗਾ। ਮੈਂ ਕਿਹਾ ਜੀ ਕਿਤਾਬ ਪਤਾ ਨਹੀਂ ਪੰਜਾਂ ਦਸਾਂ ਨੇ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ, ਤੁਸੀਂ ਅਖਬਾਰ ਵਿੱਚ ਲੱਖਾਂ ਨੂੰ ਪੜ੍ਹਾ ਲੈਣਾ ਤੇ ਕੰਮ ਫਿਰ ਖਰਾਬ ਹੋ ਜਾਣਾ। ਜੇ ਕਿਸੇ ਨੇ ਇਤਰਾਜ਼ ਕੀਤਾ ਕਹਿ ਦਿਓ ਭਾਈ ਮਾਫ਼ੀ, ਖਿਮਾ ਗਲਤੀ ਨਿਕਲ ਗਈ ਹੋਊਗੀ ਜਾਂ ਛਪ ਗਈ ਜਮੀ। ਤੇ ਉਹ ਕਈ ਵਾਰੀ ਜਦੋਂ ਅਸੀਂ ਮਜਲਿਸ ਦੇ ਵਿੱਚ ਜਾਂਦੇ ਹਾਂ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਉਹ ਜਿਹੜੀ ਪ੍ਰੀ ਪਲੈਨਡ ਮੁਲਾਕਾਤਾਂ ਹੁੰਦੀਆਂ ਵੀ ਸਵਾਲ ਗਏ ਨੇ ਔਰ ਤੁਸੀਂ ਜਵਾਬ ਭੇਜ ਦਿਓ ਫਿਰ ਅਸੀਂ ਛਾਪ ਦਿਆਂਗੇ, ਉਹਨਾਂ ਵਿੱਚ ਇਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ। ਔਰ ਇਹ ਭੁੱਲਰ ਹੋਰਾਂ ਦਾ ਇੱਕ ਤਾਂ ਕਹਿੰਦਾ ਵੀ ਇਹ ਕਿਤਾਬ ਜਿਹੜੀ ਹੈ ਬਹੁਤ ਜ਼ਿਆਦਾ ਪੜ੍ਹੀ ਜਾਊਗੀ ਔਰ ਪੜ੍ਹੀ ਜਾਣੀ ਚਾਹੀਦੀ ਹੈ। ਇਹਦੇ ਵਿੱਚ ਕੁੱਝ ਲੇਖਕਾਂ ਦੇ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਨਹੀਂ ਪਤਾ, ਉਹ ਇਹ ਕਿਤਾਬ ਪੜ੍ਹ ਕੇ ਪਤਾ ਲੱਗਦਾ। ਤੇ ਇਸ ਕਰਕੇ ਇਹ ਕਿਤਾਬ ਅੱਜ ਦੇ ਸਮੇਂ ਵਿੱਚ ਬਹੁਤ ਪ੍ਰਸੰਗਿਕ ਵੀ ਹੈ ਔਰ ਮੁੱਲਵਾਨ ਵੀ ਹੈ। ਬਲਦੇਵ ਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸੀਗਾ ਇਸ ਕਿਤਾਬ ਦੇ ਹਵਾਲੇ ਨਾਲ। ਹਾਂਜੀ ਹਾਂਜੀ, ਆਪ ਵੀ ਇਸ ਮਜਲਿਸ ਦਾ ਹਿੱਸਾ ਰਹੇ ਹੋ? ਹਾਂ ਬਿਲਕੁਲ। ਕਿ ਬਹੁਤ ਕੁਝ ਕਹਿਣ ਤੇ ਬਾਅਦ ਵੀ ਕੁਛ ਨਾ ਕੁਛ ਸਾਡੇ ਚੇਤਨ ਅਵਚੇਤਨ ਸਾਡਾ ਕੁਝ ਬਾਕੀ ਬਚਿਆ ਰਹਿ ਜਾਂਦਾ ਹੈਗਾ। ਬਹੁਤ ਕੁਝ ਬਚਿਆ ਰਹਿ ਜਾਂਦਾ ਜੀ। ਕੁਝ ਗੱਲਾਂ ਤਾਂ ਅਸੀਂ ਜਾਣ ਬੁੱਝ ਕੇ ਬਚਾ ਲੈਂਦੇ ਹਾਂ, ਉਹ ਨਹੀਂ ਹੁੰਦੀਆਂ। ਕਈ ਵਾਰੀ ਬੱਚੇ ਏਡੇ ਵੱਡੇ ਹੋ ਜਾਂਦੇ ਵੀ ਉਹਨਾਂ ਸਾਹਮਣੇ ਉਹ ਸਾਰੀਆਂ ਗੱਲਾਂ ਖੋਲਾਂਗੇ ਤਾਂ ਕਹਿਣਗੇ ਤੁਸੀਂ ਆਹ ਕੁਝ ਕਰਦੇ ਰਹੇ, ਉੱਥੋਂ ਥੋੜਾ ਜਿਹਾ ਬਚਾ ਕਰ ਲਈਦਾ। ਕੁਝ ਗੱਲਾਂ ਦੱਸਣ ਯੋਗ ਜਿੰਨੀਆਂ ਕੁ ਹੁੰਦੀਆਂ ਉਨੀਆਂ ਕੁ ਜ਼ਰੂਰ ਦੱਸ ਦਿੰਦੇ ਹਾਂ, ਜਿੰਨੀਆਂ ਕੁ ਸਹਿਣ ਯੋਗ ਹੋਣ।
ਪਰ ਜਿਹੜੀਆਂ ਕਈ ਇਹੋ ਜਿਹੀਆਂ ਹੁੰਦੀਆਂ ਨੇ ਉਹ ਕਹਿਣਗੇ ਵੀ ਅਸੀਂ ਤਾਂ ਸਾਰੇ ਅਸੀਂ ਤਾਂ ਹੁਣ ਤੱਕ ਨਹੀਂ ਇਹੋ ਜਿਹਾ ਕੀਤਾ, ਤੁਸੀਂ ਆਹ ਕੁਛ ਕਰਦੇ ਆਏ ਹੋ, ਉੱਥੇ ਥੋੜਾ ਜਿਹਾ ਹੁੰਦਾ ਹੈ। ਹੁਣ ਮੈਂ ਟੀ ਆਰ ਵਿਨੋਦ ਹੋਰਾਂ ਨੂੰ ਪੁੱਛਿਆ ਵੀ ਤੁਸੀਂ ਕਿੰਨੇ ਕੁ ਇਮਾਨਦਾਰ ਹੋ, ਉਹ ਕਹਿੰਦੇ ਵੀ ਮੈਨੂੰ ਬੇਈਮਾਨੇ ਦੇ ਮੌਕੇ ਨਹੀਂ ਮਿਲੇ, ਨਹੀਂ ਮੈਂ ਤਾਂ ਇਮਾਨਦਾਰ। ਹੁਣ ਦੱਸੋ ਇਹ ਬਹੁਤ ਵੱਡੀ ਗੱਲ ਇਹ ਵੀ ਮੈਨੂੰ ਬੇਈਮਾਨੀ ਕਰਨ ਦੇ ਮੌਕੇ ਨਹੀਂ ਮਿਲੇ, ਮੈਂ ਤਾਂ ਇਮਾਨਦਾਰ ਹੈ। ਸੋ ਇਸ ਤਰ੍ਹਾਂ ਕਈ ਗੱਲਾਂ ਸਾਨੂੰ ਉਸ ਤਰ੍ਹਾਂ ਦੀਆਂ ਬੇਈਮਾਨੀਆਂ ਜਿਹੜੀਆਂ ਛੋਟੀਆਂ ਛੋਟੀਆਂ ਨਿੱਕੀਆਂ ਮੋਟੀਆਂ ਹੁੰਦੀਆਂ ਜਿਹੜੀਆਂ ਬੱਚਿਆਂ ਤੱਕ ਨਹੀਂ ਜਾਣੀਆਂ ਚਾਹੀਦੀਆਂ, ਉਹ ਛੁਪਾ ਲਈਦੀਆਂ, ਛੁਪਾਉਣੀਆਂ। ਮੇਰਾ ਖਿਆਲ ਹੈ ਜੇ ਘਰ ਦਾ ਮਾਹੌਲ ਸੁਖਾਵਾਂ ਬਣਾਈ ਰੱਖਣਾ ਜ਼ਰੂਰੀ ਵੀ ਹੁੰਦੀਆਂ ਨੇ, ਹਾਲਾਂਕਿ ਬਾਹਰ ਯਾਰਾਂ ਮਿੱਤਰਾਂ ਸਾਰਿਆਂ ਨੂੰ ਪਤਾ ਹੁੰਦਾ ਔਰ ਭੁੱਲਰ ਸਾਹਿਬ ਨੂੰ ਵੀ ਸਾਰਾ ਕੁਝ ਪਤਾ ਇਹਨਾਂ ਗੱਲਾਂ। ਅੱਛਾ, ਮੈਂ ਬਲਦੇਵ ਜੀ ਇਹ ਗੱਲ ਪੁੱਛਣਾ ਚਾਹੁੰਦਾ ਸੀਗਾ ਇਸ ਪੁਸਤਕ ਦੇ ਹਵਾਲੇ ਨਾਲ ਕਿ ਜੋ ਤੁਹਾਡੇ ਨਾਲ ਸੰਵਾਦ ਰਚਾਇਆ ਗਿਆ ਭੁੱਲਰ ਸਾਹਿਬ ਵੱਲੋਂ, ਹਾਂਜੀ, ਤੇ ਤੁਹਾਨੂੰ ਇੱਕ ਟਾਈਟਲ ਦੇ ਕੇ ਮੁਖਾਤਬ ਕੀਤਾ ਹੈਗਾ ਉਹਨਾਂ ਨੇ ਕਿ ਸਮਾਜਿਕ ਨਾਇਕਾਂ ਨੂੰ ਗਲਤੀ ਰੂਪ ਦੇਣਾ, ਹਾਂਜੀ, ਕੋਈ ਸੌਖਾ ਕਾਰਜ ਨਹੀਂ। ਹਾਂਜੀ ਬਿਲਕੁਲ, ਕਿੰਨਾ ਕੁ ਸਹਿਮਤ ਹੁੰਦੇ ਹੋ? ਨਹੀਂ ਮੈਂ ਸਹਿਮਤ ਤਾਂ ਇਹਦੇ ਨਾਲ ਪੂਰਾ ਹੈ ਕਿਉਂਕਿ ਮੈਂ ਇਹ ਗੱਲ ਕਹੀ ਹੋਈ ਹੈ। ਹੁਣ ਦੇਖੋ ਜਿਹੜੇ ਸਾਡੇ ਸਮਾਜਿਕ ਨਾਇਕ ਨੇ ਜਾਂ ਸਾਡੇ ਇਤਿਹਾਸਕ ਨਾਇਕ ਨੇ ਉਹਨਾਂ ਬਾਰੇ ਅਸੀਂ ਉੱਥੋਂ ਹੀ ਜਾਣਦੇ ਹਾਂ ਜਿਹੜਾ ਇਤਿਹਾਸ ਸਾਡੇ ਤਾਈਂ ਪਹੁੰਚਦਾ ਹੈ। ਹੁਣ ਜਿਹੜਾ ਇਤਿਹਾਸ ਸਾਡੇ ਤਾਈਂ ਪਹੁੰਚਿਆ ਹੈ ਉਹ ਕਿਸ ਤਰ੍ਹਾਂ ਦਾ ਇਤਿਹਾਸ ਹੈ, ਕੀ ਉਹ ਇਤਿਹਾਸ ਹੈਗਾ ਵੀ ਹੈ ਕਿ ਨਹੀਂ ਹੈ, ਇਹਦੇ ਬਾਰੇ ਵੀ ਬੜਾ ਕੁਝ ਸਾਨੂੰ ਸਮਝਣਾ ਸੋਚਣਾ ਪੈਂਦਾ ਹੈ। ਬਾਕੀ ਜਿਹੜਾ ਕੋਈ ਇਤਿਹਾਸਕਾਰ ਜਾਂ ਲੇਖਕ ਜਿਹੜਾ ਇਤਿਹਾਸ ਲਿਖਦਾ ਹੈ ਉਸਦੇ ਆਪਣੇ ਹਿੱਤ ਨੇ, ਉਸਦੇ ਆਪਣੇ ਸਵਾਰਥ ਨੇ, ਉਹ ਕਿਸੇ ਨਾਇਕ ਬਾਰੇ ਕੋਈ ਕਿਸ ਤਰ੍ਹਾਂ ਦੀ ਉਹਦੀ ਸੋਚ ਹੈ ਉਹਦੇ 'ਚ ਉਹ ਵਧਾ ਘਟਾ ਕੇ ਲਿਖ ਰਿਹਾ, ਉਹਨੂੰ ਵੱਡਾ ਕਰਕੇ ਲਿਖ ਰਿਹਾ ਜਾਂ ਈਰਖਾ ਬਸ ਉਹਨੂੰ ਛੋਟਾ ਕਰਕੇ ਲਿਖ ਰਿਹਾ ਜਾਂ ਉਹਦੇ 'ਚ ਹੋਰ ਵਾਧੇ ਕਰ ਰਿਹਾ, ਇਹ ਸਾਰੀਆਂ ਗੱਲਾਂ ਸਾਨੂੰ ਨਹੀਂ ਇਹ ਨਹੀਂ ਪਤਾ ਲੱਗਦਾ ਕਿਸੇ ਬਾਰੇ। ਅਸੀਂ ਜਿਹੜਾ ਹੈ ਉਹ ਚੰਗਾ ਸੁਣਨਾ ਹੀ ਨਹੀਂ ਚਾਹੁੰਦੇ, ਕਿਸੇ ਬਾਰੇ ਅਸੀਂ ਮਾੜਾ ਸੁਣਨਾ ਨਹੀਂ ਚਾਹੁੰਦੇ। ਪਰ ਮਨੋਵਿਗਿਆਨ ਕਹਿੰਦਾ ਵੀ ਮਨੁੱਖ ਵਿੱਚ ਪ੍ਰਵਿਰਤੀਆਂ ਜਿਹੜੀਆਂ ਦੋਵੇਂ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਇਸ ਕਰਕੇ ਇਤਿਹਾਸਕ ਨਾਇਕ ਬਾਰੇ ਜਿਹੜੀ ਧਾਰਨਾ ਸਾਡੇ ਕੁਝ ਲੋਕਾਂ ਦੀ ਬਣੀ ਹੋਈ ਹੈ, ਕਿਸੇ ਦੀ ਸ਼ਰਧਾ ਪੂਰਵਕ ਬਣੀ ਹੋਈ ਹੈ, ਕਿਸੇ ਨੂੰ ਕਿਸ ਤਰ੍ਹਾਂ ਦਾ ਉਸਨੂੰ ਚੰਗਾ ਲੱਗਦਾ, ਜੇ ਉਹਦੇ ਬਾਰੇ ਅਸੀਂ ਸੱਚ ਦੀ ਖੋਜ ਕਰਦੇ ਹਾਂ ਇਤਿਹਾਸ ਵਿੱਚ ਜੇ ਸੱਚ ਨੂੰ ਬਿਆਨਦੇ ਹਾਂ ਤਾਂ ਉਹ ਥੋੜ੍ਹੀ ਜਿਹੀ ਉਹਨਾਂ ਨੂੰ ਤਕਲੀਫ਼ ਹੁੰਦੀ ਹੈ, ਗਾਹ ਤਕਲੀਫ ਉਹਨਾਂ ਨੂੰ ਜਿਹੜੀ ਹੁੰਦੀ ਹੈ ਫਿਰ ਉਹ ਲੇਖਕ ਨੂੰ ਵੀ ਭੋਗਣੀ ਪੈਂਦੀ ਹੈ, ਮੈਂ ਭੋਗ ਵੀ ਚੁੱਕਿਆ ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਕਿਸੇ ਨਾਇਕ ਬਾਰੇ ਇਤਿਹਾਸਕ ਨਾਇਕ ਬਾਰੇ ਜਾਂ ਜਿਹੜੇ ਲੋਕ ਨਾਇਕ ਨੇ ਜਾਂ ਖਾਸ ਕਰਕੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਨਾਇਕ ਨੇ ਉਹਨਾਂ ਬਾਰੇ ਲਿਖਣਾ ਜਿਹੜਾ ਹੈ ਉਹ ਔਖਾ ਕਾਰਜ ਹੈ, ਮੈਂ ਹੁਣ ਵੀ ਮੈਂ ਇਸ ਗੱਲ ਨੂੰ ਮੰਨਦਾ ਹੈ। ਤੇ ਬਾਕੀ ਇਹ ਹੈ ਵੀ ਸੱਚ ਲਿਖਣਾ ਵੀ ਔਖਾ ਹੈ, ਸੱਚ ਸਹਿਣਾ ਵੀ ਜਿਹੜਾ ਔਖਾ ਹੈ, ਤੇ ਸੱਚ ਬਰਦਾਸ਼ਤ ਕਰ ਜਿਸ ਤਰ੍ਹਾਂ ਕਰਦੇ ਨੇ ਉਹ ਸਾਰਾ ਕੁਝ ਇਹ ਜੁੜਿਆ ਹੋਇਆ ਹੈ, ਸਾਡੀਆਂ ਭਾਵਨਾਵਾਂ ਨਾਲ ਸਾਡੀਆਂ ਸ਼ਰਧਾ ਕਿਸ ਤਰ੍ਹਾਂ ਦੀਆਂ ਨੇ ਉਹ ਕਿਸੇ ਬਾਰੇ ਇਹ ਸਾਰੇ ਸੋਚ ਸਮਝ ਕੇ ਕੰਮ ਕਰਨ ਵਾਲੀ ਗੱਲ ਹੈ। ਇੱਕ ਗੱਲ ਜਿਹੜੀ ਬਲਦੇਵ ਸਿੰਘ ਹੋਰਾਂ ਨੇ ਪਹਿਲਾਂ ਕਹੀ ਹੈ ਜੀ, ਮੈਂ ਉਹਦੇ ਬਾਰੇ ਬੋਲਣਾ ਚਾਹੁੰਦਾ ਥੋੜ੍ਹਾ। ਸਰ ਤੁਸੀਂ ਆਖਰ ਤੇ ਬੋਲਣਾ, ਇਤਿਹਾਸਿਕ ਜਦੋਂ ਕੋਈ ਗੱਲ ਇਹੋ ਜਿਹੀ ਹੁੰਦੀ ਹੈ ਜਿਹੜੀ ਔਲਾਦ ਤੋਂ ਜਾਂ ਪਰਿਵਾਰ ਤੋਂ ਛੁਪਾਉਣੀ ਪੈਂਦੀ ਹੈ। ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਮਿਸਾਲ ਦਿੰਦਾ ਕਿ ਜੇ ਇਹ ਗੱਲਾਂ ਨਾ ਕੀਤੀਆਂ ਜਾਣ ਤਾਂ ਜਿਹੜੀ ਮੁਲਾਕਾਤ ਹੈ ਨਾ ਕਈ ਵਾਰੀ ਨੀਰਸ ਵੀ ਹੋ ਜਾਂਦੀ ਹੈ, ਪਰ ਮੁਲਾਕਾਤ ਕਰਨ ਵਾਲੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਬਸ ਕਿੱਥੇ ਕਰਨਾ। ਮੈਂ ਡਾਕਟਰ ਹਰਭਜਨ ਸਿੰਘ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਹਨਾਂ ਦੀ ਪਤਨੀ ਕਿਰਪਾਲ ਕੌਰ ਜੀ ਚਾਹ ਲੈ ਕੇ ਆਏ ਬੈਠੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿਰਪਾਲ ਕੌਰ ਜੀ, ਡਾਕਟਰ ਸਾਹਿਬ ਕੋਲ ਜਦੋਂ ਨਾਲ ਪੜ੍ਹਾਉਣ ਵਾਲੀਆਂ ਜਾਂ ਇਹਨਾਂ ਦੇ ਅਧੀਨ ਖੋਜ ਕਰਨ ਵਾਲੀਆਂ ਆਉਂਦੀਆਂ ਤੁਹਾਨੂੰ ਕਿਵੇਂ ਲੱਗਦਾ? ਉਹ ਕਹਿੰਦੇ ਭੁੱਲਰ ਜੀ, ਇਹਨਾਂ ਨੂੰ ਸਿਰਫ ਖੋਜ ਕਰਨ ਵਾਲੀਆਂ ਜਾਂ ਪੜ੍ਹਾਉਣ ਵਾਲੀਆਂ ਨਹੀਂ ਆਉਂਦੀਆਂ, ਇਹਨਾਂ ਨੂੰ ਬਾਹਰ ਵੀ ਮਿਲਦੀਆਂ ਨੇ, ਕਹਿੰਦੀ ਉਹ। ਤੇ ਕਹਿੰਦੀ ਕੁਛ ਰੱਬ ਦੀ ਐਸੀ ਕਿਰਪਾ ਹੈ ਕਿ ਮੈਨੂੰ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਉਹਦੀ ਸੋਰ ਲੱਗ ਜਾਂਦੀ ਹੈ। ਤੇ ਉਹਨੇ ਕਹਾ ਇਹ ਮੰਨ ਵੀ ਜਾਂਦੇ ਆ, ਕਹਿੰਦੀ। ਉਹ ਡਾਕਟਰ ਸਾਹਿਬ ਕਹਿਣ ਲੱਗੇ ਵੀ ਦੇਖੋ ਜੀ, ਇਹਨਾਂ ਨੂੰ ਸੋ ਤਾਂ ਕਿਤੋਂ ਨਹੀਂ ਲੱਗਦੀ, ਮਹਾਭਾਰਤ ਦੇ ਸੰਜੇ ਵਾਂਗੂ ਇਹਨਾਂ ਨੂੰ ਸਭ ਕੁਛ ਆਪ ਹੀ ਦੂਰ ਦੂਰ ਦਿਸਦਾ, ਬਾਕੀ ਨਾ ਮੰਨਣ ਵਾਲੀ ਗੱਲ ਕੋਈ ਨੀ, ਮੇਰੇ ਤਾਂ ਸਵੱਛ ਸੰਬੰਧ ਹੋਣ ਤੇ ਉਹਨੂੰ ਛੁਪਾਉਣ ਦੀ ਲੋੜ ਕੋਈ ਨੀ। ਇੱਥੇ ਮੈਂ ਫਿਰ ਉਹ ਗੱਲ ਖਤਮ ਕਰਤੀ, ਜੇ ਤੂੰ ਅੱਗੇ ਫਿਰ ਉਸ ਗੱਲ ਨੂੰ ਤੁਰ ਫਿਰ ਉਹ ਮੁਸ਼ਕਲ ਕਰਦੀ ਹੈ। ਉਹ ਮੁਲਾਕਾਤ ਕਰਨ ਵਾਲੇ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੀ ਗੱਲ ਕਰਨੀ ਹੈ, ਇਹਨੂੰ ਬਸ ਕਿੱਥੇ ਕਰਨਾ, ਕਿੰਨੀ ਕਰਨੀ ਦੀ ਗੱਲ ਮੈਂ ਤੁਹਾਨੂੰ ਦੱਸਦਾ। ਕੱਲ ਢੁੱਡੀ ਕੇ ਫੰਕਸ਼ਨ ਸੀ ਇੱਕ,
ਸਾਡਾ ਬਹੁਤ ਲੇਖਕ ਹੈਗਾ ਇਹ ਹਰੀ ਸਿੰਘ ਢੁੱਡੀ ਕੇ ਉਹਨੇ ਕੁਝ ਇਤਿਹਾਸਕ ਨਾਵਲ ਲਿਖੇ ਨੇ ਛੋਟੇ ਛੋਟੇ ਆ ਲੇਕਿਨ ਉਹ ਪਰ ਉਹ ਵਿਚਾਰਾ ਏਡਾ ਸਾਊ ਹੈ ਵੀ ਨਾ ਤਾਂ ਕਿਤੇ ਗੋਸ਼ਟੀ ਕਰਾਉਂਦਾ ਨਾ ਕਿਤੇ ਕਿਸੇ ਨੂੰ ਦੱਸਦਾ ਨਾ ਸੋਸ਼ਲ ਮੀਡੀਆ ਵਰਤਦਾ ਨਾ ਅਖਬਾਰਾਂ 'ਚ ਖਬਰਾਂ ਲਾਉਂਦਾ ਮੈਂ ਏਡਾ ਸਾਊ ਹੈ ਨਾ ਉੱਥੇ ਮੈਨੂੰ ਕਹਿੰਦੇ ਵੀ ਬੋਲ ਇਹਦੇ ਬਾਰੇ ਮੈਂ ਕਿਹਾ ਵੀ ਇਸ ਸਾਊ ਬੰਦੇ ਬਾਰੇ ਬੋਲਾਂ ਕੀ ਮੈਂ ਕਿਹਾ ਇਹ ਕਿਸੇ ਪਾਸੇ ਨਾ ਤਾਂ ਮਿਲਦਾ ਨਾ ਕਿਤੇ ਕਿਤੇ ਜਾਂਦਾ ਝੋਲਾ ਅਜੇ ਪੁਰਾਣਾ ਛੱਡਿਆ ਪੁਰਾਣਾ ਕਵੀ ਦਰਬਾਰਾਂ ਵਾਲਾ ਝੋਲਾ ਉਹਦੇ ਮੋਢੇ 'ਚ ਅਜੇ ਵੀ ਹੁੰਦਾ ਉਹ ਅਜੇ ਵੀ ਪਾ ਕੇ ਜਾਂਦਾ ਜਿੱਥੇ ਜਾਂਦਾ ਮੈਂ ਕਿਹਾ ਮੈਨੂੰ ਉਹ ਸਾਧ ਦੀ ਗੱਲ ਚੇਤੇ ਆਉਂਦੀ ਆ ਵਿਚਾਰੇ ਮੀਆਂ ਬੀਵੀ 10 ਸਾਲ ਹੋ ਗਏ ਬੱਚਾ ਨੀ ਹੋਇਆ ਸੀ ਤੇ ਉਹ ਸਾਧ ਕੋਲੇ ਜਾਂਦੇ ਆ ਤੇ ਮੈਂ ਕਿਹਾ ਵੀ ਉਹ ਕਹਿੰਦਾ ਵੀ ਭਾਈ ਉਹ ਬੁੜੀਆਂ ਵੀ ਬੈਠੀਆਂ ਸੀ 4-5 ਜਦੋਂ ਮੈਂ ਕਿਹਾ ਵੀ ਭਾਈ ਸਾਹਿਬ ਨੇ ਉਹ ਕੁੜੀਆਂ ਦਿੱਤੀਆਂ ਵੀ ਭਾਈ ਆ 10 ਦਿਨ ਖਾ ਲਈ ਵੀ ਕੋਈ ਨੀ ਬੱਚਾ ਹੋ ਜਾਊਗਾ ਤੇ ਮੈਂ ਕਿਹਾ ਉਹਨੇ ਫਿਰ ਬੰਦੇ ਨੂੰ ਸੱਦ ਲਿਆ ਵੀ ਇੱਕ ਮਿੰਟ ਮੇਰੀ ਗੱਲ ਸੁਣ ਜਾ ਤੇ ਮੈਂ ਕਿਹਾ ਉਹ ਕਹਿੰਦਾ ਵੀ ਭਾਈ ਮੇਰੀਆਂ ਕੁੜੀਆਂ ਤੇ ਨਾ ਰਹੀ ਮੈਂ ਅਗਲੀ ਗੱਲ ਲੁਕੋ ਗਿਆ ਉਹਨੇ ਇੱਕ ਦੂਜੀ ਨੇ ਮੈਂ ਦੇਖਿਆ ਉਹਨੇ ਹੱਥ ਜਿਹਾ ਨੱਪਿਆ ਵੀ ਗਾਂਹ ਕੁਝ ਹੋਰ ਕਹੂਗਾ ਮੈਂ ਕਿਹਾ ਵੀ ਮੈਂ ਹਰੀ ਸਿੰਘ ਨੂੰ ਕਹਿੰਦਾ ਵੀ ਭਾਈ ਤੂੰ ਹੁਣ ਇਕੱਲਾ ਨਾ ਚੁੱਪ ਕਰਕੇ ਘਰੇ ਲਿਖਣ ਤੇ ਨਾ ਰਹੇ ਜੁਗਾੜ ਕਰਨਾ ਪੈਂਦਾ ਮਾੜਾ ਮੋਟਾ ਥੋੜਾ ਬਹੁਤਾ ਦੱਸਣਾ ਕੁੰਨਾ ਕਰਦਾ ਮੈਂ ਕਿਤਾਬ ਲਿਖੀ ਹੈ ਇਹਦੀ ਭਾਈ ਕੋਈ ਗੱਲ ਕਰੋ ਤਾਂ ਹੀ ਮੈਂ ਕਿਹਾ ਅੱਜ ਦਾ ਯੁੱਗ ਹੈ ਮੀਡੀਆ ਦਾ ਇਹ ਬੜਾ ਜ਼ਰੂਰੀ ਹੈ ਤੋ ਇਸ ਕਰਕੇ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਤੁਹਾਨੂੰ ਵਿਚਾਰੇ ਰੋਕਣੀ ਪੈਂਦੀ ਆ ਮੈਂ ਬਾਅਦ 'ਚ ਕਿਹਾ ਹਿਲ ਕਿਤਾਬ ਲੈ ਕੇ ਹਿਲ ਜੁਲ ਵੀ ਕਰਨੀ ਹੁੰਦੀ ਆ ਭਾਈ ਫਿਰ ਇਹ ਗੱਲਾਂ ਸਾਰੀਆਂ ਚੱਲਦੀਆਂ ਇਸੇ ਚਰਚਾ ਦੇ ਨਾਲ ਨਾਲ ਮੈਂ ਇੱਕ ਵਾਰ ਫਿਰ ਤੋਂ ਅਤੇ ਸਿੰਘ ਜੀ ਹੋਣਾ ਨਾਲ ਜੁੜਨਾ ਚਾਹੂੰਗਾ ਕਿ ਅਤੇ ਸਿੰਘ ਜੀ ਹੋਰੀ ਆਪਣੀ ਗੱਲ ਨੂੰ ਹੋਰ ਥੋੜਾ ਵਿਸਥਾਰ ਦੇਣ ਇਸ ਕਿਤਾਬ ਦੇ ਹਵਾਲੇ ਨਾਲ ਅਤੇ ਸਿੰਘ ਜੀ ਸ਼ੁਕਰੀਆ ਮਨੀਸ਼ ਜੀ ਕੁਛ ਗੱਲਾਂ ਤੁਹਾਡੀਆਂ ਬੜੀਆਂ ਪਾਇਦਾਰ ਨੇ ਜਿਨ੍ਹਾਂ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਕੁਛ ਬਲਦੇਵ ਹੋਰਾਂ ਦੀ ਗੱਲ ਚੋਂ ਨਿਕਲ ਰਹੀ ਆ ਭੁੱਲਰ ਹੋਰਾਂ ਦੀ ਗੱਲ ਬਹੁਤ ਹੀ ਸਪਸ਼ਟ ਨਹੀਂ ਹੋਏਗੀ ਔਰ ਮੈਨੂੰ ਇੱਕ ਇਸ ਅੱਜ ਦੀ ਗੋਸ਼ਟੀ ਚ ਇੱਕ ਮਜ਼ੇਦਾਰ ਗੱਲ ਇਹ ਲੱਗ ਰਹੀ ਆ ਵੀ ਤੁਸੀਂ ਸਾਨੂੰ ਦੋ ਬੰਦਿਆਂ ਨੂੰ ਜਿਹਨਾਂ ਨੂੰ ਸੱਦਿਆ ਤੁਸੀਂ ਤੇ ਆਪਣੇ ਆਪ ਸੱਦਿਆ ਤੇ ਪਰ ਇਹ ਨੀ ਗਾ ਤੁਸੀਂ ਪੁਰਾਣੇ ਇੱਕ ਦੂਜੇ ਦੀਆਂ ਜੜਾਂ ਤੋਂ ਜਾਣੂ ਆ ਤੇ ਬਲਦੇਵ ਹੋਣੀ ਜਿਸ ਤਰ੍ਹਾਂ ਗੱਲ ਕਰ ਰਹੇ ਆ ਮਜਲਿਸ ਦੀ ਕਿ ਮਜਲਿਸ ਤਾਂ ਜਾਂ ਹੋਣਾ ਆ ਸਾਰਾ ਕੁਛ ਹੈਗਾ ਮਜਲਿਸ ਨਾ ਤਾਂ ਨਵੀਆਂ ਤੇ ਨਾ ਪੁਰਾਣੀਆਂ ਬਹੁਤ ਖਾਸ ਭੁੱਲਰ ਹੋ ਰਹੀ ਨਿਆਣੇ ਨੀ ਗਏ ਜਿਹਨਾਂ ਨੇ ਸ਼ੁਰੂ ਦੇ ਵਿੱਚ ਹੀ ਵਾਰਿਸ ਸ਼ਾਹ ਦੀ ਧੂਪ ਲੈ ਲਈ ਹੈ ਯਾਰਾਂ ਨਾਲ ਮਜਾਲਸਾਂ ਵਿੱਚ ਬੈਠੇ ਉਹਨਾਂ ਗੱਲ ਨਿਬੇੜਤੀ ਵੀ ਵਾਰਿਸ ਸ਼ਾਹ ਦਾ ਲਫ਼ਜ਼ ਹੈਗਾ ਹੁਣ ਵਾਰਿਸ ਹੈ ਅੱਗੇ ਜਾ ਕੇ ਕਿੱਥੇ ਮਜਲਿਸ ਦੀ ਗੱਲ ਕਰਦਾ ਭਾਈਆਂ ਬਾਜਨਾ ਮਜਲਸਾਂ ਸੌਂਦੀਆਂ ਨੇ ਮਜਲਿਸ ਤਾਂ ਉੱਥੇ ਵੀ ਹੈਗੀ ਆ ਜਦੋਂ ਚੂਚਕ ਆਪਣੇ ਭਰਾਵਾਂ ਨੂੰ ਸੱਦ ਕੇ ਪਰੇ ਲਾਉਂਦਾ ਵਾ ਤੇ ਇਹ ਪਰੇ ਲਾਉਣਾ ਵੀ ਉਹਨਾਂ ਵੇਲਿਆਂ ਦੀ ਇੱਕ ਮਜਲਿਸ ਹੈ ਚੂਚਕ ਸੱਦ ਭਾਈ ਪਰੇ ਲਾ ਬੈਠਾ ਕਿਤੇ ਹੀਰ ਨੂੰ ਚਾਹ ਪਰਨਾਈ ਹੈ ਜੀ ਤੇ ਅੱਗੋਂ ਭਾਈ ਕੀ ਜਵਾਬ ਦਿੰਦੇ ਆ ਕਿੱਥੋਂ ਰੁਲਦਿਆਂ ਗੋਲਿਆਂ ਆਇਆਂ ਨੂੰ ਮਿਲਣ ਇਹ ਸਿਆਲਾਂ ਦੀਆਂ ਜਾਈਆਂ ਸੋ ਇਹ ਉਸ ਵੇਲੇ ਰਿਵਾਜ਼ ਸੀਗਾ ਆਪਣੇ ਭੈਣਾਂ ਭਰਾਵਾਂ ਸ਼ਰੀਕੇ ਭਾਈਚਾਰੇ ਦੇ ਵਿੱਚ ਗੱਲ ਕਰਨ ਦਾ ਔਰ ਇੱਕ ਬਹੁਤ ਪੁਰਾਣਾ ਲਫ਼ਜ਼ ਸਾਡੇ ਕੋਲ ਆਈ ਡੋਂਟ ਥਿੰਕ ਤੇ ਸਾਡੇ ਠੇਠ ਪੰਜਾਬੀ ਦਾ ਹੈਗਾ ਵਾ ਇਹਦਾ ਮੂਲ ਸੰਸਕ੍ਰਿਤ ਹੋ ਸਕਦਾ ਗੋ ਗੋ ਦੇ ਉੱਤੋਂ ਹੀ ਜਿਹੜਾ ਮੁਨਸ਼ੀ ਪ੍ਰੇਮ ਚੰਦ ਹੋਣਾ ਦਾ ਨਾਵਲ ਆਇਆ ਪਹਿਲਾਂ ਗੋਦਾਨ ਤੇ ਗੋਦ ਇੱਕ ਨਹੀਂ ਇੱਕ ਵਾਰ ਮੈਂ ਕਿਸੇ ਅਖਬਾਰ ਚੋਂ ਪੜਿਆ ਮੈਂ ਸਹੀ ਸਹੀ ਨਹੀਂ ਕਹਿ 16 ਅਰਥ ਇੱਕ ਸੱਜਣ ਨੇ ਗੋ ਦੇ ਲੱਭੇ ਸੀਗੇ ਪਰ ਮੈਨੂੰ ਇੱਕੋ ਹੀ ਯਾਦ ਆ ਤੇ ਉਹ ਯਾਦ ਆ ਡਾਕਟਰ ਵੀਰ ਸਿੰਘ ਨੂੰ ਸ਼ਾਇਦ ਹੋਵੇ ਕਿ ਇਹਨਾਂ ਨੇ ਇੱਕ ਕਵੀ ਦਰਬਾਰ ਤੇ ਰੂਬਰੂ ਕਰਾਇਆ ਸੀ ਨਿਰਮਲ ਵਰਮਨ ਹੋਰਾਂ ਦਾ ਚੰਡੀਗੜ੍ਹ ਦੇ ਵਿੱਚ ਬਹੁਤ ਦੇਰ ਪਹਿਲਾਂ ਤੇ ਭੰਡਾਰੀ ਹੁਣ ਉੱਥੇ ਇੱਕ ਸਵਾਲ ਪੁੱਛਿਆ ਸੀ ਵੀ ਗੋ ਸ਼ਟ ਕੀ ਹੁੰਦੀ ਆ ਉਹਦਾ ਫਿਰ ਇਹ ਲੱਭਿਆ ਸੀ ਹਾਲੇ ਵੀ ਗੋ ਦਾ ਮਤਲਬ ਗਊ ਤੇ ਮਤਲਬ ਖੁਰਲੀ ਗਾਂ ਦੀ ਖੁਰਲੀ ਤੇ ਬਹਿ ਕੇ ਗੱਲਬਾਤ ਕਰਨੀ ਮਤਲਬ ਕਿ ਖੁੱਲੀ ਗੱਲਬਾਤ ਕਰਨੀ ਆ ਕੋਈ ਥਾਂ ਮਿੱਥ ਕੇ ਨੀ ਜਿਸ ਤਰ੍ਹਾਂ ਆਪਾਂ ਹੁਣ ਥਾਂ ਮਿੱਥ ਕੇ ਗੱਲ ਕਰ ਰਹੇ ਹਾਂ ਇਸ ਤਰ੍ਹਾਂ ਗੱਲ ਨੀ ਗੀ ਕਰਨੀ ਇਹ ਗੋਸ਼ਟ ਦਾ ਜਿਹੜਾ ਇੱਕ ਪੁਰਾਣਾ ਰੂਪ ਤੁਰਿਆ ਆ ਰਿਹਾ ਵਾ ਤੇ ਗੋਦਾਨ ਗਊਦਾਨ ਉਸ ਤੋਂ ਅੱਗੇ ਜਦੋਂ ਗੁਰਦਿਆਲ ਸਿੰਘ ਹੋਣਾ ਦੇ ਨਾਵਲ ਤੇ ਅਸੀਂ ਪਹੁੰਚ ਜਾਂਦੇ ਹਾਂ ਅੰਨੇ ਘੁੜ ਦਾ ਦਾਨ ਉਹਦੇ ਵਿੱਚ ਪਿੰਡ ਦਾਨ ਦੀ ਗੱਲ ਆ ਰਹੀ ਹੈ ਸੋ ਇਸ ਤਰ੍ਹਾਂ ਜਿਹੜੇ ਜਿੱਥੇ ਮੈਨੂੰ ਲੱਗਦਾ ਕਿ ਬਲਦੇਵ ਜੀ ਤੇ ਮੇਰੇ ਸੁਰ ਰਲ ਰਹੀ ਰੱਖਦੀ ਆ ਇਸ ਦੇ ਵਿੱਚ ਔਰ ਪਲੱਸ ਡਾਕਟਰ ਮਨੀਸ਼ ਹੋਰਾਂ ਦੀ ਵੀ
कि ये तरवेज सिंह नहीं चाहते हैं कि यह किताब जी अस इस तरह प्रजेंट करिए कि लोगों तक पहुंचे पाठक पढ़ने वास्ते उत्सुक हो बारे मैं एक नुकता थोड़े साझा कर दें कि पाठक क्यों ये किताब पढ़े मैं पूछेगा कि तू क्यों कहना भी किताब पढ़ो मैं ये कहंगा कि यह इको एक पंजाबी की किताब है जिहड़ी किसे नाल मुलाकात करदे आ मजलस दे विच बह के संवाद रचा के चाहे प्रवचन रचा के चाहे किसे भी रूप च करदे किसे दे परदे नहीं फरोलदा इह क्योंकि उह गुरबचन सिंह भुल्लर उहनां दी इक अवस्था भी हैगी ने नहीं सियाणप वाली उह परदे नहीं गए फरोलदे जे फरोलदे भी है ते वध तों वध उह वारे शाह तक ही अपड़दे आ कि वारे शाह लुकाईए जग कोलों भावें अपना ही गुड़ खाईए जी ਇਹ ਉਹਨਾਂ ਦੀ ਮੈਨੂੰ ਕਮਾਲ ਲੱਗੀ ਆ ਤੇ ਉਹਨਾਂ ਸੁੱਗਲ ਹੋਣਾ ਤੋਂ ਲੈ ਕੇ ਤੇ ਗੋਸ਼ੀ ਹੋਣਾ ਤੱਕ ਇਹੋ ਜਿਹੀ ਗੱਲ ਤੋਂ ਹਮੇਸ਼ਾ ਹੀ ਸੰਕੋਚ ਕੀਤਾ ਗੱਲ ਹਰ ਕੇ ਕੀਤੀ ਆ ਔਰ ਫਿਰ ਇੱਕ ਹੋਰ ਮੈਂ ਕੰਟੈਕਸਟ ਦੱਸਣਾ ਚਾਹਾਂਗਾ ਕਿ ਇਹ ਕੰਮ ਵੀ ਮੈਂ ਮੈਨੂੰ ਪਤਾ ਮੈਂ ਨਹੀਂ ਕਰਦਾ ਭੁੱਲਰ ਹੋਰੀ ਕੀ ਕਰ ਸਕਦੇ ਸੀ ਤੇ ਉਹਨਾਂ ਕਰਕੇ ਦਿਖਾ ਦਿੱਤਾ ਜੇ ਉਹ ਦੁੱਗਲ ਹੋਣਾ ਨਾਲ ਗੱਲ ਕਰ ਰਿਹਾ ਤੇ ਉਹਨਾਂ ਨਾਲ ਸਤਿਕਾਰ ਦੇ ਲਹਿਜੇ 'ਚ ਗੱਲ ਕਰ ਰਿਹਾ ਵੀ ਇਹ ਆਪਣੇ ਵੇਲੇ ਦਾ ਸਤਿਕਾਰਤ ਸਾਹਿਤਕਾਰ ਆ ਗੰਭੀਰ ਆ ਇਹਦੇ ਕੋਲ ਮੈਨੂੰ ਕੁਛ ਜਾਣਨਾ ਚਾਹੀਦਾ ਜਦੋਂ ਉਹ ਜਗਮੀਤ ਬਰਾੜ ਕੋਲ ਸੋਰੀ ਜਗਮੀਤ ਬਰਾੜ ਕੋਲ ਜਾਂਦੇ ਨੇ ਤਾਂ ਮੈਨੂੰ ਉਹ ਸਾਰੀ ਇੰਟਰਵਿਊ ਪੜ੍ਹਦਿਆਂ ਨਾ ਤੇ ਅਖੀਰ ਤੱਕ ਕਿਉਰਿਓਸਿਟੀ ਹੈਗੀ ਵੀ ਜਗਜੀਤ ਬਰਾੜ ਕੌਣ ਆ ਕਿਉਂਕਿ ਅਸੀਂ ਸਿਰਫ ਪੰਜਾਬੀ 'ਚ ਇੱਕ ਜਗਜੀਤ ਬਰਾੜ ਸੁਣਿਆ ਸੀ ਧੁੱਪ ਦਰਿਆ ਦੀ ਦੋਸਤੀ ਵਾਲਾ ਜਿਹਦਾ ਇੱਕੇ ਨਾਵਲ ਦੇ ਉੱਤੇ ਹੀ ਸਥਾਪਿਤ ਹੋ ਗਿਆ ਸੀ ਤੇ ਉਸ ਤੋਂ ਬਾਅਦ ਅਸੀਂ ਕਦੇ ਉਹਦਾ ਨਾਂ ਨਹੀਂ ਸੀ ਸੁਣਿਆ ਉੱਥੇ ਜਾ ਕੇ ਉਹ ਏਡਾ ਵੱਡਾ ਵਿਦਵਾਨ ਬਣ ਗਿਆ ਸਾਇੰਟਿਸਟ ਬਣ ਗਿਆ ਹੋਰ ਉਹਨੇ ਬੜੀਆਂ ਖੋਜਾਂ ਕੀਤੀਆਂ ਤੇ ਖਾਸ ਕਰਕੇ ਆਰਥਿਕਤਾ ਦੇ ਉੱਤੇ ਉਹਦੀ ਰਿਸਰਚ ਜਿਹੜੀ ਆ ਉਹ ਕਮਾਲ ਦੀ ਹੈਗੀ ਔਰ ਜੇ ਤੁਸੀਂ ਗੁਗਲ ਸਾਹਿਬ ਤੋਂ ਤੇ ਉਹਨਾਂ ਦੋਹਾਂ ਇੰਟਰਵਿਊਜ਼ ਨੂੰ ਨਾਲ ਰੱਖ ਕੇ ਪੜ੍ਹ ਕੇ ਦੇਖੋਗੇ ਤਾਂ ਇਹ ਲੱਗੇਗਾ ਕਿ ਦੁੱਗਲ ਸਾਹਿਬ ਦੇ ਕੋਲੋਂ ਸਾਰੀ ਗੱਲ ਉਹ ਉਗਲਾ ਰਹੇ ਆ ਸੁਣਾ ਰਹੇ ਆ ਨਵੀਂ ਪੀੜ੍ਹੀ ਨੂੰ ਕਿ ਬੰਦੇ ਉਹ ਐਂ ਲਿਖੀਦਾ ਵਾ ਜਾਂ ਇੰਜ ਲਿਖਣਾ ਬਣਦਾ ਤੇ ਜਦੋਂ ਜਗਜੀਤ ਬਰਾੜ ਦੀ ਗੱਲ ਕਰਦੇ ਆ ਤੇ ਸਿਰਫ ਆਖਰੀ ਪਹਿਚਾਣ ਕੇ ਸਾਹਿਬ ਦੀ ਗੱਲ ਛੇੜਦੇ ਆ ਸਾਰੇ ਇੰਟਰਵਿਊ ਦੇ ਵਿੱਚ ਉਹ ਆਰਥਿਕਤਾ ਦੀ ਗੱਲ ਸੱਭਿਆਚਾਰ ਦੀ ਗੱਲ ਸਮਾਜ ਦੀ ਗੱਲ ਤੇ ਉੱਥੋਂ ਦੇ ਤੇ ਇੱਥੋਂ ਦੇ ਸੱਭਿਆਚਾਰ ਦੀ ਗੱਲ ਉਹਨਾਂ ਦੀ ਤੁਲਨਾ ਜਿਹਨਾਂ 'ਚੋਂ ਅਸੀਂ ਬਹੁਤ ਸਾਰੀਆਂ ਗੱਲਾਂ ਬੇਸ਼ੱਕ ਪਹਿਲਾਂ ਜਾਣਦੇ ਵੀ ਹੋਵਾਂਗੇ ਔਰ ਸਾਹਿਤ ਬਾਰੇ ਅਸੀਂ ਇਹੋ ਜਿਹੀ ਕਿਤੇ ਵੀ ਫੜ ਮਰ ਕੇ ਗੱਲ ਨਹੀਂ ਇਹ ਕਹਿ ਸਕਦੇ ਮੈਂ ਭੁੱਲਰ ਸਾਹਿਬ ਤੋਂ ਵੀ ਮਾਫ਼ੀ ਨਾਲ ਇਹ ਗੱਲ ਕਹਾਂਗਾ ਵੀ ਇਹ ਗੱਲ ਤੇ ਮੈਂ ਹੀ ਕਹੀ ਆ ਮੇਰੇ ਤੋਂ ਪਹਿਲਾਂ ਤਾਂ ਕਿਸੇ ਨੇ ਕਹੀ ਨਹੀਂ ਜੋ ਹੋਰ ਤਾਂ ਕੋਈ ਕਹਿ ਨਹੀਂ ਸਕਦਾ ਤਾਂ ਜਿਸ ਤਰ੍ਹਾਂ ਜਿਹੜੇ ਕੰਟੈਕਸਟ 'ਚ ਜਗਜੀਤ ਬਰਾੜ ਹੋਣਾ ਨੂੰ ਇਹਨਾਂ ਨੇ ਪੁਰੇਧਿਆ ਕਹਿ ਲਓ ਤੇ ਇੰਨੀਆਂ ਇੰਪੋਰਟੈਂਟ ਗੱਲਾਂ ਅੱਜ ਦੇ ਯੁੱਗ 'ਚ ਕੀਤੀਆਂ ਹਾਂ ਸਿਰਫ ਇੱਕ ਗੱਲੋਂ ਇਹ ਸਾਰੀ ਕਿਤਾਬ ਮੈਨੂੰ ਔਖੀ ਲੱਗਦੀ ਆ ਜਿੱਥੇ ਸਾਨੂੰ ਸਮੱਸਿਆ ਬਣਦੀ ਆ ਕਿ ਇਹਨਾਂ ਨੇ ਮੁਲਾਕਾਤਾਂ ਦੇ ਨਾਲ ਨਾਲ ਤਰੀਕਾਂ ਨਿੰਗੀਆਂ ਲਿਖੀਆਂ ਸੰਧ ਨਹੀਂ ਲਿਖੀ ਸੀ ਉਹ ਜਿਹੜੇ ਅਮਰੀਕਾ ਦੀ ਗੱਲ ਬਰਾੜ ਹੋਣੀ ਕਰ ਰਿਹਾ ਉਹ ਕਿਹੜੇ ਵੇੜੇ ਦੇ ਅਮਰੀਕਾ ਦੀ ਗੱਲ ਕਰ ਰਿਹਾ ਉੱਥੇ ਸਾਨੂੰ ਥੋੜ੍ਹਾ ਜਿਹਾ ਪੜ੍ਹਨ ਲੱਗਿਆ ਨਾ ਵਿਚਾਰਨਾ ਪੈਂਦਾ ਵੀ ਉਹ ਸਮਾਂ ਹੋਏਗਾ ਇਹ ਹੋਏਗਾ ਖੈਰ ਮੈਂ ਇੱਕ ਗੱਲ ਕਰਨਾ ਚਾਹੁੰਦਾ ਵੀ ਉਹਦੇ ਵਿੱਚੋਂ ਪੜ੍ਹ ਕੇ ਨਾ ਇੱਕ ਲਾਈਨ ਦਾ ਇੱਕ ਨਿਚੋੜ ਨਿਕਲਦਾ ਪਰ ਉਹਨਾਂ ਦੀ ਲਾਈਨ ਨਹੀਂ ਗਾ ਲਾਈਨ ਕਿਸੇ ਹੋਰ ਦੀ ਹਰਜੀਤ ਦੌਧਰੀ ਆ ਇਹ ਗੱਲ ਬੜੇ ਪਿਆਰ ਨਾਲ ਕਿਤੇ ਲਿਖਦਾ ਜੇ ਮੈਂ ਨਾ ਭੁੱਲ ਰਿਹਾ ਵਾਂ ਤੇ ਉਹ ਕਹਿੰਦੇ ਆ ਵੀ ਅਸਲ ਦੇ ਵਿੱਚ ਭਾਈ ਸਾਡੀ ਇੱਥੇ ਬਾਹਰਲਿਆਂ ਮੁਲਕਾਂ 'ਚ ਆਣ ਕੇ ਨਾ ਦੋਹਰੀ ਬੋਲੀ ਹੁੰਦੀ ਆ ਇੱਕ ਬੋਲੀ ਹੁੰਦੀ ਆ ਢਿੱਡ ਦੀ ਤੇ ਇੱਕ ਬੋਲੀ ਹੁੰਦੀ ਆ ਸਾਡੀ ਰੂਹ ਦੀ ਇੱਥੇ ਅਸੀਂ ਆਣ ਕੇ ਬੋਲਦੇ ਹਾਂ ਅੰਗਰੇਜ਼ੀ ਜਦੋਂ ਅਸੀਂ ਰੋਜ਼ੀ ਰੋਟੀ ਵਾਸਤੇ ਜਾਂਦੇ ਤੇ ਜਦੋਂ ਅਸੀਂ ਮਹਿਫਲਾਂ 'ਚ ਬਹਿੰਦੇ ਹਾਂ ਮਦਰਸੇ 'ਚ ਬਹਿੰਦੇ ਹਾਂ ਤੇ ਫਿਰ ਅਸੀਂ ਪੰਜਾਬੀ ਬੋਲਦੇ ਹਾਂ ਤੇ ਇਹ ਵੀ ਇੱਕ ਵੱਖਰਾ ਇਸ ਕਿਤਾਬ ਦਾ ਹਾਸਲ ਆ ਕਿ ਇਹ ਸਾਡੇ ਸਿਰਫ ਸਾਹਿਤ ਨੇ ਸਾਡੇ ਸਮਾਜ ਨੇ ਸਾਡੇ ਸੱਭਿਆਚਾਰ ਦਾ ਵੀ ਇੱਕ ਥਾਂ ਤੇ ਸਾਂਭਣ ਦਾ ਯਤਨ ਆ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਇੱਕ ਬਹੁਤ ਵੱਡਾ ਖਜ਼ਾਨਾ ਇਹਨਾਂ ਨੇ ਸਾਂਭ ਦਿੱਤਾ ਵਾ ਤੇ ਇਹਨਾਂ ਦੇ ਵਾਸਤੇ ਮੈਨੂੰ ਲੱਗਦਾ ਵਾ ਕਿ ਸਾਨੂੰ ਇਹਨਾਂ ਦੇ ਹਾਂਜੀ ਟੈਕਸ ਦੇ ਜਿਸ ਪ੍ਰੋਜੈਕਟ ਤੱਕ ਅਸੀਂ ਪਹੁੰਚਣਾ ਚਾਹੁੰਦੇ ਸੀਗੇ ਤੁਹਾਡੀ ਇਸ ਗੱਲ ਨੇ ਬਖੂਬੀ ਇਸ ਗੱਲ ਨੂੰ ਇੱਕ ਨਵਾਂ ਸੰਵਾਦ ਦਿੱਤਾ ਹੈਗਾ ਜਗਜੀਤ ਬਰਾੜ ਦੇ ਲੇਖ ਨੂੰ ਮੈਨੂੰ ਲੱਗਦਾ ਇਹ ਲੇਖ ਜਿਹੜਾ ਹੈਗਾ ਇਹ ਸਾਡੇ ਉਸ ਪਾਠਕ ਵਰਗ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈਗਾ ਜਿਹੜੇ ਆਈਲੈਟਸ ਕਰਕੇ ਜਾਂ ਟਫਲਸ ਕਰਕੇ ਬਾਹਰ ਜਾਣ ਲਈ ਸੋਚਦੇ ਔਰ ਉਸ ਲੇਖ ਦੇ ਵਿੱਚ ਮੈਂ ਆਪਣੀ ਗੱਲ ਦੀ ਸ਼ੁਰੂਆਤ ਕੀਤੀ ਸੀ ਇੱਥੋਂ ਸੀ ਕਿ ਇਹ ਪੁਸਤਕ ਮਹਿਜ ਇੱਕ
ਸਾਹਿਤਕ ਪ੍ਰਵਚਨ ਹੀ ਸਿਰਜਦੇ। ਸਾਹਿਤਕ ਸਿਰਜਣਾ ਦੇ ਨਾਲ ਨਾਲ ਆਰਥਿਕਤਾ, ਸੱਭਿਆਚਾਰਕ ਤਾਣਾ ਬਾਣਾ, ਪੰਜਾਬ ਦੀਆਂ ਸਮੱਸਿਆਵਾਂ, ਪ੍ਰਵਾਸ ਦੀਆਂ ਸਮੱਸਿਆਵਾਂ, ਉਹ ਸਾਰੀਆਂ ਸਾਰੀਆਂ ਗੱਲਾਂ ਉਹ ਨਾਲ ਲੈ ਕੇ ਚੱਲਦੀ ਆ। ਇਸੇ ਕਰਕੇ ਇਹ ਕਿਤਾਬ ਨਵੀਂ ਨਰੋਈ ਹੈਗੀ, ਕਿਉਂਕਿ ਦੋ ਚਾਰ ਗੱਲਾਂ ਸਾਂਝੀਆਂ ਕਰਕੇ ਅਸੀਂ ਲੇਖਕ ਦੇ ਨਾਲ ਵੀ ਹੁਣ ਆਪਾਂ ਜੁੜਾਂਗੇ ਤੇ ਮੈਂ ਕੋਸ਼ਿਸ਼ ਕਰੂੰਗਾ ਭੁੱਲਰ ਸਾਹਿਬ ਨੂੰ ਵੀ ਨਾਲ ਜੋੜਨ ਦਾ। ਭੁੱਲਰ ਸਾਹਿਬ ਜੀ, ਮੈਂ ਤੁਹਾਨੂੰ ਤੁਹਾਡੇ ਕੋਲ ਇੱਕ ਦੋ ਕੁ ਮਿੰਟ ਮੈਂ ਤੁਹਾਡੀ ਗੱਲ ਚ ਐਡ ਕਰਨਾ ਚਾਹੁੰਦਾ, ਥੋੜਾ ਜਿਹਾ ਜਿਹੜੇ ਮੇਰੇ ਕੋਲ ਰਹਿ ਗਿਆ ਵਾ ਕਿ ਤੁਸੀਂ ਸ਼ੁਰੂ ਦੇ ਵਿੱਚ ਲਫ਼ਜ਼ ਜਿਹੜਾ ਲਿਆ, ਸੰਵਾਦ, ਪ੍ਰਵਚਨ, ਗੋਸ਼ਟ ਚੇਤਨ ਦੇ ਵਿੱਚ ਵੀ ਤੁਸੀਂ ਕਿਹਾ ਵੀ ਸਾਡੇ ਪਈ ਹੁੰਦੀ ਹੈ। ਔਰ ਜੇ ਮਤਲਬ ਮੈਨੂੰ ਇਹ ਕਹਿਣ ਦਾ ਮੌਕਾ ਮਿਲੇ ਜਾਂ ਮੈਨੂੰ ਇਹ ਹੱਕ ਹੋਵੇ ਕਿ ਮੈਂ ਇਹ ਕਹਿ ਸਕਦਾ ਹਾਂ, ਤੇ ਇਹ ਕਿਤਾਬ ਜਿਹੜੀ ਆ ਇਹ ਤਿੰਨਾਂ ਦਾ ਸੁਮੇਲ ਹੈ। ਇਹ ਚ ਪ੍ਰਵਚਨ ਵੀ ਤੁਹਾਨੂੰ ਮਿਲੇਗਾ, ਇਹ ਚ ਸੰਵਾਦ ਵੀ ਮਿਲੇਗਾ, ਇਹ ਚ ਤੁਹਾਨੂੰ ਗੱਲਬਾਤ ਵੀ ਮਿਲੇਗੀ। ਔਰ ਦੂਸਰੀ ਜਿਹੜੀ ਤੁਸੀਂ ਆਹ ਗੱਲ ਹੁਣ ਅੱਗੇ ਛੇੜਨ ਲੱਗੇ ਜੇ, ਉਸ ਗੱਲ ਦੀ ਵੀ ਇੱਕ ਖੂਬੀ ਇਹ ਹੈਗੀ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਇਹ ਵੀ ਸਾਡੀ ਪਰੰਪਰਾ ਦੇ ਵਿੱਚ ਕਿਤੇ ਪਈ ਹੋਈ ਹੈ। ਅੱਜ ਸਾਡੇ ਕੋਲ ਇੱਕ ਬੜੀ ਵੱਡੀ ਸਮੱਸਿਆ ਆਈ ਹੈ ਕਿ ਅਸੀਂ ਸੁਣਾਉਣ ਵਾਸਤੇ ਤਿਆਰ ਹਾਂ, ਸੁਣਨ ਵਾਸਤੇ ਤਿਆਰ ਨੇ, ਬਿਲਕੁਲ ਸਿਖਾਉਣ ਵਾਸਤੇ ਤਿਆਰ ਹਾਂ, ਸਿੱਖਣ ਵਾਸਤੇ ਤਿਆਰ, ਸਮਝਾਉਣ ਵਾਸਤੇ ਤਿਆਰ ਹਾਂ, ਸਮਝਣ ਵਾਸਤੇ ਤਿਆਰ ਨੇ। ਪਰ ਇਹਨਾਂ ਨੇ ਸਾਡੇ ਗੁਰੂ ਬਾਬਿਆਂ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਇਹਨਾਂ ਸੁਣਿਆ ਵੀ ਆ ਤੇ ਸੁਣਾਇਆ ਵੀ ਆ। ਆਹ ਗੱਲ ਬਹੁਤ ਪਿਆਰੀ ਇਹਨਾਂ ਨੇ ਕੀਤੀ ਆ। ਅਗਲੇ ਬੰਦੇ ਨੇ ਵੀ ਖੁੱਲ੍ਹ ਕੇ ਬੋਲਣਾ ਤਾਂ ਇਹਨਾਂ ਨੇ ਖੁੱਲ੍ਹ ਕੇ ਬੋਲਿਆ, ਇਸੇ ਕਰਕੇ ਇਹਦੇ ਵਿੱਚ ਜਿਹੜੀ ਗੱਲ ਆ ਰਹੀ ਹੈ ਨਾ ਉਹ ਨਿੱਤਰ ਕੇ ਆ ਰਹੀ। ਧੰਨਵਾਦ ਜੀ। ਬਿਲਕੁਲ ਸਰ, ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਸਾਹਿਤ ਸਿਰਜਣਾ ਦੇ ਪਿੱਛੇ ਜਿਹੜੀ ਸਭ ਤੋਂ ਅਹਿਮ ਚੀਜ਼ ਕੰਮ ਕਰਦੀ ਹੈ ਉਹ ਕਰਦੀ ਹੈਗੀ ਸਹਿਜ। ਸਾਹਿਤ ਹਮੇਸ਼ਾ ਸਹਿਜ ਤੇ ਨਿਰਭਰ ਹੈ। ਜਿੰਨਾ ਸਹਿਜ ਹੋ ਕੇ ਕੰਮ ਕਰਾਂਗੇ ਚੀਜ਼ਾਂ ਓਨੀਆਂ ਹੀ ਅਵੇਕ ਚੋਂ ਨਿਕਲਣਗੀਆਂ। ਔਰ ਬਹੁਤ ਸਾਰੇ ਉਹਨਾਂ ਧਰਾਤਲਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਜਿੱਥੇ ਖੱਪੇ ਪਏ ਹੁੰਦੇ ਨੇ। ਉਹਨਾਂ ਖੱਪਿਆਂ ਨੂੰ ਪੂਰਨ ਦੇ ਲਈ ਜਦੋਂ ਅਸੀਂ ਸਾਹਮਣੇ ਵਾਲੀ ਧਿਰ ਨਾਲ ਡਾਇਲੋਗਸ ਕਰਦੇ ਹਾਂ ਫਿਰ ਸਾਨੂੰ ਲੱਗਦਾ ਕਿ ਵਾਕਈ ਇਹ ਟੈਕਸਟ ਜਿਹੜੀ ਹੈਗੀ ਆ ਹੁਣ ਲਿਟਰੇਰੀ ਟੈਕਸਟ ਬਣੀ ਹੈਗੀ ਹੈ ਜਿਹਦੇ ਵਿੱਚ ਸੋ ਮੈਨੀ ਸ਼ੇਡ ਮਲਟੀਪਲ ਜਿਸ ਡਾਇਮੈਂਸ਼ਨ ਜਿਹੜੀ ਆ ਉਹ ਕ੍ਰੀਏਟ ਹੋ ਰਹੀ ਹੈ। ਸੋ ਹੁਣ ਮੈਂ ਇਸ ਪੁਸਤਕ ਦੇ ਸਿਰਜਣਹਾਰ ਗੁਰਭਜਨ ਸਿੰਘ ਭੁੱਲਰ ਜੀ ਉਹਨਾਂ ਨੂੰ ਸੱਦਾ ਦੇਵਾਂਗਾ। ਔਰ ਮੈਂ ਚਾਹਾਂਗਾ ਕਿ ਭੁੱਲਰ ਜੀ ਹੋਰੀ ਸਾਡੇ ਨਾਲ ਇਸ ਗੱਲ ਨੂੰ ਤਾਂ ਜ਼ਰੂਰ ਸਾਂਝੇ ਕਰਨ ਕਿ ਇਸ ਪੁਸਤਕ ਦਾ ਨਾਮਕਰਨ ਪਿੱਛੇ ਕਿਹੜੀ ਗੱਲ ਪਈ ਸੀ ਉਹਨਾਂ ਕੋਲ, ਇਸ ਪੁਸਤਕ ਦਾ ਨਾਮ ਮਜਲਿਸ ਕਿਉਂ। ਦੂਸਰੀ ਗੱਲ, ਜਿਹੜੇ ਇਹਨਾਂ ਨੇ ਰਾਈਟਰਸ ਚੁਣੇ ਨੇ ਕਰਤਾਰ ਸਿੰਘ ਦੁੱਗਲ ਤੋਂ ਲੈ ਕੇ ਪ੍ਰੇਮ ਗੋਰਖੀ ਤੱਕ, ਸਿਰਫ ਇਹਨਾਂ ਦੀ ਹੀ ਚੋਣ ਕਰਨ ਪਿੱਛੇ ਕੋਈ ਖਾਸ ਅਵਚੇਤਨ ਪਿਆ ਸੀ ਸਰ? ਇਹਨਾਂ ਗੱਲਾਂ ਤੋਂ ਮੈਂ ਆਪ ਜੀ ਕੋਲੋਂ ਸ਼ੁਰੂਆਤ ਚਾਹੁੰਦਾ ਹਾਂ। ਗੁਰਭਜਨ ਭੁੱਲਰ ਜੀ, ਉਸ ਤੋਂ ਪਹਿਲਾਂ ਤੇ ਮੈਂ ਆਪਣੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਦਾ। ਮੈਨੂੰ ਥੋੜਾ ਜਿਹਾ ਬੜਾ ਅਜੀਬ ਲੱਗਿਆ ਕਿ ਮੈਂ ਇੰਨਾ ਸਿਆਣਾ ਜਿੰਨਾ ਇਹ ਦੋਸਤ ਕਹਿ ਰਹੇ। ਤੋ ਇਹ ਜਿਹੜੀ ਪੁਸਤਕ ਹੈ ਇੱਥੇ ਲੰਮੀਆਂ ਮੁਲਾਕਾਤਾਂ ਦੀ ਗੱਲ ਚੱਲੀ ਹੈ। ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਲੰਮੀਆਂ ਮੁਲਾਕਾਤਾਂ ਦਾ ਸ਼ੁਰੂਆਤ ਕਿਵੇਂ ਹੋਈ। ਜੇ ਅਸੀਂ ਗੋਸ਼ਟੀਆਂ ਜਿਹੜੀਆਂ ਸਾਡਾ ਧਾਰਮਿਕ ਇਤਿਹਾਸ ਹੈ ਉਸਨੂੰ ਇੱਕ ਪਾਸੇ ਰਹਿਣ ਦੀ ਹੈ, ਮੈਂ ਸਾਹਿਤਕ ਮੁਲਾਕਾਤਾਂ ਦੀ ਗੱਲ ਕਰਦਾ। ਆਮ ਤੌਰ ਤੇ ਅਕਹਿਰੀਆਂ ਮੁਲਾਕਾਤਾਂ ਸਾਡੇ ਕੀਤੀਆਂ ਜਾਂਦੀਆਂ ਸੀ, ਜਿਹਦਾ ਇੱਥੇ ਦੋਸਤਾਂ ਨੇ ਜ਼ਿਕਰ ਕੀਤਾ ਕਿ ਸਵਾਲ ਪਹਿਲਾਂ ਲਿਖ ਕੇ ਲੈ ਜਾਣੇ, ਚਾਹੇ ਜਵਾਬ ਪਹਿਲਾਂ ਆ ਚੁੱਕਿਆ ਹੋਵੇ ਫਿਰ ਵੀ ਸਵਾਲ ਕਰ ਦੇਣਾ। ਤੇ ਇੱਕ ਵਾਰ 20-25 ਸਾਲ ਦੀ ਗੱਲ ਹੈ ਕਿ ਮੈਂ ਪੰਜਾਬ ਸਾਹਿਤ ਅਕੈਡਮੀ ਦਾ ਚੰਡੀਗੜ੍ਹ ਦਾ ਮੈਂਬਰ ਸੀ। ਜਸਵੀਰ ਭੁੱਲਰ ਵੀ ਸਕੱਤਰ ਸਨ ਤੇ ਦਲੀਪ ਕੌਰ ਟਿਵਾਣਾ ਪ੍ਰਧਾਨ ਸਨ। ਇੱਕ ਮੀਟਿੰਗ ਹੋ ਰਹੀ ਸੀ, ਉਹਦੇ ਚ ਜਸਵੀਰ ਭੁੱਲਰ ਨੇ ਇੱਕ ਗੱਲ ਕਹੀ ਕਿ ਨਿਊਯਾਰਕ ਤੋਂ ਇੱਕ ਰਸਾਲਾ ਨਿਕਲਦਾ ਤਾਂ ਪੈਰਿਸ ਰਿਵਿਊ ਤ੍ਰੈਮਾਸਿਕ, ਉਹ ਸ਼ੁਰੂ ਤੋਂ ਹੀ, ਉਹ 30-40 ਸਾਲ ਪਹਿਲਾਂ ਸ਼ੁਰੂ ਹੋਇਆ, ਉਹ ਸ਼ੁਰੂ ਤੋਂ ਹੀ ਹਰ ਹਰ ਅੰਕ ਵਿੱਚ, ਤ੍ਰੈਮਾਸਿਕ ਅੰਕ ਵਿੱਚ ਇੱਕ ਅੰਗਰੇਜ਼ੀ ਲੇਖਕ ਦੀ ਬਹੁਤ ਵੱਡੀ ਮੁਲਾਕਾਤ ਦਿੰਦਾ, ਜਿਹੜੀ ਕਿ ਇੱਕ ਮੰਤਰੀ ਪੱਧਰ ਦਾ ਲੇਖਕ ਹੁੰਦਾ ਔਰ ਉਹਦਾ ਹਰ ਪਹਿਲੂ ਆ ਜਿਹੜਾ ਉਹ ਮੁਲਾਕਾਤ ਚ ਉਜਾਗਰ ਕੀਤਾ ਜਾਂਦਾ। ਤੇ ਉਹ ਕਹਿੰਦਾ ਸਾਨੂੰ ਪੰਜਾਬੀ ਵਿੱਚ ਲੰਮੀਆਂ ਮੁਲਾਕਾਤਾਂ ਦੀ ਰੀਤ ਤੋੜਨੀ ਚਾਹੀਦੀ ਹੈ। ਤੇ ਉੱਥੋਂ ਗੱਲ ਚੱਲੀ ਤੇ ਫਿਰ ਪੰਜਾਬ ਸਾਹਿਤ ਅਕੈਡਮੀ ਨੇ 5-6 ਕਿਤਾਬਾਂ ਲਿਖਾਈਆਂ ਵੀ। ਇੱਕ ਬਲਦੇਵ ਰਾਣੇ ਵੀ ਲਿਖੀ ਸੀ, ਕਹਾਣੀਕਾਰਾਂ ਦੀਆਂ ਮੁਲਾਕਾਤਾਂ ਮੈਂ ਕੀਤੀਆਂ, ਰਘਬੀਰ ਸਿੰਘ ਨੇ ਨਾਵਲਕਾਰਾਂ ਦੀਆਂ। ਤੇ ਉਸ ਤੋਂ ਬਾਅਦ ਵੀ ਇਹ ਜਿਹੜਾ ਸਿਲਸਿਲਾ ਲੰਮੀਆਂ ਮੁਲਾਕਾਤਾਂ ਦਾ ਮੈਂ ਜਾਰੀ ਰੱਖਿਆ। ਪਿੱਛੇ ਜੇ ਮੇਰੀ ਇੱਕ ਕਿਤਾਬ ਸਾਲ ਕੁ ਪਹਿਲਾਂ ਛਪੀ ਹੈ,
ਸੁਖਨ ਸੁਣਾਏ ਸਿਰਜਿਕਾ ਜਿਹਦੇ ਚ ਮੈਂ ਲੇਖਕਾਂ ਨਾਲ ਸਾਹਿਤਕ ਮੁਲਾਕਾਤਾਂ ਹੀ ਕੀਤੀਆਂ। ਕੁਛ ਲੋਕਾਂ ਨੇ ਮੇਰੇ ਨਾਲ ਲੰਬੀਆਂ ਮੁਲਾਕਾਤਾਂ ਕੀਤੀਆਂ ਸੀ, ਉਹ ਸ਼ਬਦਾਂ ਦੀ ਸ਼ਾਮੇ ਮੇਰੀ ਕਿਤਾਬ ਛਪੀ ਹੈ ਲਿਖ ਹੋ ਕੇ। ਇਹ ਜਿਹੜੀ ਤੀਜੀ ਪੁਸਤਕ ਹੈ, ਮੈਂ ਇਹਦੇ ਬਾਰੇ ਇਸ ਤਰ੍ਹਾਂ ਸੋਚਿਆ ਜਿਵੇਂ ਹੁਣ ਮਨੀਸ਼ ਹੋਰਾਂ ਨੇ ਗੱਲ ਕੀਤੀ ਸੀ ਕਿ ਅਸੀਂ ਆਮ ਤੌਰ ਤੇ ਸਾਹਿਤਕਾਰਾਂ ਨਾਲ ਸਾਹਿਤਕ ਗੱਲਾਂ ਹੀ ਕਰਦੇ ਹਾਂ। ਸਾਨੂੰ ਕੁਛ ਉਹਨਾਂ ਬੰਦਿਆਂ ਨਾਲ ਵੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਿਹੜੇ ਕਿ ਸਾਹਿਤ ਤੋਂ ਪਾਸੇ ਕੁਛ ਗੱਲਾਂ ਸਾਨੂੰ ਦੱਸ ਸਕਣ। ਤੋਂ ਇਹਦੇ ਚ ਮੈਂ ਵੱਖ ਵੱਖ ਖੇਤਰਾਂ ਦੇ ਜਿਹੜੇ ਲੋਕ ਆ ਉਹਨਾਂ ਨਾਲ ਮੁਲਾਕਾਤਾਂ ਕੀਤੀਆਂ। ਮਿਸਾਲ ਦੇ ਤੌਰ ਤੇ ਇਹਦੇ ਚ ਪਹਿਲੀ ਮੁਲਾਕਾਤ ਕਰਤਾਰ ਸਿੰਘ ਦੁੱਗੋ ਦੀ ਹੈ। ਉਹਨਾਂ ਨੇ ਜਿਵੇਂ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਵਿਧਾਵਾਂ ਚ ਲਿਖਿਆ, ਲੇਕਿਨ ਮੈਂ ਉਹਨਾਂ ਨਾਲ ਸਿਰਫ ਉਹਨਾਂ ਦੀ ਸਵੈ ਜੀਵਨੀ ਉੱਤੇ ਆਧਾਰਿਤ ਮੁਲਾਕਾਤ ਕੀਤੀ, ਕਿਉਂਕਿ ਸਵੈ ਜੀਵਨੀ ਇੱਕ ਐਸੀ ਚੀਜ਼ ਹੈ ਜਿਹਦੇ ਚ ਆਦਮੀ ਆਪਣੇ ਨਿੱਜ ਨੂੰ ਹੋਰ ਹਰ ਵਿਧਾ ਨਾਲੋਂ ਚੰਗੀ ਤਰ੍ਹਾਂ ਉਜਾਗਰ ਕਰ ਸਕਦਾ। ਉਹਨੇ ਬੜੀਆਂ ਦਿਲਚਸਪ ਗੱਲਾਂ ਵੀ ਉਹਨਾਂ ਨੇ ਸੁਣਾਈਆਂ ਆਪਦੀਆਂ ਨਿੱਜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਸੁਣਾਉਣਾ। ਉਹ ਦੱਸਦੇ ਨੇ ਕਿ ਮਾਸਟਰ ਤਾਰਾ ਸਿੰਘ ਉਹਨਾਂ ਦੇ ਫੁੱਫੜ ਲੱਗਦੇ ਸੀ, ਫੁੱਫੜ ਦੇ ਭਰਾ ਸਨ ਸ਼ਾਇਦ ਜਾਂ ਇਸ ਤਰ੍ਹਾਂ। ਉਹ ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਮਿਲਣ ਜਾਂਦੇ, ਉਹਨਾਂ ਦੇ ਵਿਹੜੇ ਚ ਇੱਕ ਨਲਕਾ ਸੀ। ਉਹ ਨਲਕੇ ਚੋਂ ਜਦੋਂ ਪਾਣੀ ਕੱਢਣਾ ਹੁੰਦਾ ਪਹਿਲਾਂ ਉਹਦੇ ਚ ਪਾਉਣਾ ਪੈਂਦਾ ਸੀ ਪਾਣੀ। ਤੇ ਉਹ ਕਹਿੰਦੇ ਜਿਹੜਾ ਲੇਖਕ ਹੈ ਇਸੇ ਤਰ੍ਹਾਂ ਜੇ ਪੜ੍ਹੇਗਾ ਨਹੀਂ ਜਾਂ ਸਮਾਜ ਦੇ ਵਿੱਚ ਵਿਚਰ ਕੇ ਅਨੁਭਵ ਪ੍ਰਾਪਤ ਨਹੀਂ ਕਰੇਗਾ, ਉਹਦੀ ਕਲਮ ਚੋਂ ਕੀ ਨਿਕਲੇਗਾ। ਤੇ ਇਸ ਤਰ੍ਹਾਂ ਜਿਹੜੀਆਂ ਗੱਲਾਂ ਸਨ ਸਵੈ ਜੀਵਨੀ ਦੀਆਂ, ਉਹਨਾਂ ਕਰਕੇ ਮੈਂ ਉਹਨਾਂ ਨਾਲ ਸਿਰਫ ਉਹਦੇ ਉੱਤੇ ਕੇਂਦਰਿਤ ਰੱਖੀ ਜਾਊ। ਪ੍ਰਗਟ ਸਿੰਘ ਸਿੱਧੂ ਸੀ ਜਿਹੜਾ ਮੈਂ ਇਸ ਲਈ ਚੁਣਿਆ ਕਿ ਅਸੀਂ ਉਹਨੂੰ ਗੱਲਕਾਰ ਦੇ ਤੌਰ ਤੇ ਜਾਣਦੇ ਹਾਂ, ਲੇਕਿਨ ਮੈਂ ਕਾਫੀ ਲੰਬੀ ਦੋਸਤੀ ਨਾਲ ਦੇਖਿਆ ਕਿ ਜਿਹੜਾ ਗਲਪ ਦਾ ਆਧਾਰ ਹੁੰਦਾ, ਜਿਸ ਬੁਨਿਆਦ ਉੱਤੇ ਗਲਪ ਖੜੀ ਹੈ, ਉਹਦੇ ਪਿੱਛੇ ਕੀ ਕੀ ਕੰਮ ਕਰਦੀਆਂ ਨੇ ਗੱਲਾਂ, ਇਹਨਾਂ ਗੱਲਾਂ ਦਾ ਉਹ ਬੜਾ ਸਿਆਣਾ। ਆਮ ਤੌਰ ਤੇ ਗਲਪਕਾਰ ਇਹਨਾਂ ਗੱਲਾਂ ਦਾ ਧਿਆਨ ਨਹੀਂ ਦਿੰਦੇ ਔਰ ਉਹਨਾਂ ਦੀ ਸਿਆਣਪ ਨਹੀਂ ਹੁੰਦੀ ਉਹਨਾਂ ਚ। ਉਹ ਲਿਖ ਸਕਦੇ ਨੇ ਲੇਕਿਨ ਉਹਦੀ ਵਿਆਖਿਆ ਨਹੀਂ ਕਰ ਸਕਦੇ। ਇਹਨਾਂ ਗੱਲਾਂ ਚ ਉਹ ਬੜਾ ਸਿਆਣਾ। ਇਸ ਮੁਲਾਕਾਤ ਚ ਮੈਂ ਜਿਹੜਾ ਗਲਪ ਦਾ ਆਧਾਰ ਹੈ ਉਹਦੇ ਬਾਰੇ ਇਹਨਾਂ ਨਾਲ ਗੱਲਬਾਤ ਕੀਤੀ। ਤੇ ਜਿਹੜੀ ਜਗਜੀਤ ਦਾ ਜ਼ਿਕਰ ਇਹਨਾਂ ਨੇ ਕੀਤਾ ਹੈ, ਅਤੈ ਸਿੰਘ ਹੋਰਾਂ ਨੇ, ਇਹ ਧੁੱਪ ਦਰਿਆ ਦੀ ਦੋਸਤੀ ਨਾਲ ਬੜੇ ਮਸ਼ਹੂਰ ਹੋਏ ਸੀ 50 ਸਾਲ ਪਹਿਲਾਂ। ਹੁਣ ਉਹਨਾਂ ਦਾ ਨਾਵਲ ਫੇਰ ਛਪਿਆ, ਉੱਥੇ ਜਾ ਕੇ ਆਰਥਿਕਤਾ ਦੇ ਪ੍ਰੋਫੈਸਰ ਲੱਗ ਗਏ ਔਰ ਡੀਨ ਦੀ ਪਦਵੀ ਤੋਂ ਰਿਟਾਇਰ ਹੋਏ ਨੇ। ਤੇ ਮੈਂ ਜਦੋਂ ਗਿਆ ਮੈਨੂੰ ਕਈ ਗੱਲਾਂ ਅਮਰੀਕਾ ਵਿੱਚ ਤੰਗ ਕਰਦੀਆਂ ਸੀ। ਮਿਸਾਲ ਦੇ ਤੌਰ ਤੇ ਅਸੀਂ ਗੁਰਦੁਆਰਿਆਂ ਚ ਪੰਜਾਬੀ ਪੜ੍ਹਾਉਂਦੇ ਹਾਂ, ਪਰ ਉੱਥੇ ਪੰਜਾਬੀ ਦਾ ਭਵਿੱਖ ਹੈ ਕੀ, ਜਾਂ ਜਿਹੜੀ ਸਾਬਤ ਸਬੂਤ ਸਿੱਖੀ ਹੈ ਇਹਦਾ ਉੱਥੇ ਕੀ ਭਵਿੱਖ ਹੈ। ਤੇ ਇਹਨਾਂ ਗੱਲਾਂ ਦਾ ਕਿਤੇ ਜਵਾਬ ਨਹੀਂ ਸੀ ਮਿਲਦਾ। ਜਾਂ ਭਾਰਤ ਦੀ ਆਰਥਿਕਤਾ ਤੇ ਅਮਰੀਕਾ ਦੀ ਆਰਥਿਕਤਾ ਦਾ ਫਰਕ, ਇੱਕ ਬੜਾ ਵੱਡਾ ਸਵਾਲ ਹੈ ਕਿ ਸਾਡੇ ਦੇਸ਼ ਚ ਮਾਫ਼ ਕਰਨਾ ਜਿਹੜਾ ਭ੍ਰਿਸ਼ਟਾਚਾਰ ਹੈ, ਛੋਟਾ ਛੋਟਾ ਛੋਟੀਆਂ ਛੋਟੀਆਂ ਬੇਈਮਾਨੀਆਂ, ਇਹ ਸਾਡੇ ਨਿੱਤ ਜੀਵਨ ਦਾ ਅੰਗ ਬਣ ਚੁੱਕੀਆਂ ਨੇ। ਤੇ ਅਮਰੀਕਾ ਚ ਜਾ ਕੇ ਅਸੀਂ ਉਹਨੂੰ ਛੱਡਦੇ ਹਾਂ, ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਾਂ, ਉਹਨਾਂ ਲੋਕਾਂ ਤੋਂ ਕਿਵੇਂ ਪ੍ਰਭਾਵਿਤ ਹੁੰਦੇ ਹਾਂ, ਇਹ ਗੱਲਾਂ ਦਾ ਜਵਾਬ ਮੈਨੂੰ ਜਗਜੀਤ ਬਰਾੜ ਤੋਂ ਮਿਲਿਆ। ਤੇ ਇਹ ਸਾਰੀ ਮੁਲਾਕਾਤ ਹੈ ਜਿਹੜੀ, ਇਹਦਾ ਸਾਹਿਤ ਨਾਲ ਉਹਨਾਂ ਸੰਬੰਧ ਨਹੀਂ ਜਿੰਨਾ ਆਰਥਿਕਤਾ ਨਾਲ ਤੇ ਇੱਥੋਂ ਗਾਏ ਹੋਏ ਪੰਜਾਬੀਆਂ ਦੇ ਉੱਥੋਂ ਦੇ ਜੀਵਨ ਨਾਲ ਹੈ। ਇਹਨਾਂ ਨੂੰ ਮੈਂ ਇਸ ਲਈ ਚੁਣਿਆ। ਜਸਵੀਰ ਭੁੱਲਰ ਸੀ ਜਿਹੜਾ ਹਜੇ ਅਸੀਂ ਗਲਪਕਾਰ ਦੇ ਤੌਰ ਤੇ ਜਾਣਦੇ ਹਾਂ, ਲੇਕਿਨ ਬਹੁਤ ਲੋਕਾਂ ਨੂੰ ਸ਼ਾਇਦ ਅਜੇ ਵੀ ਤੁਹਾਨੂੰ ਪਤਾ ਨਹੀਂ ਹੋਣਾ ਕਿ ਉਹਨੇ 4 ਸਾਲ ਇੱਕ ਡਿਗਰੀ ਕਰਨ ਵਾਸਤੇ ਪੰਜਾਬ ਦੇ ਬੜੇ ਮਸ਼ਹੂਰ ਗਾਂਧੀ ਆਸ਼ਰਮ ਚ ਬਿਤਾਏ, ਔਰ ਉਹਨਾਂ 4 ਸਾਲਾਂ ਵਿੱਚ ਉਹਨੇ ਵਿਦਿਆਰਥੀ ਦੇ ਤੌਰ ਤੇ ਜੋ ਕੁਛ ਉਸ ਆਸ਼ਰਮ ਚ ਵਾਪਰਦਾ ਦੇਖਿਆ, ਉਹ ਗਾਂਧੀ ਦੀ ਆਤਮਾ ਨੂੰ ਰੋਜ਼ ਕਤਲ ਕਰਨ ਵਾਲਾ ਸੀ, ਗਾਂਧੀ ਦੀ ਸਿੱਖਿਆ ਦੇ ਬਿਲਕੁਲ ਉਲਟ ਸੀ। ਇਹਦੇ ਤੇ ਉਹਨੇ ਫਿਰ ਬਾਅਦ ਚ ਇੱਕ ਨਾਵਲ ਵੀ, ਬੜਾ ਖੂਬਸੂਰਤ ਨਾਵਲ ਹੈ, ਤੁਸੀਂ ਪੜ੍ਹੋ, ਉਹ ਚਿੱਟੀ ਗੁਫਾ ਤੇ ਮੌਲਸਰੀ ਨਾਵਲ ਵੀ ਲਿਖਿਆ ਇਹਦੇ ਤੇ। ਤੇ ਮੈਂ ਉਹਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਮੈਂ ਉਸਦੇ ਇਸ ਪਹਿਲੂ ਤੇ, ਔਰ ਉਹ ਬਾਲ ਸਾਹਿਤਕਾਰ ਬਹੁਤ ਅੱਛਾ, ਉਹਦੇ ਬਾਲ ਸਾਹਿਤਕਾਰ ਹੋਣ ਤੇ ਸਿਰਫ ਇਸੇ ਗੱਲ ਦੇ ਉੱਤੇ ਉਹਦੀ ਜਿਹੜੀ ਮੁਲਾਕਾਤ ਆ ਉਹ ਇਕਾਗਰ ਰੱਖੀ। ਅਜਮੇਰ ਸਿੰਘ ਆਲਖ ਹੈ ਜਿਹੜਾ, ਉਹਨੇ ਨਾਟਕ ਲਿਖੇ ਵੀ ਬਹੁਤ, ਲੇਕਿਨ ਮੈਂ ਇੱਥੇ ਉਹਨੂੰ ਲੇਖਕ ਦੇ ਤੌਰ ਤੇ ਨਹੀਂ ਲਿਆ,
ਉਹਦਾ ਇੱਕ ਬੜਾ ਵੱਡਾ ਕੰਮ ਸੀ ਜਿਹੜਾ ਅਸੀਂ ਪਿੰਡਾਂ ਚ ਜਾ ਕੇ ਨਾਟਕ ਕਰਨੇ। ਭਾਜੀ ਗੁਰਸ਼ਰਨ ਸਿੰਘ ਵੀ ਗਏ ਪਿੰਡਾਂ ਚ, ਲੇਕਿਨ ਉਸ ਹੱਦ ਤੱਕ ਨਹੀਂ ਜਿਸ ਹੱਦ ਤੱਕ ਅਜਮੇਰ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਉਹਨੇ ਨਾਟਕ ਪਿੰਡਾਂ ਦੇ ਵਿੱਚ ਜਾ ਕੇ ਦਿਖਾਏ ਔਰ ਲੱਖਾਂ ਲੋਕਾਂ ਨੇ ਉਹਦੇ ਨਾਟਕ ਦੇਖੇ, ਜਿਹੜੇ ਕਿ ਨਾਟਕ ਬਿਲਕੁਲ ਅਣਪੜ੍ਹ ਲੋਕ ਉਹਦੇ ਦਰਸ਼ਕ ਹੁੰਦੇ ਸੀ। ਮੈਂ ਇੱਥੇ ਦੱਸਾਂ ਕਿ ਉਹਦੇ ਨਾਟਕਾਂ ਦੀ ਜੇ ਤੁਸੀਂ ਲੋਕਾਂ ਦੀ ਗੱਲ ਕਰੋ ਤਾਂ ਲੋਕ ਕਿਵੇਂ ਤੁਹਾਨੂੰ ਪ੍ਰਵਾਨ ਕਰਦੇ ਆ। ਜਦੋਂ ਅਮੇਰ ਸਿੰਘ ਔਲਖ ਦਾ ਭੋਗ ਸੀ, ਮੈਂ ਗਿਆ ਇੱਥੋਂ ਦਿੱਲੀ, ਮੇਰੇ ਨਾਲ ਮੇਰਾ ਮਿੱਤਰ ਗੁਰਚਰਨ ਕਵੀ ਆ ਉਹ ਸੀ, ਅਸੀਂ ਦੋਨੋਂ ਗਏ। ਅਸੀਂ ਉੱਥੇ ਖੜ ਕੇ ਜਗ੍ਹਾ ਪੁੱਛੀ ਕਿ ਵੀ ਭੋਗ ਪਾਉਣਾ ਅਜਮੇਰ ਸਿੰਘ ਔਲਖ ਦਾ ਫਲਾਨੀ ਜਗ੍ਹਾ, ਉਹ ਕਿੱਥੇ ਹੈ ਜਗ੍ਹਾ? ਉਹ ਕਹਿੰਦੇ ਜੀ ਤੁਸੀਂ ਉਹ ਸੜਕ ਚਲੇ ਜਾਓ ਅੱਗੇ ਸਿੱਧਾ ਇਸੇ ਤੇ। ਅਸੀਂ ਕੁਛ ਦੂਰ ਗਏ ਤਾਂ ਅਸੀਂ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ ਕਿ ਟਰੱਕਾਂ ਤੇ ਟਰੈਕਟਰਾਂ ਤੇ ਬੱਸਾਂ ਤੇ ਲੋਕਾਂ ਦੇ ਲਾਲ ਝੰਡੇ ਫੜੇ ਹੋਏ ਔਰ ਜਗ੍ਹਾ ਜਗ੍ਹਾ ਤੋਂ ਆ ਰਹੇ। ਮੈਂ ਕਿਹਾ ਸਭ ਭੋਗ ਤੇ ਜਾਂਦੇ ਔਰ ਉਹ ਦਾਣਾ ਮੰਡੀ ਚ ਭੋਗ ਪਿਆ। ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਹਜ਼ਾਰ ਹਾਂ ਦੀ ਗਿਣਤੀ ਵਿੱਚ ਬਿਲਕੁਲ ਗਰੀਬ ਲੋਕ ਮੈਲੇ ਕੱਪੜਿਆਂ ਦੇ ਵਿੱਚ ਭਿੱਜੇ ਹੋਏ ਮੁਰਗਿਆਂ ਨਾਲ ਜਿਹੜੇ ਲੋਕ ਹੈ ਉਹ ਉੱਥੇ ਆਏ ਔਰ ਜਿਹੜੇ ਵੀ ਪਿੰਡ ਦੇ ਲੋਕ ਆਉਣ ਉਹ ਟਰੱਕ ਦੇ ਉੱਤੇ ਟਰੈਕਟਰ ਦੇ ਉੱਤੇ ਲੰਗਰ ਤਿਆਰ ਕਰਕੇ ਲਿਆਉਣ ਔਰ ਲੋਕਾਂ ਨੂੰ ਕਹਿਣ ਆਓ ਜੀ ਲੰਗਰ ਛਕੋ, ਆਓ ਜੀ ਲੰਗਰ ਛਕੋ। 10-12 ਲੰਗਰ ਲੱਗੇ ਹੋਏ ਉੱਥੇ। ਤੇ ਇਹ ਕਿਉਂ ਸੀ? ਕਿਉਂਕਿ ਉਹਨੇ ਲੋਕਾਂ ਦੀ ਨਬਜ਼ ਫੜੀ। ਜਿਹੜੇ ਦੁੱਖ ਉਹ ਲੋਕ ਗਰੀਬ ਲੋਕ ਭੋਗਦੇ ਸੀ, ਕਿਰਤੀ ਕਿਸਾਨ ਖੇਤ ਮਜ਼ਦੂਰ, ਉਹਨਾਂ ਨੂੰ ਆਪਣੇ ਨਾਟਕ ਦਾ ਵਿਸ਼ਾ ਬਣਾ ਕੇ ਉਹਨਾਂ ਨੇ ਉਹਨਾਂ ਦੇ ਦੁੱਖ ਸੁਣਾਏ। ਇਹ ਸਾਰੀਆਂ ਗੱਲਾਂ ਮੈਂ ਅਜਮੇਰ ਨਾਲ ਕੀਤੀਆਂ। ਫਿਰ ਇਹ ਬਲਦੇਵ ਸਿੰਘ ਹੋਰਾਂ ਨਾਲ ਹੈ, ਇਹਨਾਂ ਨੇ ਨਾਵਲ ਹੋਰ ਵੀ ਬਹੁਤ ਲਿਖੇ ਨੇ, ਕਹਾਣੀਆਂ ਹੋਰ ਬਹੁਤ ਲਿਖੀਆਂ। ਮੈਨੂੰ ਇਹਨਾਂ ਦਾ ਅੰਨਦਾਤਾ ਨਾਵਲ ਬੜਾ ਪਸੰਦ ਹੈ। ਲੇਕਿਨ ਜਿਹੜਾ ਇਹਨਾਂ ਦਾ ਇਤਿਹਾਸਿਕ ਕੰਮ ਹੈ, ਇਤਿਹਾਸਿਕ ਵਿਅਕਤੀਆਂ ਬਾਰੇ, ਮੈਂ ਥੋੜਾ ਉਹਦੇ ਤੇ ਗੱਲ ਕਰਨੀ ਚਾਹੁੰਦਾ ਸੀ। ਉਹਨਾਂ ਦੀ ਮੁਲਾਕਾਤ ਮੈਂ ਸਿਰਫ ਉਹਨਾਂ ਬਾਰੇ ਜਿਵੇਂ ਭਗਤ ਸਿੰਘ ਤੇ ਲਿਖਿਆ, ਦੁੱਲਾ ਭੱਟੀ ਤੇ, ਰਣਜੀਤ ਸਿੰਘ ਤੇ, ਇਹ ਜਿਹੜੇ ਨਾਵਲ ਹੈ ਉਹਨਾਂ ਬਾਰੇ ਗੱਲ ਕਰਨੀ ਚਾਹੀ। ਨਿਰਪਿੰਦਰ ਸਿੰਘ ਰਤਨ ਹੈ ਜਿਹੜੇ, ਉਹਨੇ ਇੱਕ ਅਫਸਰ ਵੀ ਨੇ ਲੇਖਕ ਹੋਣ ਦੇ ਨਾਲ ਨਾਲ, ਔਰ ਇਹਨਾਂ ਨੇ ਕਈ ਕਹਾਣੀਆਂ ਇਹੋ ਜਿਹੀਆਂ ਲਿਖੀਆਂ ਨੇ ਜਿਹੜੀਆਂ ਸਿਰਫ ਅਫਸਰ ਹੀ ਲਿਖ ਸਕਦਾ ਸੀਗਾ। ਜਿਵੇਂ ਇਹਨਾਂ ਦੀ ਇੱਕ ਕਹਾਣੀ ਹੈ ਇੱਕ ਅਫਸਰ ਦਾ ਜਨਮ, ਮੈਂ ਪੜ੍ਹ ਕੇ ਹੈਰਾਨ ਹੋਇਆ। ਮੈਂ ਸਾਰੀ ਜ਼ਿੰਦਗੀ ਇਹ ਸੋਚਦਾ ਸੀ ਕਿ ਮੁੰਡੇ ਸਾਡੇ ਘਰਾਂ ਚੋਂ ਹੀ IAS ਬਣ ਕੇ ਇਸ ਤਰ੍ਹਾਂ ਲੋਕਾਂ ਤੋਂ ਉੱਚੇ ਕਿਉਂ ਹੋ ਜਾਂਦੇ ਆ। ਉਸ ਕਹਾਣੀ ਵਿੱਚ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਿੱਖਿਆ ਹੀ ਦਿੱਤੀ ਜਾਂਦੀ ਹੈ ਕਿ ਤੁਸੀਂ ਆਮ ਲੋਕਾਂ ਚੋਂ ਨਹੀਂ ਹੋ। ਤੇ ਇਹ ਮੁਲਾਕਾਤ ਮੈਂ ਉਹਨਾਂ ਨਾਲ ਇਸ ਪੱਖ ਤੋਂ ਕੀਤੀ। ਔਰ ਆਖਰੀ ਮੁਲਾਕਾਤ ਇਹਦੇ ਚ ਪ੍ਰੇਮ ਗੋਰਖੀ ਦੀ ਹੈ। ਉਹਨੇ ਬਹੁਤੀਆਂ ਕਹਾਣੀਆਂ ਦਲਿਤਾਂ ਬਾਰੇ, ਗਰੀਬ ਲੋਕਾਂ ਬਾਰੇ, ਕਿਰਤੀਆਂ ਬਾਰੇ ਲਿਖੀਆਂ ਨੇ। ਤੇ ਮੈਂ ਇਹ ਜਿਹੜਾ ਜਮਾਤੀ ਪੱਖ ਸੀਗਾ ਇਸ ਨੂੰ ਲੈ ਕੇ ਉਹਦੇ ਬਾਰੇ ਗੱਲਬਾਤ ਕੀਤੀ। ਤੇ ਜਿਹੜੀ ਚੋਣ ਸੀ ਉਹ ਬਿਲਕੁਲ ਆਮ ਸਾਹਿਤਕ ਮੁਲਾਕਾਤਾਂ ਨਾਲ ਇੱਕ ਵੱਖਰੀ ਕਿਸਮ ਦੀ ਚੋਣ ਮੈਂ ਕੀਤੀ। ਆਖਰੀ ਗੱਲ ਮੈਂ ਨਾਂ ਦੀ ਕਰ ਲਈ ਚਾਹੁੰਦਾ ਮਜਲਿਸ ਦੀ। ਮੈਨੂੰ ਬੜੀ ਖੁਸ਼ੀ ਹੋਈ ਦੋਸਤਾਂ ਨੇ ਮਜਲਿਸ ਦੇ ਉੱਤੇ ਚਰਚਾ ਕੀਤੀ। ਮੈਂ ਇਹ ਮਹਿਸੂਸ ਕੀਤਾ ਕਿ ਜਦੋਂ ਦੋ ਲੇਖਕ ਬੈਠ ਕੇ ਗੱਲਾਂ ਕਰਦੇ ਨੇ ਉਹਦੇ ਚ ਹੋਰ ਲੇਖਕਾਂ ਦਾ ਵੀ ਜ਼ਿਕਰ ਆ ਜਾਂਦਾ ਔਰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈ ਕਿ ਅਸੀਂ ਸਿਰਫ ਦੋ ਨਹੀਂ ਬੈਠੇ, ਅਸੀਂ ਮਜਲਿਸ ਬਣ ਕੇ ਬੈਠੇ ਹੋਏ ਹਾਂ। ਔਰ ਪਹਿਲਾਂ ਮੈਂ ਉਹਦਾ ਨਾਂ ਰੱਖਿਆ ਸੀਗਾ ਜਿਵੇਂ ਆਪਾਂ ਸੁਣਦੇ ਹਾਂ ਨਾਲ ਫਕੀਰਾਂ ਮਜਲਿਸ ਕਰੀਏ, ਮੈਂ ਇਹਦਾ ਨਾਂ ਰੱਖਿਆ ਸੀ ਨਾਲ ਲੇਖਕਾਂ ਮਜਲਿਸ ਕਰੀਏ। ਫਿਰ ਮੈਂ ਸੋਚਿਆ ਕਿ ਲੇਖਕ ਤਾਂ ਇਹਦੇ ਚ ਲੇਖਕ ਦੇ ਰੂਪ ਚ ਹੈ ਨਹੀਂ। ਫਿਰ ਮੈਂ ਕੀਤਾ ਨਾਲ ਦੋਸਤਾਂ ਮਜਲਿਸ ਕਰੀਏ। ਤੇ ਫਿਰ ਮੈਂ ਸੋਚਿਆ ਕਿ ਦੁੱਗਲ ਵਰਗੇ ਜਿਹੜੇ ਲੋਕ ਆ ਉਹਨਾਂ ਨੂੰ ਮੈਂ ਦੋਸਤ ਨਹੀਂ ਕਹਿ ਸਕਦਾ। ਤੇ ਫਿਰ ਮੈਂ ਉਹਦਾ ਨਾਂ ਇਕੱਲਾ ਮਜਲਿਸ ਰੱਖਿਆ ਔਰ ਮਦਨ ਲਾਲ ਆਰਟਿਸਟ ਨਾਲ ਗੱਲ ਕੀਤੀ ਤੇ ਉਹਨਾਂ ਨੇ ਇਹ ਵਿਸ਼ੇਸ਼ ਚਿੱਤਰ ਜਿਹੜਾ ਹੈਗਾ ਇਹ ਮੈਨੂੰ ਦਿੱਤਾ। ਜਿਵੇਂ ਬਲਦੇਵ ਹੋਰਾਂ ਨੇ ਇਹਨਾਂ ਦੀ ਬੜੀ ਸੋਹਣੀ ਵਿਆਖਿਆ ਕੀਤੀ ਹੈ, ਇਹ ਲਿਖ ਕੇ ਮੈਂ ਇਸ ਚਿੱਤਰ ਇਸ ਪੁਸਤਕ ਦੇ ਉੱਤੇ ਦਿੱਤਾ। ਇਹ ਜਿਹੜੀ ਪੁਸਤਕ ਹੈ ਇਹ ਤਿਆਰ ਹੋ ਕੇ ਤੁਹਾਡੇ ਸਾਹਮਣੇ ਹੈ। ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਇਹਨੂੰ ਇੰਨਾ ਪਸੰਦ ਕੀਤਾ। ਮੈਂ ਅੰਤ ਚ ਭਾਈ ਵੀਰ ਸਿੰਘ ਸਦਨ ਦਾ, ਖਾਸ ਕਰਕੇ ਡਾਇਰੈਕਟਰ ਮਹਿੰਦਰ ਸਿੰਘ ਜੀ ਦਾ, ਮੁਨੀਸ਼ਵਰਾਂ ਦਾ, ਰਵੇਲ ਸਿੰਘ ਮੇਰੇ ਪੁਰਾਣੇ ਮਿੱਤਰ ਨੇ, ਮਿੱਤਰ ਤੇ ਮੇਰੇ ਸਾਰੇ ਆ, ਮੈਂ ਕਹਿੰਦਾ ਹੁੰਦਾ ਕਿ ਮੇਰੇ ਵਾਸਤੇ ਸਾਰਾ ਪਿੰਡ ਹੀ ਮਿੱਤਰ ਆਉਂਦਾ। ਤੁਸੀਂ ਕਿ ਮੈਂ ਸ਼ਬਦ ਚਿੱਤਰ ਲੇਖਕਾਂ ਦੇ ਸ਼ੁਰੂ ਕੀਤੇ ਆ, ਉਹ 3-4 ਕਿਤਾਬਾਂ ਬਣ ਗਈਆਂ, 60-70-80 ਹੋ ਗਏ।
ਉਹ ਦੂਜੇ ਲੋਕ ਕੋਲ ਲਾਂਦਾ ਦਿੰਦੇ ਆ। ਮੈਂ ਕਿਹਾ ਯਾਰ ਹੁਣ ਮੈਂ ਇੱਥੋਂ ਲਿਖਿਆ ਨਹੀਂ ਜਾਂਦਾ ਹੈ। ਤੋ ਇਹ ਜਿਹੜੇ ਮੇਰੇ ਮਿੱਤਰ ਨੇ ਬਲਦੇਵ ਸਿੰਘ ਹੋਰੀ, ਅਟੈ ਸਿੰਘ ਹੋਰੀ, ਰਵੇਲ ਸਿੰਘ, 40-40 50-50 ਸਾਲਾਂ ਤੋਂ ਦੋਸਤੀਆਂ, ਅੱਜ ਮਨੀਸ਼ ਜੀ ਨਾਲ ਦੋਸਤੀ ਪੈ ਗਈ ਹੈ। ਤੋ ਮੈਂ ਬੜਾ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਹੈ। ਧੰਨਵਾਦ ਤਾਂ ਮੈਂ ਨਹੀਂ ਕਰੂੰਗਾ ਸ਼ਾਇਦ ਅਟੈ ਸਿੰਘ ਤੋਂ, ਸਾਰੀ ਮੈਂ ਇੱਥੇ ਛੋਟੇ ਹੁੰਦੇ ਸੀ। ਤੇ ਮੈਨੂੰ ਖੁਸ਼ੀ ਮਿਲੀ ਹੈ ਇਸ ਗੱਲ ਦੀ ਕਿ ਡਾਕਟਰ ਮਹਿੰਦਰ ਸਿੰਘ ਹੋਰਾਂ ਨੇ, ਵੀਰ ਸਿੰਘ ਸਾਡਾ ਨੇ ਪ੍ਰਬੰਧ ਕੀਤਾ, ਮਨੀਸ਼ ਜੀ ਨੇ ਇੰਨੀ ਹਿੰਮਤ ਕੀਤੀ, ਔਰ ਤੁਸੀਂ ਇੰਨੇ ਚੰਗੇ ਵਿਚਾਰ ਹੈ ਜਿਹੜੇ ਉਹ ਪ੍ਰਗਟ ਕੀਤੇ। ਮੈਨੂੰ ਅੱਗੇ ਵਾਸਤੇ ਜ਼ਰੂਰ ਉਤਸ਼ਾਹ ਮਿਲੇਗਾ ਇਹ ਤੋਂ। ਬਹੁਤ ਬਹੁਤ ਸ਼ੁਕਰੀਆ ਪੁੰਦਰ ਜੀ। ਔਰ ਜਿਸ ਵਧੀਆ ਢੰਗ ਨਾਲ ਤੁਸੀਂ ਆਪਣੀ ਪੂਰੀ ਦੀ ਪੂਰੀ ਪੁਸਤਕ ਨੂੰ ਲਿਖਣ ਦੇ ਬਾਅਦ ਬੋਲ ਦੇ ਪੱਧਰ ਤੇ ਜਿੰਨੇ ਸੰਕੁਚਿਤ ਢੰਗ ਨਾਲ ਆਪਣਾ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਉਹ ਸੱਚਮੁੱਚ ਬਾਕਮਾਲ ਹੈ। ਔਰ ਗੱਲ ਅਤੇ ਸਿੰਘ ਜੀ ਹੋਣਾ ਤੋਂ ਚੱਲੀ ਸੀ, ਕਿਉਂਕਿ ਅਤੇ ਸਿੰਘ ਹੋਣਾ ਨੇ ਬਲਦੇਵ ਜੀ ਨੂੰ ਕਿਹਾ ਕਿ ਤੁਸੀਂ ਵੱਡੇ ਬਜ਼ੁਰਗ ਹੋ, ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਕਹਿ ਰਹੇ ਕਿ ਮੈਂ ਬਜ਼ੁਰਗ ਨਹੀਂ। ਭਾਰਤੀ ਹੁਣਾਂ ਦੀ ਲੀਲਾ ਕਿਤਾਬ ਚ ਨਾ ਕਵਿਤਾ ਸਤਨਾ ਯਾਦ ਆ ਗਈਆਂ, ਉਹ ਲਿਖਦੇ ਆ ਕਿ ਜੇ ਸੁੱਤਿਆਂ ਸੁੱਤਿਆਂ ਸਮਾਂ ਮੈਨੂੰ ਬੁੱਢਾ ਕਰ ਦੇਵੇ ਤਾਂ ਮੈਂ ਉਸ ਬੁਢਾਪੇ ਨੂੰ ਕਦੀ ਸਵੀਕਾਰ ਨਹੀਂ ਕਰਾਂਗਾ, ਤੇ ਨਾ ਹੀ ਸਮੇਂ ਨੂੰ ਜਿਹੜਾ ਜ਼ਬਰਦਸਤੀ ਮੇਰੇ ਤਨ ਤੇ ਮੜਿਆ ਜਾਵੇ। ਸੋ ਲਿਖਤ ਤਾਜ਼ਾ ਹੋਵੇ। ਔਰ ਗੱਲ ਸ਼ੁਰੂਆਤ ਕਿਉਂਕਿ ਵਾਰਿਸ ਸ਼ਾਹ ਦੀ ਤੁਕ ਤੋਂ ਹੋਈ ਸੀਗੀ ਤੇ ਸਮਾਪਤੀ ਵੀ ਇੱਥੇ ਹੋਣੀ ਚਾਹੀਦੀ ਹੈ ਕਿ ਯਾਰਾਂ ਨੇ ਸਾਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਮੁੜ ਬਣਾਈਏ ਜੀ। ਸੋ ਮੈਂ ਡਾਕਟਰ ਰਵੇਲ ਸਰ ਜੀ ਉਹਨਾਂ ਨੂੰ ਇੱਕ ਵਾਰ ਫਿਰ ਸੱਦਾ ਦੇਵਾਂਗਾ ਕਿ ਅੱਜ ਦੀ ਇਸ ਨਵ ਪ੍ਰਕਾਸ਼ਿਤ ਪੁਸਤਕ ਤੇ ਹੋਏ ਸੰਵਾਦ ਬਾਰੇ ਤੇ ਸਾਡੇ ਅੱਜ ਦੇ ਸ਼ਿਰਕਤ ਕੀਤੇ ਪ੍ਰਤਿਭਾਵਾਨ ਸ਼ਖਸੀਅਤਾਂ ਬਾਰੇ ਉਹਨਾਂ ਨੂੰ ਧੰਨਵਾਦੀ ਸ਼ਬਦ ਵੀ ਕਹਿ। ਡਾਕਟਰ ਰਵੇਲ ਸਰ, ਥੈਂਕ ਯੂ। ਮਨੀਸ਼, ਦਰਅਸਲ ਆਪਾਂ ਨੂੰ ਕਿਤਾਬ ਦਾ ਨਾਂ ਸੀ ਮਜਲਿਸ ਤੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਮਜਲਿਸ ਹੀ ਬਣ ਗਿਆ ਸੀ ਕਿ ਅਸੀਂ ਉਹਨੂੰ ਜਿਹੜਾ ਇੱਕ ਜਿਹੜਾ ਫਾਰਮੈਟ ਸੀ ਅਸੀਂ ਉਸ ਫਾਰਮੈਟ ਨੂੰ ਭੁੱਲ ਕੇ ਸਿਰਫ ਗੱਲਾਂ ਕੀਤੀਆਂ ਔਰ ਇਹ ਬਹੁਤ ਵਧੀਆ ਮੈਨੂੰ ਲੱਗਿਆ ਕਿ ਫਾਰਮੈਟ ਰਿਹਾ ਕਿ ਅਸੀਂ ਗੱਲਾਂ ਹੀ ਕਰਦੇ ਰਹੇ। ਔਰ ਜਦੋਂ ਮੈਂ ਹੁਣ ਤੁਹਾਡੀਆਂ ਗੱਲਾਂ ਸੁਣੀਆਂ, ਭਾਵੇਂ ਮੈਂ ਕਿਤਾਬ ਨਹੀਂ ਪੜ੍ਹੀ, ਮੈਂ ਪਹਿਲਾਂ ਹੀ ਉਹ ਗੱਲ ਕਹਿ ਚੁੱਕਿਆ, ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਗੱਲ ਕੀਤੀ ਸੀ ਅਤੇ ਇਸੇ ਗੁਰਾਂ ਕੇ ਕੁਛ ਸੁਣੀਏ ਕੁਛ ਕਹੀਏ ਵਾਲੀ ਗੱਲ ਹੈ ਇਸ ਕਿਤਾਬ ਦੇ ਵਿੱਚ। ਔਰ ਜੋ ਮੈਂ ਕਿਉਂਕਿ ਅਸੀਂ ਜਿਵੇਂ ਦੱਸਿਆ ਕਿ ਪਹਿਲਾਂ ਮਾਸਟਰਾਂ ਦਾ ਕੰਮ ਹੁੰਦਾ ਕਿ ਇਹਨੂੰ ਖਿੱਚ ਕੇ ਦੂਜੇ ਪਾਸੇ ਲੈ ਕੇ ਜਾਣਾ ਅਕੈਡਮਿਕਸ ਵੱਲ, ਤੇ ਮੈਂ ਇਹ ਸਮਝਦਾ ਕਿ ਜਦੋਂ ਨਿਊ ਹਿਸਟੋਰੀਸਿਜ਼ਮ ਵਾਲੇ ਜਿਹੜੇ ਕਹਿੰਦੇ ਆ ਨਾ ਕਿ ਬਲਦੇਵ ਹੋਣੀ ਭਾਵੇਂ ਹਿਸਟੋਰੀਕਲ ਨਾਵਲ ਲਿਖੇ ਆ, ਪਰ ਉਹ ਹਿਸਟੋਰੀਕਲ ਨਾਵਲ ਜਿਹੜੇ ਆ ਉਹਨਾਂ ਵਿੱਚੋਂ ਜਾਂ ਜਿਹੜੀਆਂ ਇਹ ਮੁਲਾਕਾਤਾਂ ਹੈਗੀਆਂ ਜਿਹੜੀ ਮਜਲਿਸ ਕਿਤਾਬ ਦੇ ਵਿੱਚ ਜਿਹੜਾ ਲੋਕਾਂ ਦਾ ਜ਼ਿਕਰ ਹੈ, ਉਹਨਾਂ ਲੋਕਾਂ ਦੇ ਜ਼ਿਕਰ ਦੇ ਵਿੱਚੋਂ ਜੇ ਅਸੀਂ ਸਮਕਾਲੀਨ ਸੋਸ਼ੋ ਕਲਚਰਲ ਹਿਸਟਰੀ ਜਿਹੜੀ ਸਾਡੀ ਆ ਉਹਦਾ ਉਹਦੇ ਯਥਾਰਥ ਨੂੰ ਅਸੀਂ ਜਾਣ ਸਕਦੇ ਹਾਂ ਜੇ, ਤੇ ਫਿਰ ਲੱਗਦਾ ਕਿ ਇਸ ਕਿਤਾਬ ਦਾ ਨੂੰ ਜੀ ਆਇਆਂ ਕਹਿਣਾ ਉਹਨੂੰ ਬਣਦਾ ਹੈ। ਕਿਉਂਕਿ ਇਹ ਗੱਲਾਂ ਜਿਹੜੀਆਂ ਹੁੰਦੀਆਂ ਬੇਬਾਕੀ ਨਾਲ ਕਰਨੀਆਂ, ਬੇਬਾਕੀ ਨਾਲ ਸੁਣਨੀਆਂ, ਬੇਬਾਕੀ ਨਾਲ ਕਹਿਣੀਆਂ, ਇਹ ਬਹੁਤ ਔਖਾ ਕੰਮ ਹੁੰਦਾ ਹੈ। ਮੈਂ ਪੰਜਾਬੀ ਅਕੈਡਮੀ ਜਦੋਂ ਹੁੰਦਾ ਸੀ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਅਸੀਂ ਸਟੇਜ ਦੇ ਉੱਤੇ ਸਾਹਿਤਕਾਰ ਨੂੰ ਬੁਲਾ ਕੇ ਉਹਦੇ ਨਾਲ ਗੱਲਾਂ ਕਰਦੇ ਸੀ ਅਸੀਂ, ਔਰ ਨਾਲ ਸਾਹਮਣੇ ਆਡੀਅੰਸ ਨੂੰ ਬਿਠਾ ਲੈਂਦੇ ਸੀ ਔਰ ਉਸ ਨਾਲ ਗੱਲਾਂ ਕਰਦੇ ਸੀ, ਨਾਲ ਆਡੀਅੰਸ ਸਵਾਲ ਪੁੱਛਦੀ ਸੀ। ਉਹਦੇ ਵਿੱਚ ਕਈ ਵਾਰ ਇੱਦਾਂ ਦੀ ਔਕਵਰਡ ਪੋਜੀਸ਼ਨ ਹੋ ਜਾਂਦੀ ਸੀ ਕਿ ਕਿਉਂਕਿ ਮੈਂ ਖੁਦ ਇੰਟਰਵਿਊ ਕਰਦਾ ਹੁੰਦਾ ਸੀ। ਇੱਕ ਵਾਰ ਹਲਵਾਰਵੀ ਨਾਲ ਸੀ, ਜਿਹੜਾ ਤ੍ਰਿਵੇਣੀ ਕਲਾ ਸੰਗਮ 'ਚ ਇੱਕ ਫੰਕਸ਼ਨ ਸੀ, ਹਲਵਾਰਵੀ ਦੀ ਇੰਟਰਵਿਊ ਚੱਲ ਰਹੀ, ਹਲਵਾਰਵੀ ਬੈਠਾ ਸਟੇਜ ਤੇ, ਮੈਂ ਖੁਦ ਸਵਾਲ ਕਰ ਰਿਹਾ ਔਰ ਨਾਲ ਉਹਦੇ ਇੱਕ ਸਿੰਗਰ ਅਸੀਂ ਬਿਠਾਇਆ ਹੋਇਆ ਹਲਵਾਰਵੀ ਦੀ ਕਵਿਤਾ ਨੂੰ ਗਾਉਣ ਵਾਸਤੇ, ਤੇ ਹਲਵਾਰਵੀ ਤੋਂ ਮੈਂ ਇੱਕ ਸਵਾਲ ਪੁੱਛ ਲਿਆ ਕਿ ਜਿਹੜਾ ਉਹ ਹਲਵਾਰਵੀ ਦੇ ਬਾਰੇ ਮੈਨੂੰ ਦੋਸਤ ਸੀ ਸਾਡਾ ਪੁਰਾਣਾ ਸਾਰਿਆਂ ਦਾ, ਉਹਨੂੰ ਉਸ ਕਰਕੇ ਜਦੋਂ ਸਾਹਮਣੇ ਖਾਣਾ ਆ ਜਾਏ ਤਾਂ ਉਹ ਰੁਕਦਾ ਨਹੀਂ ਸੀ ਹੁੰਦਾ, ਖਾਣੇ ਤੋਂ ਝਪਟ ਕੇ ਖਾਣੀ ਨੂੰ ਪੈਂਦਾ ਸੀ। ਮੈਂ ਉਹਨੂੰ ਪੁੱਛਿਆ ਵੀ ਹਲਵਾਰਵੀ ਸਾਹਿਬ, ਇਹ ਰੋਟੀ ਜਿਹੜੀ ਤੁਸੀਂ ਆਉਂਦੀ ਆ ਸਾਡੇ ਸਾਹਮਣੇ ਉਹਨੂੰ ਝਪੱਟਾ ਮਾਰ ਕੇ ਕਿਉਂ ਪੈਂਦੇ ਹੋ ਤੁਸੀਂ? ਤੂੰ ਹੱਸ ਕੇ ਸਟੇਜ ਤੋਂ ਕਹਿੰਦਾ ਕਿ ਯਾਰ ਇਹ ਨਾ ਗੱਲ ਹੋਰ ਤਰ੍ਹਾਂ ਦੀ ਆ। ਕਹਿੰਦਾ ਆਪਾਂ ਅਸਲ 'ਚ ਪੰਜਾਬ ਦੇ ਉਹਨਾਂ ਦਿਨਾਂ 'ਚ ਜਦੋਂ ਅਸੀਂ ਮੂਵਮੈਂਟਾਂ ਇਨਵੋਲਵ ਸੀਗੇ ਉਸ ਵੇਲੇ ਕਮਾਦਾਂ 'ਚ ਲੁਕਦੇ ਹੁੰਦੇ ਸੀ ਤੇ ਦੋ ਦੋ ਦਿਨ ਰੋਟੀ ਨਹੀਂ ਸੀ ਮਿਲਦੀ ਹੁੰਦੀ, ਤੇ ਉਹ ਰੋਟੀ ਜਦੋਂ ਹੁਣ ਮੇਰੇ ਸਾਹਮਣੇ ਆਉਂਦੀ ਆ ਤੇ ਮੈਨੂੰ ਕਹਿੰਦਾ ਉਹ ਸਾਲਾ ਉਸ ਅਹਿਸਾਸ ਜਾਂਦਾ ਹੀ ਨਹੀਂ ਅਜੇ, ਮੈਨੂੰ ਲੱਗਦਾ ਕਿ ਫਿਰ ਦੋ ਦਿਨ ਬਾਅਦ ਮਿਲਣੀ ਆ, ਤੇ ਉਹ ਭੱਜ ਕੇ ਰੋਟੀ ਨੂੰ ਪੈਂਦਾ ਸੀ। ਹੁਣ ਇਹ ਗੱਲਾਂ ਜਿਹੜੀਆਂ ਸ਼ਾਇਦ ਕਿਤੇ ਲਿਖ ਕੇ ਬੰਦਾ ਕਦੇ ਵੀ ਨਹੀਂ ਕਰ ਸਕਦਾ ਹੁੰਦਾ, ਇਹ ਬੰਦਾ ਦੂਜਾ ਹੀ ਕਹਿਲਾ ਸਕਦਾ ਹੁੰਦਾ। ਔਰ ਇਹ ਜੋ ਭੁੱਲਰ ਸਾਹਿਬ ਦਾ ਇੱਕ ਆਪਣਾ ਸਟਾਈਲ ਹੈ ਔਰ ਉਹ ਇਸ ਕਿਤਾਬ ਦੇ ਵਿੱਚੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਦੇ ਇਸ਼ਾਰੇ ਸੰਕੇਤ ਸਾਨੂੰ ਬਲਦੇਵ ਹੋਰਾਂ ਦਿੱਤੇ ਜਾਂ ਅਤੇ ਸਿੰਘ ਹੋਰਾਂ ਦਿੱਤੇ ਆ,
ਮੈਨੂੰ ਲੱਗਦਾ ਕਿ ਇਸ ਨਾਲ ਇਸ ਕਿਤਾਬ ਦੀ ਜਿਹੜੀ ਅਹਿਮੀਅਤ ਆ ਉਹ ਆਮ ਪਾਠਕਾਂ ਤੱਕ ਪਹੁੰਚੀ ਆ। ਸਾਡੇ ਕੋਲ ਬਹੁਤ ਸਾਰੇ ਲੋਕ ਸਾਡੇ ਨਾਲ ਬਾਹਰੋਂ ਜੁੜੇ ਹੋਏ ਆ, ਵਿਦੇਸ਼ ਵਿਦੇਸ਼ ਤੇ ਇਸ ਪ੍ਰੋਗਰਾਮ ਦੇ ਨਾਲ, ਕਿਉਂਕਿ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ। ਔਰ ਮੈਂ ਉਹਨਾਂ ਸਾਰਿਆਂ ਸਰੋਤਿਆਂ ਦਾ ਪਹਿਲੋਂ ਉਹਨਾਂ ਦਾ ਸਭ ਧੰਨਵਾਦੀਆਂ, ਦਰਸ਼ਕਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨਾਲ ਜੁੜੇ ਔਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਣਿਆ, ਕਿਉਂਕਿ ਜਿਨ੍ਹਾਂ ਨੇ ਸੁਣਿਆ ਉਹ ਅਗਾਂਹ ਹੋਰ ਗੱਲ ਕਰਨਗੇ ਕਿਤਾਬ ਬਾਰੇ ਕਿ ਇੰਨੀ ਇੰਪੋਰਟੈਂਟ ਕਿਤਾਬ ਪੰਜਾਬੀ ਵਿੱਚ ਆਈ ਹੈ। ਸੋ ਸਭ ਤੋਂ ਪਹਿਲਾਂ ਧੰਨਵਾਦ ਤੇ ਉਹਨਾਂ ਦਾ ਕਰਨਾ ਬਣਦਾ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ, ਫਿਰ ਧੰਨਵਾਦ ਕਰਨਾ ਬਣਦਾ ਬਲਦੇਵ ਸਿੰਘ ਹੋਰਾਂ ਦਾ, ਅਤੇ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਇਸ ਪੁਸਤਕ ਨੂੰ ਖੋਲ ਕੇ ਸਾਡੇ ਸਾਹਮਣੇ ਰੱਖਿਆ, ਤੇ ਫਿਰ ਗੁਰਬਚਨ ਭੁੱਲਰ ਹੋਰਾਂ ਦਾ ਜਿਨ੍ਹਾਂ ਨੇ ਇਸ ਕਿਤਾਬ ਦੀ ਸਿਰਜਣ ਪ੍ਰਕਿਰਿਆ ਦੇ ਬਾਰੇ ਬਹੁਤ ਕਮਾਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਔਰ ਮਨੀਸ਼ ਦਾ ਵੀ ਧੰਨਵਾਦ। ਭਾਈ ਵੀਰ ਸਿੰਘ ਸਹਿ ਸਦਨ ਦੀ ਮੈਂ ਗਵਰਨਿੰਗ ਬੋਡੀ ਦਾ ਮੈਂਬਰ ਹਾਂ। ਅੱਜ ਡਾਕਟਰ ਮਹਿੰਦਰ ਸਿੰਘ ਹੋਰਾਂ ਦੀ ਉਹਨਾਂ ਦੀ ਕੁਛ ਸਿਹਤ ਢਿੱਲੀ ਹੈ, ਇਸ ਕਰਕੇ ਮੈਂ ਇਹਨਾਂ ਨੂੰ ਉਹਨਾਂ ਦੀ ਜਗ੍ਹਾ ਭਾਈ ਵੀਰ ਸਿੰਘ ਸਹਿਤ ਸਦਨ ਨੂੰ ਵੀ ਬੋਲਣਾ। ਸਦਨ ਵੱਲੋਂ ਅਸੀਂ ਹਰ ਆਖਰੀ ਜਿਹੜਾ ਮਹੀਨੇ ਦਾ ਸ਼ੁੱਕਰਵਾਰ ਹੈ ਉਸ ਦਿਨ ਇੱਕ ਲੈਕਚਰ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹੜੀ ਪਹਿਲੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੇ ਵੇਲੇ ਗੁਰੂ ਨਾਨਕ ਸਾਹਿਬ ਦੇ ਸੀ, ਔਰ ਪਿਛਲੇ ਸਾਲ ਤੋਂ ਅਸੀਂ ਫਿਰ ਇਸ ਸੀਰੀਜ਼ ਨੂੰ ਭਗਤ ਬਾਣੀ ਤੇ ਕੰਸਨਟ੍ਰੇਟ ਕੀਤਾ ਸੀ, ਔਰ ਹੁਣ ਅਸੀਂ ਇਹਨੂੰ ਫਿਰ ਸਿੱਖ ਧਰਮ ਨਾਲ ਸੰਬੰਧਿਤ ਜਾਂ ਇਤਿਹਾਸਕਾਰੀ ਨਾਲ ਸਿੱਖ ਇਤਿਹਾਸ ਨਾਲ ਸੰਬੰਧਿਤ ਲੈਕਚਰ ਸੀਰੀਜ਼ ਕਰਵਾਉਂਦੇ ਹਾਂ। ਇਸ ਲੈਕਚਰ ਸੀਰੀਜ਼ ਵਿੱਚ ਹੁਣ 30 ਅਪ੍ਰੈਲ ਨੂੰ ਸਵੇਰੇ 11 ਵਜੇ ਸ਼ੁੱਕਰਵਾਰ ਵਾਲੇ ਦਿਨ ਇੱਕ ਲੈਕਚਰ ਹੋ ਰਿਹਾ, ਜਿਹੜਾ ਸਾਡੇ ਪੰਨੂ ਇੱਕ ਦੋਸਤ ਨੇ ਅਮੈਰੀਕਾ ਰਹਿੰਦੇ, ਉਹਨਾਂ ਦੀ ਇੱਕ ਕਿਤਾਬ ਆਈ ਆ ਹੈਰੀਟੇਜ ਬਿਯੋਂਡ ਬਾਰਡਰਸ, ਉਹਨਾਂ ਦੀ ਉਸ ਕਿਤਾਬ ਦੇ ਬਾਰੇ ਤਾਂ ਨਹੀਂ ਪਰ ਕਿਉਂਕਿ ਉਹ ਪਾਕਿਸਤਾਨ ਵਿੱਚ ਜਾ ਕੇ ਕੁਛ ਬਹੁਤ ਸਾਰੀਆਂ ਉਹਨਾਂ ਨੇ ਵਿਰਾਸਤੀ ਭਵਨ ਵਿਰਾਸਤੀ ਜਗ੍ਹਾ ਲੱਭੀਆਂ ਜਿਹਦੇ ਜਿਹਨਾਂ ਦਾ ਸੰਬੰਧ ਭਾਵੇਂ ਸਿੱਖ ਇਤਿਹਾਸ ਨਾਲ ਹੈ, ਗੁਰੂ ਸਾਹਿਬਾਨ ਨਾਲ ਹੈ ਜਾਂ ਨਹੀਂ ਹੈ, ਪਰ ਉਹਨਾਂ ਦਾ ਸੰਬੰਧ ਸਾਡੇ ਲੋਕਾਂ ਨਾਲ ਹੈ। ਉਹ ਬਹੁਤ ਸਾਰੇ ਉਹਨੇ ਹੈਰੀਟੇਜ ਇਹੋ ਜਿਹੀਆਂ ਬਿਲਡਿੰਗਾਂ ਲੱਭੀਆਂ ਉੱਥੇ, ਔਰ ਉਹਨਾਂ ਦੀ ਇਤਿਹਾਸਿਕ ਤੇ ਕਲਚਰਲ ਇੰਪੋਰਟੈਂਸ ਦੇ ਬਾਰੇ ਉਹ ਗੱਲਾਂ ਕਰਨਗੇ। ਔਰ ਇਸ ਜਿਹੜੇ ਇਹ ਪ੍ਰੋਗਰਾਮ ਜਿਹੜਾ ਨੌਰਥ ਅਮੈਰੀਕਾ ਵਿੱਚ 29 ਤਰੀਕ ਨੂੰ ਰਾਤ 10:30 ਵਜੇ ਦੇਖਿਆ ਜਾ ਸਕੇਗਾ, ਕਿਉਂਕਿ ਉਹ 12 ਘੰਟੇ ਸਾਡੇ ਤੋਂ ਪਿੱਛੇ ਨੇ। ਸੋ ਇੱਥੇ 10:30 ਵਜੇ ਰਾਤ ਨੂੰ 29 ਨੂੰ, ਤੇ ਸਾਡੇ ਕੋਲ 30 ਅਪ੍ਰੈਲ ਨੂੰ ਸਵੇਰੇ 11 ਵਜੇ ਪ੍ਰੋਗਰਾਮ ਹੋਏਗਾ। ਇਹਦੀ ਪ੍ਰਧਾਨਗੀ ਮਿਸਿਸ ਅਨੀਤਾ ਸਿੰਘ ਕਰਨਗੇ, ਜਿਹੜੇ ਰਾਜਕੁਮਾਰੀ ਨੇ ਕਪੂਰਥਲਾ ਘਰਾਣੇ ਦੇ। ਸੋ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਕਿ 30 ਅਪ੍ਰੈਲ ਨੂੰ ਸਵੇਰੇ 11:30 ਵਜੇ ਸਾਡੇ ਨਾਲ ਜੋੜਨ ਦੀ ਫਿਰ ਖੇਚਲ ਕਰਨਾ, ਕਿਉਂਕਿ ਅਸੀਂ ਲਗਾਤਾਰ ਸਦਨ ਵੱਲੋਂ ਕੋਈ ਸਰਗਰਮੀ ਜਾਰੀ ਰੱਖ ਰਹੇ ਹਾਂ, ਭਾਵੇਂ ਕਿ ਸਮਾਂ ਬੜਾ ਮੁਸ਼ਕਲ ਹੈ, ਬੜਾ ਔਖਾ ਸਮਾਂ, ਪਰ ਕਦੇ ਕਦੇ ਇਸ ਤਰ੍ਹਾਂ ਮਹੀਨੇ 'ਚ 1-2 ਵਾਰ 3 ਵਾਰ ਜੁੜਨ ਨਾਲ ਇੱਕ ਦੂਜੇ ਦਾ ਸੁੱਖ ਦੁੱਖ ਵੀ ਪਤਾ ਲੱਗਦਾ ਰਹਿੰਦਾ, ਔਰ ਅਸੀਂ ਲਿਟਰੇਚਰ ਨਾਲ ਆਪਣੇ ਉਹਦੇ ਨਾਲ ਵੀ ਜੁੜੇ ਰਹਿੰਦੇ ਹਾਂ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਲਈ, ਔਰ ਅਗਲੇ ਦਿਨ ਫਿਰ ਅਸੀਂ 30 ਅਪ੍ਰੈਲ ਨੂੰ ਜੁੜਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ।